ਉਹਦੀ ਜੀਭ ਇੱਕ ਸੈਂਸਰ ਦਾ ਕੰਮ ਕਰਦੀ ਹੈ, ਉਹਦੇ ਦਿਮਾਗ ਨੂੰ ਸਿਗਨਲ ਦਿੰਦੀ ਹੈ। ਤੇ ਅੱਖਾਂ ਕੀ ਕਰਦੀਆਂ ਫਿਰ? ਅੱਖਾਂ ਤਾਂ ਉਹਨੂੰ ਦੇਖਣ ਦਾ ਕੰਮ ਕਰਦੀਆਂ। ਖਤਰਾ ਉਹ ਤਾਂ ਦੇਖ, ਅੱਖਾਂ ਨਾਲ, ਅੱਖਾਂ ਨਾਲ ਉਹਨੂੰ ਇਹ ਥੋੜ੍ਹੀ ਪਤਾ। ਹੁਣ ਜੇ ਅੱਖਾਂ ਸੱਪ ਅੱਖਾਂ ਦੇ ਨਾਲ ਦੇਖ ਲਿਆ, ਉਹਨੂੰ ਇਹ ਥੋੜ੍ਹੀ ਪਤਾ ਵੀ ਇਹ ਗੁਰਪ੍ਰੀਤ ਕੋਟਲੀ ਖੜਾ ਤੇ ਆ ਗੁਰਵਿੰਦਰ ਖੜਾ ਹੈਗਾ। ਜੇ ਕਿਸੇ ਨੇ ਸੱਪ ਮਾਰਤਾ ਅਨਫੋਰਚੁਨੇਟਲੀ, ਤਾਂ ਫਿਰ ਸੱਪਣੀ ਕਹਿੰਦੇ ਬਦਲਾ ਲੈਂਦੀ ਹੈ ਬਾਈ, ਅੱਖ 'ਚ ਉਹਦੀ ਤਸਵੀਰ ਆ ਜਾਂਦੀ। ਨਹੀਂ, ਸੱਪ ਦੇ ਕੋਈ ਕੈਨਨ ਦਾ ਕੈਮਰਾ ਨਹੀਂ ਲੱਗਿਆ ਹੁੰਦਾ ਅੱਖ 'ਚ, ਠੀਕ ਹੈ। ਸੱਪ ਦੀ ਤਾਂ ਮੈਮਰੀ ਵੀ ਸ਼ਾਰਟ ਹੁੰਦੀ ਹੈ। ਜਿਵੇਂ ਗੁਰਪ੍ਰੀਤ, ਮੈਂ ਕਿਸੇ ਦੇ ਘਰੇ ਫੜਨ ਜਾਂਦਾ ਨਾ ਵੀਰ ਸੱਪ, ਤਾਂ ਉਹਨਾਂ ਦੇ ਮੂਹਰੇ ਕਬਲੀ ਭਰ ਕੇ ਰੱਖੀ ਪੈਂਦੀ ਹੈ, ਦੁੱਧ ਪੀਣਾ ਹੋਊ। ਮੈਂ ਕਿਹਾ ਜੀ ਇਹ ਕੀ ਭਗਵਾਨ ਹੈ ਅਤੇ ਇਹ ਦੁੱਧ ਪੀਣਾ? ਮੈਂ ਕਿਹਾ ਜੇ ਭਗਵਾਨ ਹੈ ਤਾਂ ਉਹ ਡਰਦੇ ਕਿਉਂ ਹੈ? ਭਗਵਾਨ ਤਾਂ ਆਪਣੇ ਘਰੇ ਆਇਆ। ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈ ਵੀ ਸੱਪ ਦੇ ਸਿਰ 'ਚ ਮਣੀ ਹੁੰਦੀ ਹੈ, ਸੱਪ ਤੇ ਹੁੰਦੀ ਹੈ ਯਾਰ ਬਾਈ, ਕਿੰਨੇ ਫਿਲਮਾਂ ਬਣ ਗਏ ਨੇ। ਫਿਲਮਾਂ 'ਚ ਤਾਂ ਸ਼ਕਤੀਮਾਨ ਵੀ ਸੀ ਅਤੇ ਫਿਰ ਆਪਣੇ ਅੱਜ ਤੱਕ ਤਾਂ ਦਿਖਿਆ ਨਹੀਂ। ਇੱਛਾਧਾਰੀ ਸੱਪ ਹੁੰਦੇ ਆ ਬਾਈ? ਇੱਛਾਧਾਰੀ ਕੋਈ ਸੱਪ ਨਹੀਂ ਹੁੰਦਾ। 100 ਸਾਲ ਦੀ ਉਮਰ ਕਹਿੰਦੇ ਜਦੋਂ ਹੋ ਜਾਂਦੀ, ਉਦੋਂ ਬਾਅਦ ਸੱਪ ਦੇ ਇੱਛਾਧਾਰੀ ਹੋ ਜਾਂਦਾ। ਸੱਪ ਦੀ ਜਿਹੜੀ ਔਸਤ ਉਮਰ ਹੈ ਉਹ 20 ਸਾਲ ਹੈ, ਫਿਰ ਇੱਛਾਧਾਰੀ 100 ਸਾਲ ਤੱਕ ਕਿਵੇਂ ਹੋ ਗਿਆ? ਨਾਲੇ ਕਹਿੰਦੇ ਸੱਪਾਂ ਦੀ ਉਮਰ ਬਹੁਤ ਹੁੰਦੀ ਹੈ। ਨਹੀਂ ਹੁੰਦੀ, 20 ਸਾਲ ਉਮਰ ਹੈ। ਹੱਥ ਵੀ ਹੈ ਨਹੀਂ ਵੀ ਮੈਨੂੰ ਬਾਂਹ ਛੱਡ ਦੇ ਯਾਰ ਮੇਰੀ। ਉਹ ਤਾਂ ਇੱਕ ਜੀਵ ਹੈ, ਉਹਦੇ ਕੋਲ ਤਾਂ ਇੱਕੋ ਹੀ ਚੀਜ਼ ਹੈ ਰੱਬ ਨੇ ਉਹਨੂੰ ਦਿੱਤੀ ਵੀ ਹੈ ਵੀ ਮੂੰਹ ਨਾਲ ਦੰਦੀ ਭਰਨੀ ਹੈ। ਪੂਛ ਨਾਲ ਵੀ ਨਹੀਂ ਉਹ ਕਿਸੇ ਦੇ ਮਾਰ ਸਕਦਾ। ਇਹ ਨਹੀਂ ਹੈਗਾ ਵੀ ਮੈਂ ਕਹਿਤਾ ਤਾਂ ਤੁਸੀਂ ਜਾ ਕੇ ਪੂਛ ਤੋਂ ਫੜ ਲਿਆ, ਉਹ ਰਸਲ ਵਾਈਪਰ ਹੈ ਅਤੇ ਉਹਨੇ ਘੁੰਮ ਕੇ ਤੁਹਾਡੇ ਡੰਗ ਮਾਰ ਲਿਆ। ਵਾਈਪਰ ਨਾਲ ਸੱਪ ਨੂੰ ਦੱਬ ਲਓ, ਕਿਉਂਕਿ ਜੇ ਡੰਡੇ ਨਾਲ ਦੱਬੋਗੇ ਉਹਦੇ ਰਿਬਜ਼ ਹੈ ਜਿਹੜੇ, ਜਿਹੜੀ ਉਹਦੀ ਰੀੜ੍ਹ ਦੀ ਹੱਡੀ ਹੈ ਉਹਨੂੰ ਤੁਸੀਂ ਤੋੜ ਦੇਣਾ, ਉਹਨੂੰ ਪੈਰਾਲਾਈਜ਼ ਹੋ ਜਾਣਾ, ਸੱਪ ਨੇ ਮਰ ਜਾਣਾ। ਬਚਾਉਣ ਵਾਲੇ ਕੰਮ 'ਚ ਆਪਾਂ ਮਾਰ ਲਿਆ। ਇਹ ਦੰਦ ਹੈ ਜਿਹਨੂੰ ਫੈਂਗਸ ਕਿਹਾ ਜਾਂਦਾ, ਇਹਦੇ ਵਿੱਚ ਸਰਾਖ ਹੁੰਦਾ, ਜਿਵੇਂ ਨੀਡਲ ਸਰਿੰਜ ਲਾਉਂਦੇ ਆਪਾਂ, ਉਵੇਂ ਉਹ ਜ਼ਹਿਰ ਨੂੰ ਇੰਜੈਕਟ ਕਰਦਾ। ਉਹਦੇ ਇੱਥੇ ਥੈਲੀ ਹੁੰਦੀ ਹੈ, ਜਦੋਂ ਉਹ ਦੰਦ ਐਂ ਮਾਰਦਾ ਤਾਂ ਥੈਲੀ ਦੇ ਵਿੱਚੋਂ ਜ਼ਹਿਰ ਐਕਟਿਵ ਹੁੰਦਾ ਅਤੇ ਉਹ ਜਾ ਕੇ ਬੰਦੇ ਦੇ ਸਰੀਰ 'ਚ ਇੰਜੈਕਟ ਹੁੰਦਾ, ਇੰਜੈਕਸ਼ਨ ਲੱਗਦਾ। ਨਿੰਮ ਦੇ ਪੱਤੇ ਖਾ ਲਓ, ਜੇ ਨਿੰਮ ਦੇ ਪੱਤੇ ਖਾਣ ਅਤੇ ਬੰਦੇ ਦਾ ਮਿੱਠੇ ਲੱਗਦੇ ਆ, ਇਟ ਮੀਨਸ ਬਾਈ ਤੈਨੂੰ ਜ਼ਹਿਰ ਵਾਲਾ ਸੱਪ। ਜਿਹੜਾ ਕੋਬਰਾ ਬਾਈ ਕਹਿੰਦੇ ਵੀ ਡੰਗ ਮਾਰਦਾ ਜਦੋਂ ਬੰਦਾ ਪਾਣੀ ਵੀ ਨਹੀਂ ਮੰਗਦਾ, ਇਹ ਗੱਲ ਹੈਗੀ? ਨਹੀਂ, ਉਹ ਰਾਤ ਨੂੰ ਐਕਟਿਵ ਹੁੰਦਾ, ਦਿਨੇ ਉਹ ਐਕਟਿਵ ਨਹੀਂ ਹੁੰਦਾ। ਉਹ ਰਾਤ ਨੂੰ ਐਕਟਿਵ ਹੁੰਦਾ, ਸੁੱਤੇ ਪਏ ਇਨਸਾਨ ਨੂੰ ਬਿਸਤਰੇ 'ਚ ਆ ਕੇ ਡੱਸਦਾ। ਉਹਦੇ ਦੰਦ ਇੰਨੇ ਮਾਹੀਨ ਹੁੰਦੇ ਆ ਕਿ ਬੰਦੇ ਨੂੰ ਸੁੱਤੇ ਪਏ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਮੱਛਰ ਲੜਿਆ ਹੋਊ ਜਾਂ ਕੋਈ ਲੜਿਆ, ਤਾਂ ਉਹ ਬੰਦੇ ਨੂੰ ਇੱਦਾਂ ਲੱਗਦਾ ਵੇਸ ਲਾ ਕੇ ਫਿਰ ਪੈ ਜਾਂਦਾ। ਪਰ ਉਹ ਉਹਦੇ ਨਾਲ ਟੌਕਸੀਸਿਟੀ ਜ਼ਿਆਦਾ ਤੇਜ਼ ਹੈ ਅਤੇ ਤਕਰੀਬਨ ਬੰਦਾ ਅੱਧੇ ਘੰਟੇ ਦੇ ਵਿੱਚ ਇਨਸਾਨ ਦੀ ਮੌਤ ਹੋ ਸਕਦੀ। ਇਹ ਕੋਬਰਾ ਸੱਪ ਹੈ ਜਿਹੜਾ, ਸਪੈਕਟੀਕਲਡ ਕੋਬਰਾ ਆਪਣੇ ਪੰਜਾਬ 'ਚ ਪਾਇਆ ਜਾਂਦਾ, ਜਿਹਦੇ ਪਿੱਛੇ ਨਿਸ਼ਾਨ ਬਣਿਆ ਹੁੰਦਾ, ਅੱਖਾਂ ਦਾ ਨਿਸ਼ਾਨ ਕਹਿ ਦਿੰਦੇ ਆ। ਅੱਛਾ, ਅੱਖਾਂ ਹੁੰਦੀਆਂ ਨੇ, ਉਹ ਨਿਸ਼ਾਨ ਹੀ ਬਣਿਆ, ਉਹ ਨਿਸ਼ਾਨ ਬਣਿਆ ਹੁੰਦਾ। ਐਮੋਟੌਕਸਿਨ ਉਹ ਮਸਲ ਸਿਸਟਮ ਨੂੰ ਖਤਮ ਕਰ, ਮਤਲਬ ਕਿ ਸਾਰੀ ਬੋਡੀ ਨਰਵਸ ਸਿਸਟਮ ਸਾਰੀ ਛੱਡ ਛੱਡ ਦਿੰਦੀ ਹੈ, ਉਹ 'ਚ ਪਸ ਮਗੇ ਭਰ ਜਾਂਦੀ ਆ, ਠੀਕ ਹੈ, ਨਾਲ ਦੀ ਨਾਲ। ਹਾਂ, ਉਹਦੇ ਨਾਲ ਬੰਦੇ ਦੀ ਜਿਹੜੀ ਮਸਲ ਸਿਸਟਮ ਆ ਉਹ ਡੈਮੇਜ ਹੋ ਜਾਂਦਾ, ਉਸ ਤੋਂ ਬਾਅਦ ਇਨਸਾਨ ਦੀ ਮੌਤ ਹੁੰਦੀ ਹੈ। ਅਤੇ ਉਹ ਜੇਕਰ ਦੰਦੀ ਭਰ ਲਏ ਤਾਂ ਇਨਸਾਨ ਦੇ ਬਹੁਤ ਜ਼ਿਆਦਾ ਪੀੜ ਹੁੰਦੀ ਹੈ, ਹਜੇ ਕੋਬਰੇ ਨਾਲ ਪੀੜ ਨਹੀਂ ਹੁੰਦੀ, ਪਰ ਜੇ ਚੈੱਕਡ ਕੀਲ ਬੈਗ ਦਾ ਦੱਸਿਆ ਬਿਨਾਂ ਜ਼ਹਿਰ ਵਾਲਾ, ਪਰ ਪੀੜ ਬਹੁਤ ਹੁੰਦੀ ਹੈ। ਸੱਪ ਕਹਿੰਦੇ ਉੱਡਣੇ ਸੱਪ ਵੀ ਹੁੰਦੇ ਬਾਈ? ਨਹੀਂ ਹੁੰਦਾ ਜੀ, ਨਹੀਂ ਕਹਿੰਦੇ ਉੱਡ ਕੇ ਮਾਰਦੇ? ਨਹੀਂ, ਗਲਾਈਡਰ ਸਨੇਕ ਹੁੰਦਾ, ਪਰ ਉਹ ਆਪਣੇ ਨਹੀਂ ਹੁੰਦਾ, ਨਾ ਹੀ ਪੰਜਾਬ 'ਚ ਹੁੰਦਾ। ਗਲਾਈਡਰ ਸਨੇਕ ਹੁੰਦਾ, ਸੱਪ ਦੇ ਕਿਸੇ ਦੇ ਪੰਖ ਖੰਭ ਕਹਿ ਦਈਏ ਪੰਜਾਬੀ 'ਚ, ਖੰਭ ਅਤੇ ਪੈਰ ਹੁੰਦੇ ਹੀ ਨਹੀਂ, ਤਾਂ ਫਿਰ ਉੱਡਣਾ ਮਤਲਬ ਕੀ? ਆਪਣੇ ਵੀ ਹੁਣ ਮਨਾਂ 'ਚ ਇਹੀ ਵਹਿਮ ਹੈ ਗੁਰਪ੍ਰੀਤ ਵੀਰੇ, ਕਿ ਜਦੋਂ ਲੋਕ ਕਹਿਣਗੇ ਬਈ
ਉਹ ਸੱਪ ਬੈਠਾ ਹੈ, ਹਾਂ ਉਹ ਡੱਗੇ ਨਾ ਮੇਰੇ ਇੱਥੇ ਨਾ ਮਾਰੇ ਡਾਂਗੇ ਵੀਰੇ, ਉਹਦੇ ਪੰਖ ਥੋੜ੍ਹੀ ਹੈ। ਹਾਂ ਉਹ ਜੰਪ ਮਾਰਦਾ ਲੇਕਿਨ 1-1.5 ਫੁੱਟ, ਸੱਪ ਦੇ ਕੰਨ ਹੀ ਨਹੀਂ ਹੁੰਦੇ, ਕਿਸੇ ਸੱਪ ਦੇ ਕੰਨ ਨਹੀਂ ਹੁੰਦੇ। ਅਤੇ ਫਿਰ ਜੇ ਕੰਨ ਹੀ ਨਹੀਂ ਹੁੰਦੇ ਫਿਰ ਬੀਨ ਸੁਣਦੇ ਕਿਵੇਂ? ਮੈਂ ਉਹੀ ਕਹਿ ਰਿਹਾ ਨਾ ਜੀ, ਇਕੱਲਾ ਕੋਬਰਾ ਹੀ ਕਿਉਂ ਆਇਆ ਕਰੀ ਜਾਂਦਾ ਹੁੰਦਾ ਦੇਖਦਾ। ਇਸੇ ਕਰਕੇ ਕਈ ਲੋਕ ਕਿਸ ਕਰਦੀ ਦੀਆਂ ਵੀਡੀਓ ਆਉਂਦੀਆਂ, ਕਈ ਰੈਸਕਿਊਰ ਆ ਜਿਹੜੇ ਉਹਨੂੰ ਸੱਪ ਨੂੰ ਕਿਸ ਕਰਦੇ ਆ, ਉਹਨੂੰ ਉਹਦੀ ਚੁੰਮੀ ਲੈਂਦੇ ਆ ਮੂੰਹ ਦੇ ਉੱਤੇ। ਉਹ ਉਦੋਂ ਅਟੈਕ ਕਰਦਾ ਜਦੋਂ ਉਹਦੇ ਮੂਹਰੇ ਹਰਕਤ ਹੁੰਦੀ ਹੈ, ਉਹਦੇ ਮੂਹਰੇ ਕੋਈ ਚੀਜ਼ ਹਿੱਲ ਜੁੱਲ ਕਰਦੀ। ਅਤੇ ਬਾਕੀ ਸੱਪ ਵੀ ਇਹੀ ਕੁਛ ਕਰਦੇ ਜਿਵੇਂ ਕੋਬਰਾ ਕਰਦਾ? ਬਿਲਕੁਲ, ਦੂਜੇ ਖੜਦੇ ਨਹੀਂ ਹੈ, ਦੂਜੇ ਭੱਜ ਜਾਂਦੇ। ਬਿਲਕੁਲ ਨਹੀਂ, ਜੇ ਹੁਣ ਮੈਂ ਮੇਰੇ ਕੋਲ ਇੰਡੀਅਨ ਰੈਟ ਸਨੇਕ ਹੈ, ਦਾਮਨ ਹੈ, ਘੋੜਾ ਪਛਾੜ ਸੱਪ ਹੈ, ਉਹਨੂੰ ਮੈਂ ਇੱਥੇ ਰੱਖੂੰਗਾ, ਉਹ ਰੱਖੂ ਮਗਰੋਂ ਪਹਿਲਾਂ ਭੱਜੂਗਾ। 50,000 ਦੀ ਸ਼ਰਤ ਤੁਹਾਡੇ ਥਰੂ ਮੈਂ ਇਹ ਚੈਲੰਜ ਕਰਦਾ, ਤੁਸੀਂ ਚੈਨਲ 'ਤੇ ਬਣਾ ਰਹੇ ਹੋ, ਜੋਗੀ ਨੂੰ ਕਹਿੰਦੇ ਬੀਨ ਨਾਲ ਕੋਬਰੇ ਤੋਂ ਬਿਨਾਂ ਰਸਲ ਵਾਈਪਰ ਕੱਢ ਕੇ ਦਿਖਾ ਦੇ, ਕੋਮਨ ਕ੍ਰੀਏਟ ਕੱਢ ਕੇ ਦਿਖਾ ਦੇ। ਤਾਂ ਸੱਪ ਲੜ ਗਿਆ ਜੀ, ਮੰਨ ਲਓ ਇੱਥੇ ਸੱਪ ਲੜ ਗਿਆ ਤਾਂ ਨਾਲ ਦੇ ਨਾਲ ਕਹਿੰਦੇ ਪੱਛ ਲਾ ਦਿਓ। ਮੇਰੇ ਇੱਥੇ ਸੱਪ ਲੜ ਗਿਆ, ਮੇਰੇ ਇੱਥੇ ਪੱਛ ਲਾ ਤਾ, ਇੱਥੇ ਕੱਟ ਲਾ ਤਾ, ਠੀਕ ਹੈ ਜੀ, ਮੇਰੀਆਂ 2 ਨਾੜਾਂ ਮੜਤੀਆਂ, ਉਹ ਕਹਿੰਦੇ ਖੂਨ ਵਾਲੀਆਂ, ਠੀਕ ਹੈ। ਸੱਪ ਤੋਂ ਬਿਨਾਂ ਜ਼ਹਿਰ ਵਾਲਾ ਸੀ, ਮੈਂ ਮਰਨਾ ਹੀ ਨਹੀਂ ਸੀ ਉਹਦੇ ਨਾਲ, ਮੈਨੂੰ ਨਹੀਂ ਪਤਾ ਸੀ, ਤੁਸੀਂ ਕਹਿਤਾ। ਕਹਿੰਦਾ ਗੁਰਵਿੰਦਰ ਤੇਰੇ ਸੱਪ ਲੜ ਗਿਆ, ਮੈਂ ਯਾਰ ਮੇਰੇ ਸੱਪ ਲੜ ਗਿਆ, 5 ਫੁੱਟ ਦਾ ਸੱਪ ਸੀ, ਤੁਸੀਂ ਚੱਕਿਆ ਬਲੇਡ ਇੱਥੇ ਮਾਰਦਾ ਇੱਥੇ ਮਾਰਦਾ, ਪਹਿਲੀ ਤਾਂ ਉਹ ਬਲੇਡ ਪਤਾ ਨਹੀਂ ਕਿਹੋ ਜਿਹਾ ਸੀ, ਇਨਫੈਕਸ਼ਨ ਹੋ ਗਈ, ਦੂਜਾ ਉਹ ਸੱਪ ਬਿਨਾਂ ਜ਼ਹਿਰ ਵਾਲਾ ਸੀ, ਤੁਸੀਂ ਮੇਰੀਆਂ 2 ਖੂਨ ਦੀਆਂ ਨਾੜਾਂ ਵੱਢਤੀਆਂ, ਮੇਰਾ ਹੋਮੋਗਲੋਬਿਨ ਘੱਟ ਜੂਗਾ, ਐੱਚ ਬੀ ਮੇਰਾ ਡਾਊਨ ਹੋਜੂ, ਮੇਰਾ ਬੀ ਪੀ ਡਾਊਨ ਹੋ ਗਿਆ, ਮੇਰੀ ਵੈਸੀ ਮੌਤ ਹੋਜੂ, ਕਿੱਥੇ ਮੈਂ ਬਚ ਜਾਣਾ ਸੀ ਬਿਨਾਂ ਜ਼ਹਿਰ ਵਾਲਾ, ਕਿੱਥੇ ਮੇਰੇ 'ਤੇ ਤੁਸੀਂ ਤਜਰਬਾ ਕਰ ਲਿਆ ਵੀ ਉਹ ਮਣਕਾ ਐਡਾ ਕਹਿ, ਉਹਨੂੰ ਇੱਥੇ ਲਾ ਤਾ, ਕਹਿੰਦੀ ਤੇਰਾ ਜ਼ਹਿਰ ਚੂਸ ਲੂ, ਉਹ ਐਡੇ ਕਲੌਟ ਦੇ ਵਿੱਚੋਂ ਪੂਰੀ ਬਾਂਹ 'ਚ ਕਲੌਟ ਬਣ ਗਏ, ਹਾਰਟ ਤੱਕ ਕਲੌਟ ਪਹੁੰਚ ਜਾਣਗੇ ਜੇ ਟਾਈਮ 'ਤੇ ਇਲਾਜ ਨਾ ਮਿਲਿਆ, ਹਾਰਟ ਦੀ ਪੰਪਿੰਗ ਬੰਦ ਹੋ ਜੂ, ਮੈਂ ਮਰ ਜੂ। ਆਪਾਂ ਤੁਰੇ ਫਿਰਦੇ ਹਾਂ, BA MA ਕਰਕੇ ਵੀ ਲੋਕ ਫੋਨ ਇਹੀ ਕਰਦੇ ਆ, ਬਾਈ ਜੀ ਬੀਨ ਹੈਗੀ ਆ, ਮੰਨ ਲਓ ਮੈਨੂੰ ਫੋਨ ਆਇਆ, ਬਾਈ ਸਾਡੇ ਸੱਪ ਹੈ, ਮੈਂ ਕਿਹਾ ਯਾਰ ਦੱਸੀ ਕਰਾ ਕਿੱਥੇ ਆ, ਕਹਿੰਦਾ ਬਾਈ ਉਹ ਸਾਹਮਣੇ ਬੈਠਾ ਅਲਮਾਰੀ ਥੱਲੇ, ਮੈਂ ਕਿਹਾ ਕੋਈ ਨਹੀਂ ਇੱਕ ਮਿੰਟ ਪਾਸੇ ਹੋ, ਜਦੋਂ ਮੈਂ ਗਲਵਜ਼ ਚੜਾ ਲਏ ਅਤੇ ਆਪਦੀ ਲੈ ਲਈ ਹੁੱਕ ਟੋਂਗ ਲੈ ਲਈ, ਮੈਂ ਕਿਹਾ ਯਾਰ ਮੈਂ ਦੇਖਦਾ, ਕਹਿੰਦਾ ਬਾਈ ਬੀਨ ਕਿੱਥੇ ਆ, ਮੈਂ ਕਿਹਾ ਬਾਈ ਕਿੰਨਾ ਬਣਿਆ? ਕਹਿੰਦੇ ਵੀ ਯਾਰ ਜਿਹੜੀ ਸੱਪ ਸੀਨ ਹੈ, ਇੱਕ ਕਹਿੰਦੇ ਚੰਨਣ ਘੀਰਾ, ਇਹਨਾਂ ਦੀਆਂ ਵੀ ਕਿਸਮਾਂ, ਇਹ ਵੀ ਕਹਿੰਦੇ ਸੱਪ ਤੋਂ ਵੱਧ ਜਿਹੜੀਆਂ ਹੈਗੀਆਂ ਜ਼ਹਿਰੀਲੇ ਹੁੰਦੇ ਆ, ਗੱਲਾਂ ਸਹੀ ਸੋਚਣ ਵਾਲੀ ਗੱਲ ਹੈ, ਪੜ੍ਹੀ ਲਿਖੀ ਗੱਲ ਹੈ ਕਿ ਉਹ ਮੱਥੇ 'ਚ ਹੀ ਡੰਗ ਕਿਉਂ ਮਾਰਦਾ, ਉਹਦੇ ਕਿਹੜਾ ਕੋਈ ਲੇਜ਼ਰ ਲੱਗੀ ਸੀ, ਕੋਈ ਲੇਜ਼ਰ ਗੰਨ ਤਾਂ ਹੀ ਨਹੀਂ ਉਹਦੇ, ਵੀ ਉਹਨੇ ਮੱਥੇ 'ਚ ਹੀ ਡੰਗ ਮਾਰਿਆ, ਉਹਨੇ ਗੱਲ 'ਤੇ, ਅੱਖ 'ਤੇ, ਨੱਕ 'ਤੇ, ਬੁੱਲ 'ਤੇ, ਛਾਤੀ 'ਤੇ ਕਿਉਂ ਨਹੀਂ ਮਾਰਿਆ, ਗਲੇ 'ਤੇ ਕਿਉਂ ਨਹੀਂ ਮਾਰਿਆ? ਲੈ ਸਾਨੂੰ ਨਹੀਂ ਪਤਾ, ਗੋ ਤਾਂ ਭਾਰੀ ਹੁੰਦੀ ਹੈ, ਐਂ ਕਰਕੇ ਮਸਾਂ ਤੁਰਦੀ ਹੈ, ਵੀਰੇ ਜੰਮਦਾ ਬੱਚਾ ਤਾਂ ਨਹੀਂ ਭਾਰਾ ਹੁੰਦਾ, ਮੋਨੀਟਰ ਲਿਜ਼ਰਡ ਦਾ ਬੱਚਾ ਫੁਰਤੀਲਾ ਬਹੁਤ ਹੁੰਦਾ, ਲੋਕ ਸਿਰਫ ਇਸ ਕਰਕੇ ਡਰਦੇ ਵੀ ਕਿੰਨਾ ਫੁਰਤੀਲਾ, ਸੱਪ ਵਰਗੀ ਉਹਦੀ ਜੀਵ ਹੈ, ਦਫਾੜ ਜੀਵ ਹੁੰਦੀ ਉਹਦੀ, ਸੱਪ ਵਰਗੀ ਜੀਵ ਹੈ, ਉਵੇਂ ਜਿਵੇਂ ਸੱਪਾਂ ਨੂੰ ਬਾਹਰ ਅੰਦਰ ਕਰਦਾ, ਅਤੇ ਲਾਲ ਉਹਦਾ ਮੂੰਹ ਹੈ, ਬੜਾ ਖਤਰਨਾਕ ਜੀਵ ਹੋਊਗਾ ਇਹ, ਉਹਦੇ ਕੋਲ ਨੈਗੇਟਿਵ ਗੱਲ ਨਹੀਂ ਕਰਨੀ, ਉਹਦੇ ਕੋਲ ਕਈ ਲੋਕ ਕਹਿਣਗੇ ਸੱਪ ਲੜ ਗਿਆ, ਹਾਏ ਹਾਏ ਸਾਡੇ ਫਲਾਣੇ ਦਾ ਮੁੰਡਾ ਤਾਂ ਅੱਧੇ ਘੰਟੇ 'ਚ ਮਰ ਗਿਆ ਸੀ, ਉਹ 20 ਮਿੰਟ ਹੋਏ ਹੁੰਦੇ, 10 ਮਿੰਟ 'ਚ ਯਾਰ ਵੈਸੇ ਵੀ ਉਹਨੂੰ ਹਾਰਟ ਅਟੈਕ ਹੋ ਜਾਂਦਾ, ਉਹਨੂੰ ਨੈਗੇਟਿਵ ਨਹੀਂ, ਕੁਛ ਨਹੀਂ ਹੁੰਦਾ ਵੀਰੇ, ਤੂੰ ਠੀਕ ਹੈ, ਫਿੱਟ ਐਂਡ ਫਾਈਨ ਯਾਰ, ਆਪਾਂ ਹਸਪਤਾਲ ਚੱਲਦੇ ਹਾਂ, ਉਹਨੂੰ 4 ਇੰਚ ਲੈ ਕੇ ਉਹਨੂੰ ਐਂ ਲਪੇਟ ਲਓ ਚੰਗੀ ਤਰ੍ਹਾਂ, ਬਾਹ ਨੂੰ ਟਾਈਟ ਨਹੀਂ ਕਰਨਾ, ਆਪਾਂ ਖੂਨ ਬੰਦ ਨਹੀਂ ਕਰਨਾ, ਆਪਾਂ ਹੌਲੀ ਕਰਨਾ ਕਿ ਆਪਣਾ ਖੂਨ ਤੱਕ ਜਿਹੜਾ ਜ਼ਹਿਰ ਹੈ ਦਿਲ ਤੱਕ ਹੌਲੀ ਜਾਵੇ, ਉਹਤੇ ਲਪੇਟ ਲਿਆ, ਬਾਂਹ ਸਿੱਧੀ ਰੱਖਣੀ। ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚ ਐਂਟੀ ਸਨੇਕ ਵੈਨਮ ਮਿਲਦਾ, ਸਰਕਾਰ ਵੱਲੋਂ ਫ੍ਰੀ ਮਿਲਦਾ, ਭਾਰਤ ਸਰਕਾਰ ਵੱਲੋਂ ਇਲਾਜ ਵੀ ਫ੍ਰੀ ਹੈ, ਐਂਟੀ ਸਨੇਕ ਵੈਨਮ ਵੀ ਫ੍ਰੀ ਹੈ, ਜਿਹੜੇ ਸੱਪ ਦੇ ਕੱਟੇ ਦਾ ਟੀਕਾ ਹੈਗਾ ਉਹ ਐਂਟੀ ਸਨੇਕ ਵੈਨਮ ਹੁੰਦਾ, ਉਹ ਫ੍ਰੀ ਹੈਗਾ। ਜਦੋਂ ਕਹਿੰਦੇ ਵੀ ਸੱਪ ਡੰਗਦਾ, ਮੰਨ ਲਓ ਕੋਈ ਜ਼ਹਿਰ ਵਾਲਿਆਂ ਨੇ ਮੰਨ ਲਾ ਡੰਗ ਮਾਰਿਆ, ਅਤੇ ਉਦੋਂ ਬਾਅਦ ਉਹ ਪੁੱਠਾ ਹੋ ਕੇ ਡਿੱਗਦਾ, ਅਤੇ ਕਹਿੰਦੇ ਵੀ ਸੱਪ ਬੇਹੋਸ਼ ਹੋ ਜਾਂਦਾ, 2-2 ਦਿਨ ਨਹੀਂ ਉੱਠਦਾ? ਕੀ ਸਾਰੇ ਸੱਪ ਜ਼ਹਿਰੀਲੇ ਹੁੰਦੇ ਨੇ, ਜਾਂ ਸੱਪ ਦੇ ਸਿਰ ਦੇ ਵਿੱਚ ਕੋਈ ਆਪਾਂ ਕਹੀਏ ਮਣੀ ਹੁੰਦੀ ਹੈ ਜਿਹਨੂੰ ਪਾਉਣ ਵਾਸਤੇ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਵੀ ਬੜਾ ਸੰਘਰਸ਼ ਕਰਦਾ ਹੈ ਨਾ ਹੀਰੋ ਜਾਂ ਹੀਰੋਇਨ,
ਕਿ ਜਿਹੜਾ ਹੈਗਾ ਸੱਪਣੀ, ਸੱਪ ਦੇ ਮਰੇ ਦਾ ਬਦਲਾ ਜਿਹੜਾ ਸੱਪ ਨੂੰ ਮਾਰਨ ਵਾਲੇ ਤੋਂ ਲੈਂਦੇ, ਜਿਵੇਂ ਨਾਗਨ ਫਿਲਮ 'ਚ ਦਿਖਾਇਆ ਗਿਆ ਸੀ, ਅਤੇ ਉਹ ਤੋਂ ਬਿਨਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹਦੇ ਵਿੱਚ ਕਿ ਜੇ ਕੋਈ ਸੱਪ ਕਿਸੇ ਨੂੰ ਕੱਟ ਜਾਂਦਾ ਹੈ ਨਾ, ਤਾਂ ਕੱਟਣ ਤੋਂ ਬਾਅਦ ਆਪਾਂ ਉਹਦੇ ਮਣਕਾ ਲਾਉਣੇ ਆ ਕਿ ਮਣਕਾ ਸਾਰਾ ਕੁਝ ਚੂਸ ਲੈਂਦਾ, ਅਤੇ ਉਹ ਤੋਂ ਬਿਨਾਂ ਹੋਰ ਜਾਣਕਾਰੀ ਚੰਨਣਗੀਰੇ ਬਾਰੇ, ਕੋਈ ਚੰਨਣਗੀਰਾ ਇਹੋ ਜਿਹਾ ਹੁੰਦਾ ਜਿਹੜਾ ਸੱਪ ਤੋਂ ਵੀ ਖਤਰਨਾਕ ਹੁੰਦਾ, ਇਹਦੇ ਬਾਰੇ ਜਾਂ ਇਹਦੇ ਨਾਲ ਹੋਰ ਰਿਲੇਟਡ ਗੱਲਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਬਾਈ ਗੁਰਵਿੰਦਰ ਤੋਂ। ਗੁਰਵਿੰਦਰ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਪਿਛਲੇ 12 ਸਾਲਾਂ ਤੋਂ, ਜਿਵੇਂ ਮੰਨ ਲਓ 12 ਸਾਲਾਂ ਤੋਂ ਲਗਾਤਾਰ ਸੱਪਾਂ ਨੂੰ ਫੜਨ ਦਾ ਕੰਮ ਉਹ ਕਰਦੇ ਨੇ, ਜੇਕਰ ਬਠਿੰਡੇ ਦੇ ਨੇੜੇ ਤੇੜੇ ਦੇ ਪਿੰਡਾਂ 'ਚ ਵੀ ਕਿਤੇ ਪਤਾ ਲੱਗਦਾ ਵੀ ਬਾਈ ਸਾਡੇ ਸੱਪ ਆ ਗਏ, ਤਾਂ ਸਭ ਤੋਂ ਪਹਿਲਾਂ ਜਿਹਨੂੰ ਰੱਬ ਤੋਂ ਪਹਿਲਾਂ ਜਿਹੜਾ ਹੈ ਗੁਰਵਿੰਦਰ ਨੂੰ ਯਾਦ ਕਰ ਲੈਂਦੇ ਆ ਵੀ ਬਾਈ ਸਾਡੇ ਫੜ ਕੇ ਲੈ ਕੇ ਜਾਈ, ਬਾਈ ਨਾਲ ਨੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜਿਹੜਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸੱਪ ਆ ਜਿਹੜਾ ਸਾਰੇ ਜ਼ਹਿਰੀਲੇ ਹੁੰਦੇ ਆ, ਪਹਿਲੀ ਗੱਲ ਤਾਂ ਇਹ ਆ, ਅਤੇ ਜੇਕਰ ਜ਼ਹਿਰੀਲੇ ਹੁੰਦੇ ਆ ਤਾਂ ਪਤਾ ਕਿਵੇਂ ਲੱਗਦਾ ਵੀ ਫਲਾਣਾ ਜ਼ਹਿਰੀਲਾ ਫਲਾਣਾ ਨਹੀਂ ਜ਼ਹਿਰੀਲਾ? ਦੇਖੋ, ਪੂਰੇ ਦੁਨੀਆ ਦੇ ਵਿੱਚ ਗੱਲ ਕਰਾਂ ਤਾਂ ਤਕਰੀਬਨ 3000 ਕਿਸਮਾਂ ਹੈ ਸੱਪਾਂ ਦੀਆਂ, ਅਤੇ ਭਾਰਤ ਦੇ ਵਿੱਚ ਤਕਰੀਬਨ 275 ਕਿਸਮ ਦੇ ਸੱਪ ਨੇ, ਪੰਜਾਬ ਦੇ ਵਿੱਚ ਤਕਰੀਬਨ 20-22 ਕਿਸਮ ਦੇ ਸੱਪ ਨੇ। ਤਾਂ ਜੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜੇ 275 ਕਿਸਮਾਂ ਨੇ ਤਾਂ ਉਹਦੇ ਵਿੱਚੋਂ ਜ਼ਹਿਰੀਲੀਆਂ ਜਿਹੜੀਆਂ ਹੈਗੀਆਂ ਉਹ 10 ਜਾਂ 12 ਕਿਸਮਾਂ ਨੇ ਜਿਹੜੀਆਂ ਮਨੁੱਖ ਲਈ ਹਾਨੀਕਾਰਕ ਨੇ, ਅਤੇ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ 20 ਕਿਸਮਾਂ ਜਾਂ 22 ਕਿਸਮਾਂ ਨੇ, ਉਹਦੇ ਵਿੱਚੋਂ ਜਿਹੜੀਆਂ ਮੁੱਖ 4 ਕਿਸਮਾਂ ਜਿਹੜੀਆਂ ਉਹ ਇਨਸਾਨ ਲਈ ਖਤਰਨਾਕ ਨੇ, ਜ਼ਹਿਰੀਲੀਆਂ ਅਤੇ ਜਾਨਲੇਵਾ ਨੇ। ਤਾਂ ਆਪਾਂ ਸਿਰਫ 4 ਕਿਸਮਾਂ ਦੀ ਪਹਿਚਾਣ ਕਰਨੀ ਹੈ, ਜਿਹਦੇ 'ਚ ਮੈਂ ਦੱਸਦਾ ਵੀ ਪਹਿਲਾਂ ਕੋਬਰਾ ਜਿਹੜਾ ਫਣ ਫੈਲਾਉਂਦਾ, ਫਣਧਾਰੀ ਸੱਪ ਆ ਜਿਹੜਾ, ਬਾਕੀਆਂ ਦੇ ਫਣ ਨਹੀਂ ਹੁੰਦਾ ਬਾਈ? ਨਹੀਂ, ਬਾਕੀ ਫਣ ਨਹੀਂ ਫੈਲਾਉਂਦੇ, ਮਤਲਬ ਸਿਰਫ ਕੋਬਰਾ ਸੱਪ ਹੀ ਹੈ ਜੋ ਆਪਣਾ ਫਣ ਫੈਲਾਉਂਦਾ ਆਪਣਾ, ਜਿਸ ਤਰੀਕੇ ਨਾਲ ਆਪਾਂ ਆਮ ਹੀ ਜਦੋਂ ਸੱਪ ਦੀ ਫੋਟੋ ਕਿਤੇ, ਜਿਵੇਂ ਹੁਣ ਆਪਾਂ ਜਿਵੇਂ ਮਤਲਬ ਉਹਦਾ ਆਪਦਾ ਸਾਈਜ਼ ਇਨਕਰੀਜ਼ ਕਰ ਲੈਂਦਾ ਆਪਦੇ ਸਿਰ ਦਾ, ਬਿਲਕੁਲ ਹੁਣ ਫਣ ਕਹਿ ਦਿੰਦੇ, ਉਹਨੂੰ ਫਣ ਕਿਹਾ ਜਾਂਦਾ ਜਿਹੜਾ ਫਣ ਫੈਲਾਉਂਦਾ। ਇੱਕ ਸੱਪ ਨੋਰਮਲ ਹੈ, ਮਤਲਬ ਜੇ ਕੋਈ ਫਣ ਫੈਲਾਉਂਦਾ ਤਾਂ ਮਤਲਬ ਕਿ ਭਾਈ ਉਹ ਜ਼ਹਿਰੀਲਾ, ਉਹ ਕੋਬਰਾ, ਜ਼ਹਿਰੀਲਾ ਜ਼ਹਿਰੀਲਾ ਉਹ ਕੋਬਰਾ, ਇੱਕ ਤਾਂ ਹੋ ਗਿਆ। ਹੁਣ ਜਿਹੜਾ ਜਿਹੜਾ ਕੋਬਰਾ ਬਾਈ, ਕਹਿੰਦੇ ਵੀ ਡੰਗ ਮਾਰਦਾ ਜਦੋਂ ਬੰਦਾ ਪਾਣੀ ਵੀ ਨਹੀਂ ਮੰਗਦਾ, ਇਹ ਗੱਲ ਹੈਗੀ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇੱਦਾਂ ਦਾ ਕਿਸੇ ਵੀ ਸੱਪ ਦੇ ਵਿੱਚ, ਇੰਡੀਅਨ ਦੇ ਵਿੱਚ ਜੇ ਮੈਂ ਬਲੈਕ ਮਾਂਬਾ ਵਗੈਰਾ ਦੀ ਗੱਲ ਕਰਾਂ, ਉਹਨਾਂ ਦੇ ਦੀ ਤਾਂ ਹੈ ਕਿ ਉਹਨਾਂ ਦੀ ਜਿਹੜੀ ਟੌਕਸੀਸਿਟੀ ਹੈ, ਸੱਪ ਦਾ ਜਿਹੜਾ ਵੈਨਮ ਹੈ, ਸੱਪ ਦੇ ਅੰਦਰ ਜਿਹੜਾ ਜਿਹਨੂੰ ਆਪਾਂ ਜ਼ਹਿਰ ਕਿਹਾ ਜਾਂਦਾ, ਉਹ ਐਕਚੁਅਲੀ ਵੈਨਮ ਹੁੰਦਾ। ਵੈਨਮ ਦੀ ਜਿਹੜੀ ਟੌਕਸੀਸਿਟੀ ਹੈ ਉਹ ਇੰਡੀਅਨ ਸੱਪ ਦੀ ਇਹੋ ਜਿਹੀ ਕੋਈ ਵੀ ਹੈ ਨਹੀਂ ਜਿਹੜੀ ਪਾਣੀ ਵੀ ਨਾ ਮੰਗਣ ਦੇਵੇ। ਵੈਨਮ ਥੋੜ੍ਹੇ ਬਾਰੇ ਦੱਸ ਦਿਓ, ਕਿਉਂਕਿ ਅੱਧੇ ਨੂੰ ਮੇਰੇ ਵਰਗੇ ਨੂੰ ਪਤਾ ਨਹੀਂ ਹੁੰਦਾ ਵੀ ਵੈਨਮ। ਵੈਨਮ ਜਿਹੜਾ ਸੱਪ ਦੇ ਅੰਦਰ ਟੌਕਸਿਕ ਪਾਇਆ ਜਾਂਦਾ ਹੈ, ਜ਼ਹਿਰ ਦਾ ਤੱਤ ਪਾਇਆ ਜਾਂਦਾ ਹੈ, ਉਹਨੂੰ ਵੈਨਮ ਕਿਹਾ ਜਾਂਦਾ। ਓਕੇ ਓਕੇ, ਠੀਕ ਹੈ। ਸੱਪ ਹੈ ਜਿਹੜੇ ਉਹ ਜਾਂ ਤਾਂ ਵੈਨਮਸ ਹੁੰਦੇ ਆ ਜਾਂ ਨੋਨ ਵੈਨਮਸ ਹੁੰਦੇ ਆ। ਓਕੇ, ਜਿਹਨੂੰ ਆਪਾਂ ਕਹਿੰਦੇ ਆ ਜ਼ਹਿਰੀਲਾ ਹੈ ਜਾਂ ਚੂਹੇ ਖਾਣਾ ਜਾਂ ਡੱਡੂ ਖਾਣਾ, ਠੀਕ ਹੈ, ਉਹ ਵੈਨਮਸ ਜਾਂ ਨੋਨ ਵੈਨਮਸ ਦੇ ਨਾਮ ਹੀ ਇਹਨੂੰ ਜਿਹੜਾ ਡਾਕਟਰੀ ਭਾਸ਼ਾ ਜਾਂ ਸਾਇੰਟੀਫਿਕਲੀ ਇਹਨੂੰ ਜੇਕਰ ਅਸੀਂ ਇੱਕ ਦੂਜੇ ਨੂੰ ਦੱਸਣਾ ਤਾਂ ਵੈਨਮਸ ਅਤੇ ਨੋਨ ਵੈਨਮਸ ਦੱਸਿਆ ਜਾਂਦਾ। ਤਾਂ ਇਹਦੇ ਵਿੱਚ ਜਿਹੜੇ ਵੈਨਮ ਹੁੰਦੇ ਆ ਉਹ ਐਡੀ ਕਿਸੇ ਦੀ ਵੀ ਟੌਕਸੀਸਿਟੀ ਨਹੀਂ ਹੈਗੀ ਕਿ ਬੰਦੇ ਨੂੰ ਪਾਣੀ ਨਾ ਮੰਗਣ ਦੇਵੇ। ਮੈਂ ਇਹਨਾਂ ਦੇ ਵੈਨਮ ਦਾ ਤੁਹਾਨੂੰ ਨਾਮ ਦੱਸ ਦਿਆਂ, ਨਿਊਰੋਟੌਕਸਿਨ, ਕਾਰਡੀਓਟੌਕਸਿਨ। ਇਹ ਕੋਬਰਾ ਸੱਪ ਹੈ ਜਿਹੜਾ, ਸਪੈਕਟੀਕਲਡ ਕੋਬਰਾ ਆਪਣੇ ਪੰਜਾਬ 'ਚ ਪਾਇਆ ਜਾਂਦਾ, ਜਿਹਦੇ ਪਿੱਛੇ ਨਿਸ਼ਾਨ ਬਣਿਆ ਹੁੰਦਾ, ਅੱਖਾਂ ਦਾ ਨਿਸ਼ਾਨ ਕਹਿ ਦਿੰਦੇ ਆ, ਉਹ ਅੱਖਾਂ ਹੁੰਦੀਆਂ ਨੇ, ਉਹ ਨਿਸ਼ਾਨ ਹੀ ਬਣਿਆ, ਉਹ ਨਿਸ਼ਾਨ ਬਣਿਆ ਹੁੰਦਾ, ਉਹ ਸਪੈਕਟੀਕਲਡ, ਸਪੈਕਸ, ਸਪੈਕਸ ਮਤਲਬ ਚਸ਼ਮਾ, ਚਸ਼ਮੇਧਾਰੀ ਜਿਹੜਾ ਸਨੇਕ ਹੈ ਉਹਦੇ ਵਿੱਚ ਨਿਊਰੋਟੌਕਸਿਨ ਅਤੇ ਕਾਰਡੀਓਟੌਕਸਿਨ ਹੁੰਦਾ। ਨਿਊਰੋਟੌਕਸਿਨ ਤੇ ਕਾਰਡੀਓਟੌਕਸਿਨ ਹੈ। ਉਸ ਤੋਂ ਬਾਅਦ ਜਿਹੜਾ ਆਉਂਦਾ ਗਾ ਉਹ ਕਾਮਨ ਕ੍ਰੇਟ ਆਉਂਦਾ, ਉਹ ਕਾਲੇ ਰੰਗ ਦਾ ਹੁੰਦਾ, ਬਿਲਕੁਲ ਕਾਲਾ ਹੋਊਗਾ ਅਤੇ ਤਕਰੀਬਨ ਮੋਟਾ ਉਹ ਇੱਕ ਆਮ ਬੰਦੇ ਦੇ ਅੰਗੂਠੇ ਜਿੱਡਾ ਜਿੰਨਾ ਮੋਟਾ ਹੋਊ। ਉਹਦੇ ਸਿਰ ਦਾ ਥੋੜ੍ਹਾ ਜਿਹਾ ਹਿੱਸਾ ਛੱਡ ਕੇ ਪੂਛ ਦੇ ਅੰਤ ਤੱਕ ਚਿੱਟੀਆਂ ਧਾਰੀਆਂ ਹੋਣਗੀਆਂ, ਇਹਦਾ ਦੋ ਦੋ ਇਕੱਠੀਆਂ ਧਾਰੀਆਂ, ਥੋੜ੍ਹੇ ਥੋੜ੍ਹੇ ਵੱਖ ਪਏ ਤੇ ਸਾਰੇ ਤੇ ਪੂਰੀ ਬਾਡੀ ਦੇ ਉੱਤੇ ਕਾਲੇ ਰੰਗ ਦਾ ਚਿੱਟੀਆਂ ਧਾਰੀਆਂ ਪਿੰਡ ਤੇ ਉਹਨਾਂ ਦਾ ਪੂਛ ਤੱਕ। ਤਾਂ ਉਹ ਬੰਦਾ ਉਹ ਵੀ ਜ਼ਹਿਰੀਲਾ, ਉਹ ਕਾਮਨ ਕ੍ਰੇਟ ਹੈ।
ਉਹ ਜਿਹੜਾ ਕੋਬਰਾ ਹੈ, ਜਿਹੜਾ ਮੈਂ ਤੁਹਾਨੂੰ ਸਪੈਕਟੀਕਲ ਕੋਬਰਾ ਦੱਸਿਆ, ਉਹਦੇ ਨਾਲੋਂ ਤਕਰੀਬਨ 12 ਗੁਣਾ ਜ਼ਿਆਦਾ ਜ਼ਹਿਰੀਲਾ, ਉਹ ਵੀ ਨਿਊਰੋਟੋਕਸਿਨ ਹੈ। ਠੀਕ ਹੈ ਜੀ, ਉਹ ਰਾਤ, ਉਹਦੀ ਮੈਂ ਸਪੈਸ਼ਲੀ ਦੱਸਦਾ ਕਿ ਉਹ ਰਾਤ ਨੂੰ ਐਕਟਿਵ ਹੁੰਦਾ, ਦਿਨੇ ਉਹ ਐਕਟਿਵ ਨਹੀਂ ਹੁੰਦਾ, ਉਹ ਰਾਤ ਨੂੰ ਐਕਟਿਵ ਹੁੰਦਾ, ਸੁੱਤੇ ਪਏ ਇਨਸਾਨ ਨੂੰ ਬਿਸਤਰੇ 'ਚ ਆ ਕੇ ਡੱਸਦਾ। ਉਹਦੇ ਦੰਦ ਇੰਨੇ ਮਾਹੀਨ ਹੁੰਦੇ ਆ ਕਿ ਬੰਦੇ ਨੂੰ ਸੁੱਤੇ ਪਏ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਮੱਛਰ ਲੜਿਆ ਹੋਊ ਜਾਂ ਕੋਈ ਲੜਿਆ, ਤਾਂ ਉਹ ਬੰਦੇ ਨੂੰ ਇੱਦਾਂ ਲੱਗਦਾ ਵੇਸ ਲਾ ਕੇ ਫਿਰ ਪੈ ਜਾਂਦਾ। ਪਰ ਉਹ ਉਹਦੇ ਨਾਲ ਟੌਕਸੀਸਿਟੀ ਜ਼ਿਆਦਾ ਤੇਜ਼ ਹੈ ਅਤੇ ਤਕਰੀਬਨ ਬੰਦਾ ਅੱਧੇ ਘੰਟੇ ਦੇ ਵਿੱਚ ਇਨਸਾਨ ਦੀ ਮੌਤ ਹੋ ਸਕਦੀ। ਆਪਾਂ ਕਈ ਵਾਰੀ ਕਹਿੰਦੇ ਬੰਦੇ ਨੂੰ ਪਾਇਆ ਪੈਨੂੰ ਅਟੈਕ ਆ ਗਿਆ, ਹੋ ਸਕਦਾ ਵੀ ਉਹਨੂੰ ਉਹ ਸੱਪ ਉਹਨੇ ਦੱਸਿਆ ਹੋਵੇ। ਤੀਜਾ ਜਿਹੜਾ ਹੁੰਦਾ ਰਸਲ ਵਾਈਪਰ ਹੈ, ਉਹ ਹੀਮੋਟੌਕਸਿਕ ਹੁੰਦਾ। ਉਹਦਾ ਕੀ ਹੀਮੋਟੌਕਸਿਕ ਹੈ ਉਹ ਰਸਲ ਵਾਈਪਰ ਕਿਹੋ ਜਿਹਾ ਹੁੰਦਾ? ਰਸਲ ਵਾਈਪਰ ਹੈ ਜਿਹੜਾ ਉਹ ਜਿਹੜਾ ਯੈਲੋ ਕਲਰ ਦਾ ਉਹਦਾ ਡਾਰਕ ਉਹਦਾ ਕਲਰ ਹੋਏਗਾ, ਯੈਲੋ ਮੋਟਾ ਹੋਏਗਾ, ਪੂਛ ਉਹਦੀ ਜਮ੍ਹਾਂ ਐਂਡ 'ਤੇ ਜਾ ਕੇ ਖਤਮ ਹੋ ਜਾਂਦੀ ਹੈ, ਛੋਟੀ ਜਿਹੀ ਹੁੰਦੀ ਹੈ। ਜਿਹੜਾ ਉਹਦਾ ਸਿਰ ਹੁੰਦਾ ਉਹ ਡਾਇਮੰਡ ਆਕਾਰ 'ਚ ਹੁੰਦਾ, ਤਿਕੋਣੇ ਆਕਾਰ 'ਚ ਉਹਦਾ ਸਿਰ ਹੁੰਦਾ। ਠੀਕ ਹੈ ਜੀ, ਉਹ ਵੀ ਫਨ ਨਹੀਂ ਫੈਲਾਉਂਦਾ, ਲੇਕਿਨ ਜ਼ਹਿਰ ਜਿਹੜਾ ਜ਼ਹਿਰੀਲਾ ਉਹ ਕੋਬਰੇ ਨਾਲੋਂ ਵੀ 10 to 12 ਗੁਣਾ ਜ਼ਿਆਦਾ ਜ਼ਹਿਰੀਲਾ, ਕਿਉਂਕਿ ਉਹ ਹੀਮੋਟੌਕਸ ਟੌਕਸਿਕ ਹੁੰਦਾ। ਉਹਦੇ ਨਾਲ ਮਾਈਟੋਟੌਕਸਿਨ ਅਤੇ ਸਾਈਟੋਟੌਕਸਿਨ ਵੀ ਉਹਦੇ ਵਿੱਚ ਬੈਨ ਹੁੰਦੇ। ਥੋੜ੍ਹੀਆਂ ਟਰਮਾਂ ਹੈ, ਥੋੜ੍ਹੀਆਂ ਜਿਹੜੀਆਂ ਹੈਗੀਆਂ ਸਾਰੀਆਂ ਇਹ ਡਾਕਟਰੀ ਭਾਸ਼ਾ 'ਚ, ਅਤੇ ਸਾਡੇ ਵਾਲੇ ਬੰਦੇ ਸਾਰੇ ਭਰਾਵਾਂ ਦੇਸੀ ਜਿਉਂਦੇ। ਚਲੋ ਮੈਂ ਸਿੱਧਾ ਜਿਹਾ ਦੱਸਦਾ ਵੀ ਉਹ ਕਿੱਥੇ ਅਸਰ ਕਰਦਾ, ਕੋਬਰੇ ਨਾਲੋਂ ਕਈ ਗੁਣਾ ਜ਼ਿਆਦਾ ਜ਼ਹਿਰੀਲਾ ਹੁੰਦਾ। ਨਹੀਂ, ਹੀਮੋਟੌਕਸਿਨ ਮਤਲਬ ਜਿਵੇਂ ਮਤਲਬ ਆਪਾਂ ਨਿਊਰੋ ਦਾ ਮਤਲਬ ਦਿਮਾਗ, ਉਹ ਮਸਲ ਸਿਸਟਮ ਨੂੰ ਖਤਮ ਕਰਦਾ। ਅੱਛਾ, ਉਹ ਮਸਲ ਨੂੰ ਖਤਮ ਕਰਦਾ ਆਪਾਂ ਕਹਿੰਦੇ ਨਿਊਰੋ ਅਤੇ ਕਾਰਡੀਓ ਤਾਂ ਬ੍ਰੇਨ ਦੇ ਅਤੇ ਹਾਰਟ 'ਤੇ ਹੋ ਗਏ, ਬ੍ਰੇਨ ਦਾ ਅਤੇ ਹਾਰਟ ਦਾ ਹੋ ਗਿਆ। ਜਿਹੜਾ ਹੀਮੋਟੌਕਸਿਨ ਉਹ ਮਸਲ ਸਿਸਟਮ ਨੂੰ ਖਤਮ ਕਰਦਾ, ਮਤਲਬ ਸਾਰੀ ਬਾਡੀ ਇਕੱਠੇ ਕੰਮ ਛੱਡ ਜਾਂਦੀ ਹੈ, ਸਾਰੀ ਛੱਡ ਦਿੰਦੀ ਹੈ, ਉਹ 'ਚ ਪਸ ਮਗੇ ਭਰ ਜਾਂਦੀ ਆ। ਠੀਕ ਹੈ, ਨਾਲ ਦੀ ਨਾਲ ਹਾਂ ਉਹਦੇ ਨਾਲ ਬੰਦੇ ਦੀ ਜਿਹੜੀ ਮਸਲ ਸਿਸਟਮ ਆ ਉਹ ਡੈਮੇਜ ਹੋ ਜਾਂਦਾ, ਉਸ ਤੋਂ ਬਾਅਦ ਇਨਸਾਨ ਦੀ ਮੌਤ ਹੁੰਦੀ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜਾ ਸਾਸਕੇਲਡ ਵਾਈਪਰ ਹੈ ਉਹ ਵਾਈਪਰ ਦੀ ਪ੍ਰਜਾਤੀ ਦਾ ਹੀ ਸੱਪ ਹੈ, ਉਹਦੇ ਵਰਗਾ ਹੀ ਹੁੰਦਾ ਤਕਰੀਬਨ, ਅਤੇ ਨਹੀਂ ਉਹ ਥੋੜ੍ਹਾ ਬਰਾਊਨਿਸ਼ ਹੁੰਦਾ, ਅਤੇ ਉਹਦੇ 'ਤੇ ਵੀ ਸਪੌਟ ਹੁੰਦੇ ਆ ਬਣੇ ਹੋਏ, ਪੀਲੇ ਰੰਗ ਦੇ ਧੱਬੇ ਹੁੰਦੇ ਆ, ਭੂਰੇ ਵਿੱਚੋਂ ਪੀਲੇ ਦੇ ਧੱਬੇ ਹੁੰਦੇ ਆ। ਤਾਂ ਇਹ ਪਹਿਚਾਣ ਕਰਨੀ ਬਹੁਤ ਸੌਖੀ ਆ, ਚਾਰਟ ਹੈਗਾ ਤੁਸੀਂ ਦੇਖੋ ਉਹਦੇ ਵਿੱਚ ਤਕਰੀਬਨ ਪਛਾਣ ਆ ਜਾਂਦੀ ਹੈ। ਬਾਕੀ ਵੀ ਆਪਣੇ ਕੋਲ ਗੂਗਲ ਹੈਗੀ, ਆਪਾਂ ਦੁਨੀਆ ਭਰ ਦੀ ਜਾਣਕਾਰੀ ਉਹਦੇ 'ਚ ਰੱਖਦੇ ਹਾਂ। ਇੱਕ ਤਾਂ ਇਹ ਤਾਂ ਆਪਾਂ ਸੱਪ ਨੂੰ ਸਾਹਮਣੋਂ ਦੇਖ ਸਕਦੇ ਹਾਂ, ਹੈ ਨਾ, ਵੀ ਦਿਖ ਗਿਆ ਬਾਈ ਡੰਗ ਮਾਰਨ ਤੋਂ ਪਹਿਲਾਂ। ਮੰਨ ਲਓ ਸੱਪ ਲੜ ਗਿਆ ਰੱਬ ਨਾ ਕਰੇ ਕਿਸੇ ਦੇ, ਜਾਂ ਕਿਸੇ ਨੂੰ ਸ਼ੱਕ ਆ ਕਿ ਮੇਰੇ ਸੱਪ ਲੜਿਆ ਜੀ, ਠੀਕ ਹੈ, ਅਤੇ ਫਿਰ ਪਹਿਲੀ ਗੱਲ ਤਾਂ ਸੱਪ ਜਦੋਂ ਲੜਦਾ ਕੀ ਉਹਦਾ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਕਿ ਜਾਂ ਮੱਛਰ ਜਿੰਨੀ ਹੁੰਦੀ ਹੈ? ਪਹਿਲਾਂ ਤਾਂ ਇਹ ਜਦੋਂ ਸੱਪ ਜੇਕਰ ਜੇ ਤਾਂ ਬਿਨਾਂ ਜ਼ਹਿਰ ਵਾਲੇ ਸੱਪ ਵੀ ਇੱਦਾਂ ਦੇ ਹੈਗੇ ਆ। ਜੇਕਰ ਮੈਂ ਕਰਾਂ ਚੈੱਕਡ ਕੀਲਬੈਕ ਸਨੇਕ ਹੈ ਜਿਹੜਾ, ਉਹ ਫਰੈਸ਼ ਲੇਕ ਵਾਟਰ ਦਾ ਸਨੇਕ ਹੈ, ਮਗਰ ਤਾਜ਼ੇ ਪਾਣੀ ਦਾ, ਜਿਵੇਂ ਖਾਲ ਵਗੈਰਾ ਆਪਣੇ ਆਉਂਦੇ ਆ ਖੇਤ 'ਚ ਪਾਣੀ ਲੱਗਿਆ, ਉਹਦੇ 'ਚ ਆਪਣੇ ਚੈੱਕਡ ਕੀਲਬੈਕ ਆਮ ਹੀ ਮਿਲਦਾ, ਥੋੜ੍ਹਾ ਭੂ ਹਰਾ ਰੰਗ ਆ, ਗੂੜਾ ਹਰਾ ਰੰਗ ਦਾ ਹੁੰਦਾ ਉਹ, ਕਾਲੇਪਣ 'ਚ ਹੁੰਦਾ, ਅਤੇ ਉਹ ਜੇਕਰ ਦੰਦੀ ਭਰ ਲਏ ਤਾਂ ਇਨਸਾਨ ਦੇ ਬਹੁਤ ਜ਼ਿਆਦਾ ਪੀੜ ਹੁੰਦੀ ਹੈ। ਹਜੇ ਕੋਬਰੇ ਨਾਲ ਪੀੜ ਨਹੀਂ ਹੁੰਦੀ, ਪਰ ਜੇ ਚੈੱਕਡ ਕੀਲਬੈਕ ਦਾ ਦੱਸਿਆ ਬਿਨਾਂ ਜ਼ਹਿਰ ਵਾਲਾ, ਪਰ ਪੀੜ ਬਹੁਤ ਹੁੰਦੀ ਹੈ। ਠੀਕ ਹੈ, ਨਹੀਂ ਇੱਕ ਮੈਨੂੰ ਇਹ ਦੱਸੋ ਯਾਰ, ਸੱਪ ਕਹਿੰਦੇ ਉੱਡਣੇ ਸੱਪ ਵੀ ਹੁੰਦੇ ਬਈ? ਨਹੀਂ ਹੁੰਦਾ ਜੀ, ਨਹੀਂ ਕਹਿੰਦੇ ਉੱਡ ਕੇ ਮਾਰਦੇ ਆ? ਨਹੀਂ, ਗਲਾਈਡਰ ਸਨੇਕ ਹੁੰਦਾ, ਪਰ ਉਹ ਆਪਣੇ ਨਹੀਂ ਹੁੰਦਾ, ਨਾ ਹੀ ਪੰਜਾਬ 'ਚ ਹੁੰਦਾ। ਅੱਛਾ, ਉੱਡਣੇ ਗਲਾਈਡਰ ਸਨੇਕ ਹੁੰਦਾ, ਸੱਪ ਦੇ ਕਿਸੇ ਦੇ ਪੰਖ ਖੰਭ ਕਹਿ ਦਈਏ ਪੰਜਾਬੀ 'ਚ, ਖੰਭ ਅਤੇ ਪੈਰ ਹੁੰਦੇ ਹੀ ਨਹੀਂ, ਤਾਂ ਫਿਰ ਉੱਡਣਾ ਮਤਲਬ ਕੀ? ਅੱਛਾ, ਇਹ ਗੱਲ ਗਲਾਈਡਰ ਸਨੇਕ ਹੁੰਦਾ, ਉਹ ਬਹੁਤ ਜ਼ਿਆਦਾ ਦਰਖਤ ਦੀ ਉੱਪਰ ਟੀਸੀ 'ਤੇ ਚਲਿਆ ਜਾਂਦਾ, ਉੱਥੋਂ ਜਦੋਂ ਉਹ ਛੋਟੇ ਦਰਖਤ 'ਤੇ ਛਾਲ ਮਾਰਦਾ ਤਾਂ ਆਪਦੀ ਬੋਡੀ ਨੂੰ ਲਹਿਰਾਉਂਦਾ ਹਵਾ 'ਚ, ਤਾਂ ਉਹ ਲੋਕ ਉਹਨੂੰ ਉੱਡਣਾ ਸੱਪ ਕਹਿੰਦੇ ਆ। ਜਦਕਿ ਆਪਣੇ ਵੀ ਹੁਣ ਮਨਾਂ 'ਚ ਇਹੀ ਵਹਿਮ ਹੈ ਗੁਰਪ੍ਰੀਤ ਵੀਰੇ, ਕਿ ਜਦੋਂ ਲੋਕ ਕਹਿਣਗੇ ਬਈ ਉਹ ਸੱਪ ਬੈਠਾ, ਮੇਰੇ ਇੱਥੇ ਨਾ ਮਾਰੇ ਡਾਂਗੇ ਵੀਰੇ, ਉਹਦੇ ਪੰਖ ਥੋੜ੍ਹੀ ਹੈ, ਹਾਂ ਉਹ ਜੰਪ ਮਾਰਦਾ, ਲੇਕਿਨ 1.5 ਫੁੱਟ ਜੇ ਆਪਾਂ 5 ਫੁੱਟ 'ਤੇ ਬੈਠੇ ਹਾਂ, ਤਾਂ ਉਹ ਪਹਿਲੀ ਗੱਲ ਤਾਂ ਸੱਪ ਦੇ ਵਿੱਚ ਖਾਸੀਅਤ ਮੈਂ ਦੱਸ ਦਿਆਂ, ਉਹ ਇਹੋ ਜਿਹਾ ਜੀਵ ਹੈ ਜਿਹੜਾ ਇਨਸਾਨ ਤੋਂ ਡਰਦਾ, ਸੱਪ ਇਨਸਾਨ ਤੋਂ ਡਰਦਾ, ਪਰ ਇਨਸਾਨ ਆਪਦੇ ਡਰ ਕਰਕੇ, ਅੰਦਰਲੇ ਡਰ ਕਰਕੇ, ਕਹਿਣ ਨੂੰ ਮੈਂ ਬਹੁਤ ਬਹਾਦਰ ਹੈ ਪਰ ਮੇਰੇ ਅੰਦਰੋਂ ਡਰ ਹੈ ਕਿ ਸੱਪ ਹੈ, ਮੈਂ ਆਪਦੇ ਡਰ ਕਰਕੇ ਉਹਨੂੰ ਮਾਰ ਦਿੰਦਾ, ਜਦਕਿ ਉਹ ਮੇਰੇ 'ਤੇ ਅਟੈਕ ਉਦੋਂ ਕਰੂਗਾ ਜਦੋਂ ਮੈਂ ਉਹਦੇ ਕੋਲੇ ਜਾਊਂਗਾ। ਜੇ ਇੱਥੇ ਸੱਪ ਬੈਠਾ ਮੇਰੇ ਪਿੱਛੇ, ਤਾਂ ਉਹ ਮੇਰੇ ਕੋਲੇ ਡੱਸਣ ਨਹੀਂ ਆਊਗਾ,
ਉਹ ਮੈਥੋਂ ਡਰਦਾ ਕਿਉਂਕਿ ਮੇਰੀ ਬੋਡੀ ਉਹਦੇ ਨਾਲ ਵੱਡੀ ਹੈ, ਉਹ ਮੈਥੋਂ ਡਰਦਾ ਲੁਕੂਗਾ, ਉਹ ਲੁੱਕ ਕੇ ਬੈਠਾ। ਮੈਂ ਉੱਥੇ ਸਮਾਨ ਚੱਕਣ ਗਿਆ, ਮੈਨੂੰ ਵੀ ਨਹੀਂ ਪਤਾ ਸੀ। ਦੇਖੋ ਇੱਕ ਐਕਸੀਡੈਂਟ ਹੈ, ਇੱਕ ਕੁਦਰਤੀ ਤੌਰ 'ਤੇ ਸੱਪ ਆ ਕੇ ਮੇਰੇ ਘਰ ਦੇ ਮੰਨ ਲਓ ਕਿਸੇ ਖੂੰਜੇ 'ਚ ਬੈਠਾ, ਉਹ ਤਾਂ ਮੈਥੋਂ ਡਰ ਰਿਹਾ ਕਿ ਯਾਰ ਇਨਸਾਨ ਹੈ, ਕਿੱਡੀ ਬੋਡੀ, 5 ਫੁੱਟ 6 ਫੁੱਟ ਦੀ ਬੋਡੀ ਹੈ, ਉਹ ਮੈਨੂੰ ਨਾ ਨੁਕਸਾਨ ਪਹੁੰਚਾ ਦੇ। ਉਹ ਲੁਕਿਆ ਬੈਠਾ, ਮੈਨੂੰ ਵੀ ਨਹੀਂ ਪਤਾ ਵੀ ਸੱਪ ਹੈ, ਮੈਂ ਉੱਥੇ ਸਮਾਨ ਚੱਕਣ ਗਿਆ, ਉਹਨੇ ਡੱਸ ਲਿਆ। ਇਹ ਇੱਕ ਐਕਸੀਡੈਂਟ ਹੈ, ਜਿਵੇਂ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ, ਆਪਣੀ ਉਹਦੇ 'ਚ ਮੌਤ ਹੋ ਗਈ, ਤਾਂ ਆਪਾਂ ਕਾਰ ਦਾ ਬਾਈਕਾਟ ਨਹੀਂ ਕੀਤਾ, ਆਪਾਂ ਉਹ ਵੀ ਕਾਰ ਘਰੇ ਲਿਆਂਦੀ ਜਿਹਦੇ ਨਾਲ ਐਕਸੀਡੈਂਟ ਹੋਇਆ, ਅਤੇ ਆਪਾਂ ਹੋਰ ਵੀ ਕਾਰਾਂ ਚਲਾ ਰਹੇ ਹਾਂ, ਚਾਹੇ ਉਹਦੇ 'ਚ ਆਪਣਾ ਅਜ਼ੀਜ਼ ਕੋਈ ਮਰਜ਼ੀ। ਮੈਂ ਤੁਹਾਡੀ ਗੱਲ ਵਿੱਚ ਰੋਕਦਾ, ਇੱਕ ਮੈਂ ਪੁੱਛਣਾ ਚਾਹੁੰਦਾ, ਜੇ ਕਿਉਂਕਿ ਸਾਡੇ ਜ਼ਿਆਦਾਤਰ ਭਰਾ ਹੈ ਨਾ ਖੇਤਾਂ 'ਚ ਪਾਣੀ ਲਾਉਂਦੇ ਆ ਜੀ, ਜਿਹੜੇ ਪਾਣੀ ਵਾਲੇ ਸੱਪ ਜ਼ਹਿਰੀਲੇ ਹੁੰਦੇ? ਨਹੀਂ ਹੁੰਦਾ ਜੀ, ਆਪਣੀ ਇੰਡੀਆ ਦੇ ਵਿੱਚ ਪਾਣੀ ਵਾਲਾ ਸੱਪ ਵੀ ਜ਼ਹਿਰੀਲਾ ਨਹੀਂ ਹੈਗਾ। ਮਤਲਬ ਜੇ ਖੇਤ ਖਲਿਆਣ 'ਚ ਕੋਈ ਪੰਜਾਬ 'ਚ ਸੱਪ ਹੈ, ਮੰਨ ਲਓ ਕੋਈ, ਮੰਨ ਲਓ ਬਾਈ ਸਾਡਾ ਕੋਈ ਭਰਾ ਪਾਣੀ ਲਾ ਜਾਂਦਾ ਖਾਲ 'ਚ, ਉਹ ਖਾਲ 'ਚ ਅੰਦਰ ਪਾਣੀ 'ਚ ਸੱਪ ਤੁਰਿਆ ਆਉਂਦਾ, ਉਹ 'ਚ ਕੋਬਰਾ ਹੋ ਸਕਦਾ। ਉਹ ਤਾਂ ਦੇਖੋ ਪਾਣੀ ਵਾਲਾ ਸੱਪ ਨਹੀਂ ਹੈਗਾ, ਸਮੁੰਦਰੀ ਸੀ ਸਨੇਕ ਨਹੀਂ ਹੈਗਾ। ਅੱਛਾ, ਮਤਲਬ ਕਿ ਸੱਪ ਧਰਤੀ 'ਤੇ ਵੀ ਰਹਿ ਸਕਦਾ, ਪਾਣੀ 'ਚ ਵੀ ਰਹਿ ਸਕਦਾ? ਪਾਣੀ ਵੀ ਰਹਿ ਸਕਦਾ, ਕੋਬਰੇ ਸੱਪ ਨੂੰ ਤੁਸੀਂ ਪਾਣੀ 'ਚ ਸਿੱਟ ਦਿਓ, ਉਹ ਆਪਦਾ ਪਾਣੀ 'ਚ ਮੂਵ ਕਰੂਗਾ, ਚੱਲੂਗਾ, ਉਹਦੇ ਵਿੱਚ ਰਸਤੇ 'ਚ ਉਹਨੂੰ ਕੋਈ ਨੇੜੇ ਕੋਈ ਪੈਰ ਟਿਕ ਗਿਆ ਤਾਂ ਉਹਨੇ ਪਾਣੀ 'ਚ ਤੁਰੇ ਫਿਰਦੇ ਨੇ ਵੀ ਤਾਂ ਡੱਸ ਦੇਣਾ। ਠੀਕ ਹੈ, ਅਤੇ ਇੱਕ ਮੈਂ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਮੰਨ ਲਓ ਕਿਸੇ ਦੇ ਸੱਪ ਲੜ ਗਿਆ, ਅਨਫੋਰਚੁਨੇਟਲੀ ਕਿਸੇ ਦੇ ਲੜ ਗਿਆ, ਤਾਂ ਹੁਣ ਉਹਨੂੰ ਕਿਵੇਂ ਪਤਾ ਲੱਗੂ ਬਈ ਇਹ ਜ਼ਹਿਰ ਵਾਲਾ ਜਾਂ ਇਹ ਬਿਨਾਂ ਜ਼ਹਿਰ ਵਾਲਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਜੇ ਸਾਹਮਣੇ ਲੜਿਆ ਤਾਂ ਉਹਦੀ ਫੋਟੋ ਖਿੱਚ ਲਓ। ਕਈ ਲੋਕ ਮਾਰ ਦਿੰਦੇ ਆ, ਮਾਰ ਕੇ ਵੀ ਜੇ ਤੁਸੀਂ ਹਸਪਤਾਲ ਲੈ ਜਾਓਗੇ ਤਾਂ ਡਾਕਟਰ ਨੇ ਆਈਡੈਂਟੀਫਾਈ ਕਰ ਲੈਣਾ, ਆਪਾਂ ਨੂੰ ਨਹੀਂ ਪਤਾ। ਦੂਜੀ ਗੱਲ, ਜੇ ਤੁਸੀਂ ਨੂੰ ਪਤਾ ਵੀ ਸੱਪ ਮੇਰੇ ਲੜਿਆ, ਜੇ ਤਾਂ ਜੀ ਉਹਦੇ, ਦੇਖੋ ਜ਼ਹਿਰ ਵਾਲਾ ਸੱਪ ਆ ਜਿਹੜਾ ਉਹਦੇ 2 ਫੈਂਗਸ ਹੁੰਦੇ ਆ, ਇਹ ਦੰਦ ਆ ਜਿਹਨੂੰ ਫੈਂਗਸ ਕਿਹਾ ਜਾਂਦਾ, ਇਹਦੇ ਵਿੱਚ ਸਰਾਕ ਹੁੰਦਾ, ਜਿਵੇਂ ਨੀਡਲ ਸਰਿੰਜ ਲਾਉਂਦੇ ਆ ਆਪਾਂ, ਉਵੇਂ ਉਹ ਜ਼ਹਿਰ ਨੂੰ ਇੰਜੈਕਟ ਕਰਦਾ। ਉਹਦੇ ਇੱਥੇ ਥੈਲੀ ਹੁੰਦੀ ਹੈ, ਜਦੋਂ ਉਹ ਦੰਦ ਐਂ ਮਾਰਦਾ ਤਾਂ ਥੈਲੀ ਦੇ ਵਿੱਚ ਉਹ ਜ਼ਹਿਰ ਐਕਟਿਵ ਹੁੰਦਾ ਅਤੇ ਉਹ ਜਾ ਕੇ ਬੰਦੇ ਦੇ ਸਰੀਰ 'ਚ ਇੰਜੈਕਟ ਹੁੰਦਾ, ਇੰਜੈਕਸ਼ਨ ਲੱਗਦਾ। ਜੇ ਤਾਂ 2 ਦੰਦ ਹੈ ਤਾਂ ਇਹਦਾ ਮਤਲਬ ਉਹ ਜ਼ਹਿਰ ਵਾਲਾ, ਦੋਨੇ ਪਿੰਨ ਅੱਗੇ ਨਿਸ਼ਾਨ ਹੋਣਗੇ, ਉਹ ਜ਼ਹਿਰ ਵਾਲਾ। ਉਸ ਤੋਂ ਬਾਅਦ ਉਹ 'ਤੇ ਜਲਨ ਹੋਊਗੀ, ਜਲਨ ਤੋਂ ਬਾਅਦ ਉਹ ਸੋਜਿਸ਼ ਆਊਗੀ, ਸੋਜਿਸ਼ ਤੋਂ ਬਾਅਦ ਜਿਹੜਾ ਹੈਗਾ ਬੰਦੇ ਨੂੰ ਉਲਟੀਆਂ ਆਉਣਗੀਆਂ, ਪੇਟ ਦਰਦ ਹੋਊਗਾ, ਜੀ ਮਚਲਾਉਣ ਲੱਗ ਜੂਗਾ, ਇਹ ਉਹਦੇ ਮੁੱਢਲੇ ਲੱਛਣ ਨੇ। ਕਈ ਵਾਰੀ ਬੰਦਾ ਅੰਦਰੋਂ ਡਰ ਕੇ ਵੀ ਇਹ ਚੀਜ਼ਾਂ ਪ੍ਰੋਡਿਊਸ ਕਰ ਲੈਂਦਾ। ਤੀਜੀ ਗੱਲ ਉਹਦੇ 'ਚ ਇਹ ਹੈ ਵੀ ਜੇਕਰ ਸਾਨੂੰ ਕਈ ਵਾਰੀ ਕੋਈ ਕਹਿ ਦਿੰਦਾ ਵੀ ਕਿੰਨੇ ਦੰਦ, ਇੱਕ ਹੋਵੇ ਫਿਰ ਨਹੀਂ ਜ਼ਹਿਰ ਵਾਲਾ? ਇੱਕ ਦੰਦ ਹੁੰਦਾ ਹੀ ਨਹੀਂ ਜੀ, ਦੰਦ 2 ਹੀ ਮਾਰੂਗਾ ਉਹਦੇ, ਜੇ 2 ਦੰਦ ਹੈ ਤਾਂ ਸਾਰੇ ਸੱਪਾਂ 'ਚ 2 ਦੰਦ ਹੁੰਦੇ ਆ? ਜ਼ਹਿਰ ਵਾਲੇ ਸੱਪ ਦੇ 2 ਫੈਂਗਸ ਹੁੰਦੇ ਆ, ਜਿਹੜਾ ਬਿਨਾਂ ਜ਼ਹਿਰ ਵਾਲਾ ਹੁੰਦਾ ਉਹਦੇ ਉੱਪਰ ਵੀ ਦੰਦ ਪੂਰੇ ਹੁੰਦੇ ਆ, ਜਿਵੇਂ ਆਪਣੇ ਦੰਦਾਂ ਦੀ ਪੀੜ ਹੈ, ਥੱਲੇ ਵੀ ਦੰਦਾਂ ਦੀ ਪੀੜ ਹੁੰਦੀ ਆ, ਉਹ ਵੀ ਸ਼ੇਪ 'ਚ ਹੁੰਦੇ ਆ। ਅੱਛਾ, ਉਹਦੇ ਜ਼ਿਆਦਾ ਦੰਦ ਹੋਣਗੇ? ਉਹਦੇ ਜ਼ਿਆਦਾ ਹੋਣਗੇ, 4 ਹੋਣਗੇ 6 ਹੋਣਗੇ 8 ਵੀ ਹੋ ਸਕਦੇ, ਫਿਰ ਕੋਈ ਫਿਰ ਡਰਨ ਦੀ ਲੋੜ ਨਹੀਂ, 4-6 ਵਾਲਾ ਤਾਂ ਫਿਰ ਕੋਈ ਚੱਕਰ, 2 ਹੈ ਇਹਦਾ ਮਤਲਬ ਫੈਂਗਸ ਹੈ ਉਹਦੇ, ਫਿਰ ਖਤਮ। ਠੀਕ ਹੈ, ਦੂਜੀ ਗੱਲ, ਅੱਧੇ ਘੰਟੇ ਬਾਅਦ ਇਨਸਾਨ ਜਿਹੜਾ ਹੈਗਾ ਡੈਡ ਹੋਣਾ ਸ਼ੁਰੂ ਹੁੰਦਾ, ਡੈਡ ਨਹੀਂ ਮਗੇ ਅਨਕੌਂਸ਼ੀਅਸ ਬੇਹੋਸ਼ੀਅਲ ਜਾਊਗਾ, ਉਹਨੂੰ ਸਭ ਤੋਂ ਵਧੀਆ ਅਸੀਂ ਦੇਸੀ ਆ ਜਿਹੜਾ ਜਿੰਨਾ ਕੁ ਮੈਂ ਜਾਂ, ਵੈਸੇ ਅਸੀਂ ਡਾਕਟਰੀ ਇਲਾਜ ਹੀ ਰਿਕਮੈਂਡ ਕਰਦਾ, ਮੈਂ ਕਦੇ ਦੇਸੀ ਵਾਇਦ ਬਾਰੇ ਕਿਹਾ ਹੀ ਨਹੀਂ। ਫਿਰ ਵੀ ਕਈ ਵਾਰੀ ਮੈਨੂੰ ਕੋਈ ਪੁੱਛ ਲੈਂਦਾ, ਮੈਂ ਉਹਨੂੰ ਇਹੀ ਪੁੱਛਦਾ ਵੀਰੇ ਘਬਰਾਹਟ ਹੋ ਰਹੀ ਹੈ, ਅੱਖਾਂ ਮਿਚਣ ਲੱਗ ਗਈਆਂ, ਆਵਾਜ਼ ਥਥਲਾਉਣ ਲੱਗ ਗਈ, ਪੇਟ 'ਚ ਦਰਦ, ਉਲਟੀਆਂ ਸ਼ੁਰੂ ਹੋ ਗਈਆਂ, ਠੀਕ ਹੈ, ਇਹ ਲੱਛਣ ਮੁੱਢਲੇ ਆ ਵੀ ਇਹਦਾ ਮਤਲਬ ਜ਼ਹਿਰ ਚੜ ਚੁੱਕਿਆ, ਇਹਦਾ ਛੇਤੀ ਇਲਾਜ ਹੋਣਾ ਚਾਹੀਦਾ, ਨਹੀਂ ਇਹ ਬੰਦਾ ਖਤਰੇ 'ਚ ਹੈ। ਕਈ ਵਾਰੀ ਅਸੀਂ ਇਹ ਨਿੰਮ ਦੇ ਪੱਤੇ ਖਾ ਲਓ, ਜੇ ਨਿੰਮ ਦੇ ਪੱਤੇ ਖਾਣ 'ਤੇ ਬੰਦੇ ਦਾ ਨੂੰ ਮਿੱਠੇ ਲੱਗਦੇ ਆ, ਇਟ ਮੀਨਸ ਬਈ ਤੈਨੂੰ ਜ਼ਹਿਰ ਵਾਲਾ ਸੱਪ ਹੈ। ਮਤਲਬ ਕਿ ਜੇ ਨਿੰਮ ਵਾਲੇ ਪੱਤੇ ਖਾਂਦਾ ਤਾਂ ਮਿੱਠਾ ਲੱਗਦੇ ਆ, ਜੇ ਉਹਨੂੰ ਨਿੰਮ ਮਿੱਠਾ ਲੱਗਣ ਲੱਗ ਗਿਆ ਜ਼ਹਿਰ ਹੈ, ਜ਼ਹਿਰ। ਜੇ ਕਾਲੀਆਂ ਮਿਰਚਾਂ, ਹਰੀ ਮਿਰਚ ਵੀ ਮਿੱਠੀ ਲੱਗਦੀ ਹੈ ਤਾਂ ਵੀ ਜ਼ਹਿਰ ਵਾਲਾ, ਠੀਕ ਹੈ। ਅਤੇ ਕਈ ਵਾਰੀ ਜਿਹੜਾ ਅਸਰ ਹੈ ਬੰਦੇ ਦੀ ਆਪਦੀ ਇਮਿਊਨਿਟੀ 'ਤੇ ਵੀ ਡਿਪੈਂਡ ਹੈ, ਕਾਫੀ ਟਾਈਮ ਬਾਅਦ ਉਹਦੇ ਅਸਰ ਹੁੰਦਾ, ਉਹਨੂੰ ਨਹੀਂ ਨਿੰਮ ਦਾ ਇੰਨਾ ਪਤਾ ਲੱਗਿਆ, ਫਿਰ ਵੀ ਉਹਦੇ ਅਸਰ ਕਰ ਜਾਂਦਾ, ਤਾਂ ਉਹਦਾ ਸਭ ਤੋਂ ਵਧੀਆ ਇੱਕੋ ਹੀ ਹੈਗਾ। ਕਿਉਂਕਿ ਦੇਖੋ ਮੌਸਮ ਜਿਹੜਾ ਹੈਗਾ ਜੂਨ ਮਈ ਤੋਂ ਸ਼ੁਰੂ ਹੋ ਜਾਂਦਾ ਸੱਪਾਂ ਦਾ, ਨਵੰਬਰ ਤੱਕ ਚੱਲਣਾ। ਸਭ ਤੋਂ ਇਹ ਵੀ ਜੇ ਤੁਹਾਨੂੰ ਸੱਪ ਦਿਖਿਆ, ਜੇਕਰ ਲੜਿਆ ਤਾਂ ਉਹਨੂੰ ਉਹਦੀ ਫੋਟੋ ਖਿੱਚ ਲਓ, ਮੋਬਾਈਲ ਹਰ ਇੱਕ ਕੋਲ ਹੈ,
ਨਹੀਂ ਹੈਗਾ ਸੱਪ ਕੋਈ ਚੱਕਰ ਨਹੀਂ, ਉਹਦੇ ਲੱਛਣ ਉਹਦੀ ਪਹਿਚਾਣ ਆ ਜਾਂਦੀ ਆ। ਬੰਦੇ ਨੂੰ ਜਿੱਥੇ ਸੱਪ ਲੜਿਆ ਉਹ ਜਗ੍ਹਾ ਨੂੰ ਚੰਗੀ ਤਰ੍ਹਾਂ ਡਟੋਲ ਨਾਲ, ਸੈਵਲੋਨ ਨਾਲ ਜਾਂ ਐਂਟੀਸੈਪਟਿਕ ਨਾਲ ਧੋ ਲਓ। ਜਿਹੜਾ ਲੋਕ ਬੰਨਦੇ ਆ, ਬੰਨਣ ਦਾ ਵੀ ਇੱਕ ਤਰੀਕਾ ਹੁੰਦਾ। ਇੱਕ ਮੈਂ ਕਹਿਣਾ ਵੀ ਜਿੱਥੇ ਬੰਦਾ ਮੰਨ ਲਓ, ਸਿਆਣੇ ਕਹਿੰਦੇ ਪਿੰਡਾਂ ਵਾਲੇ ਯਾਦਰਾ, ਮੰਨ ਲਓ ਸੱਪ ਲੜ ਗਿਆ ਜੀ, ਮੰਨ ਲਓ ਇੱਥੇ ਸੱਪ ਲੜ ਗਿਆ ਤਾਂ ਨਾਲ ਦੇ ਨਾਲ ਕਹਿੰਦੇ ਵੀ ਪੱਛ ਲਾ ਦਿਓ। ਮੇਰੇ ਇੱਥੇ ਸੱਪ ਲੜ ਗਿਆ, ਮੇਰੇ ਇੱਥੇ ਪੱਛ ਲਾ ਤਾ, ਇੱਥੇ ਕੱਟ ਲਾ ਤਾ, ਠੀਕ ਹੈ ਜੀ, ਮੇਰੀਆਂ ਦੋ ਨਾੜਾਂ ਮੜਤੀਆਂ, ਉਹ ਕਹਿੰਦੇ ਖੂਨ ਵਾਲੀਆਂ, ਠੀਕ ਹੈ। ਸੱਪੋ ਬਿਨਾਂ ਜ਼ਹਿਰ ਵਾਲਾ ਸੀ, ਮੈਂ ਮਰਨਾ ਹੀ ਨਹੀਂ ਸੀ ਉਹਦੇ ਨਾਲ, ਮੈਨੂੰ ਨਹੀਂ ਪਤਾ ਸੀ, ਤੁਸੀਂ ਕਹਿਤਾ। ਕਹਿੰਦੇ ਗੁਰਵਿੰਦਰ ਤੇਰੇ ਸੱਪ ਲੜ ਗਿਆ, ਮੈਂ ਯਾਰ ਮੇਰੇ ਸੱਪ ਲੜ ਗਿਆ, 5 ਫੁੱਟ ਦਾ ਸੱਪ ਸੀ, ਤੁਸੀਂ ਚੱਕਿਆ ਬਲੇਡ ਇੱਥੇ ਮਾਰਤਾ ਇੱਥੇ ਮਾਰਤਾ। ਪਹਿਲੀ ਗੱਲ ਤਾਂ ਉਹ ਬਲੇਡ ਪਤਾ ਨਹੀਂ ਕਿਹੋ ਜਿਹਾ ਸੀ, ਇਨਫੈਕਸ਼ਨ ਹੋ ਗਈ। ਦੂਜਾ ਉਹ ਸੱਪ ਬਿਨਾਂ ਜ਼ਹਿਰ ਵਾਲਾ ਸੀ, ਤੁਸੀਂ ਮੇਰੀਆਂ ਦੋ ਖੂਨ ਦੀਆਂ ਨਾੜਾਂ ਮੜਤੀਆਂ, ਮੇਰਾ ਹੋਮੋਗਲੋਬਿਨ ਘੱਟ ਜੂਗਾ, ਐਚ ਬੀ ਮੇਰਾ ਡਾਊਨ ਹੋਜੂ, ਮੇਰਾ ਬੀ ਪੀ ਡਾਊਨ ਹੋ ਗਿਆ, ਮੇਰੀ ਵੈਸੀ ਮੌਤ ਹੋਜੂ, ਕਿੱਥੇ ਮੈਂ ਬਚ ਜਾਣਾ ਸੀ ਬਿਨਾਂ ਜ਼ਹਿਰ ਵਾਲਾ, ਕਿੱਥੇ ਮੇਰੇ 'ਤੇ ਤੁਸੀਂ ਤਜਰਬਾ ਕਰ ਲਿਆ। ਮੰਨ ਕੇ ਵੀ ਇਹ ਪੱਛ ਨਾ ਲਾਵੇ ਬੰਦਾ, ਨਹੀਂ। ਦੂਜੀ ਗੱਲ ਇੱਕ ਇਹ ਕਹਿੰਦੇ ਵੀ ਮੰਨ ਲਓ ਜੇ ਸੱਪ ਲੜ ਗਿਆ, ਪਤਾ ਕਹਿੰਦੇ ਵੀ ਉਹ ਇੱਕ ਮਣਕਾ ਹੁੰਦਾ ਜੋਗੀ ਵੇਚ ਕੇ ਜਾਂਦੇ ਆ, ਤੇ ਉਹ ਲਾ ਦੇ ਤੇ ਉਹ ਸਾਰੇ ਦਾ ਸਾਰਾ ਜ਼ਹਿਰ ਕਹਿੰਦੇ ਮਣ ਕੇ ਜਾ ਜਾਂਦਾ, ਨਹੀਂ ਹੁੰਦਾ। ਗੁਰਪ੍ਰੀਤ ਜੀ, ਇਨਸਾਨੀ ਖੂਨ ਦਾ ਨਾਲਾ ਸੋ ਜਿਹੜਾ ਖੂਨ ਦਾ ਐਚ ਬੀ ਹੁੰਦਾ ਹੋਮਿਓਗਲੋਬਿਨ, ਉਹਦਾ ਇੱਕ ਕੌਲਾ ਲੈ ਲਓ, ਉਹਦੇ ਵਿੱਚ ਜ਼ਹਿਰੀਲੇ ਸੱਪ ਦੀ ਇੱਕ ਬੂੰਦ ਪਾ ਦਿਓ, ਉਹ ਜੈਲੀ ਬਣ ਜੂ, ਜਿਵੇਂ ਗੇਂਦ ਨਹੀਂ ਹੁੰਦੀ ਬੱਚੇ ਖੇਡਦੇ ਆ, ਜੈਲੀ, ਉਹ ਜੈਲੀ ਬਣ ਜੂ, ਜੈਲ ਬਣ ਜੂਗੀ ਉਹ, ਠੀਕ ਹੈ। ਜਦੋਂ ਸੱਪ ਨੇ ਜ਼ਹਿਰ ਵਾਲੇ ਨੇ ਲੜ ਗਿਆ, ਮੇਰੇ ਖੂਨ ਆ ਜਿਹੜਾ ਉਹ ਕਲੌਟ ਬਣ ਜਾਣਗੇ, ਉਹ ਧੱਬੇ ਬਣ ਕੇ ਜੰਮ ਜੂਗਾ। ਤੁਸੀਂ ਹੁਣ ਦੱਸੋ ਵੀ ਖੂਨ ਮੇਰਾ ਇੱਥੋਂ ਤੱਕ ਜੰਮ ਗਿਆ, ਧੱਬੇ ਬਣ ਗਏ, ਕਲੌਟ ਬਣ ਗਏ, ਐਡਾ ਕੁ ਮਣਕਾ ਇਹਦੇ ਵਿੱਚੋਂ, ਕਲੌਟ ਦੇ ਵਿੱਚੋਂ ਜ਼ਹਿਰ ਕਿਵੇਂ ਕੱਢ ਦੂਗਾ? ਸੋਚਣ ਵਾਲੀ ਗੱਲ ਹੈ ਵੀ ਉਹ ਮਣਕਾ ਐਡਾ ਕੁ, ਉਹਨੂੰ ਇੱਥੇ ਲਾਤਾ, ਕਹਿੰਦੀ ਤੇਰਾ ਜ਼ਹਿਰ ਚੂਸ ਲੂ, ਉਹ ਐਡੇ ਕਲੌਟ ਦੇ ਵਿੱਚੋਂ ਪੂਰੀ ਬਾਂਹ 'ਚ ਕਲੌਟ ਬਣ ਗਏ, ਹਾਰਟ ਤੱਕ ਕਲੌਟ ਪਹੁੰਚ ਜਾਣਗੇ ਜੇ ਟਾਈਮ 'ਤੇ ਇਲਾਜ ਨਾ ਮਿਲਿਆ, ਹਾਰਟ ਦੀ ਪੰਪਿੰਗ ਬੰਦ ਹੋ ਜੂ, ਮੈਂ ਮਰ ਜੂੰ। ਪਰ ਉਹ ਇਹ 'ਚੋਂ ਕਿਵੇਂ ਚੂਸ ਲੂ? ਅਸਲ 'ਚ ਕੀ ਆ, ਉਹ ਨਾ ਹੱਡੀ, ਫਿਰ ਕੀ ਹਾਲਾਤਾਂ, ਹੱਡੀ ਤਪਾਈ ਵੀ ਹੁੰਦੀ ਹੈ, ਹੱਡੀ ਦੇ ਵਿੱਚ ਸੂਖਮ ਸੁਰਾਖ ਹੁੰਦੇ ਆ, ਉਹ ਜਦੋਂ ਵੀ ਕਿਤੇ ਕੋਈ ਫੋੜਾ ਹੈਗਾ ਜਾਂ ਕਿਤੇ ਕੱਟ ਲੱਗਿਆ ਵਾ, ਜ਼ਖਮ ਹੈ, ਉੱਥੇ ਵੀ ਤੁਸੀਂ ਲਾ ਦਿਓਗੇ ਨਾ, ਤਾਂ ਉਹਨੇ ਵਿੱਚੋਂ ਜਿਹੜਾ ਖੂਨ ਨੂੰ ਸੱਕ ਕਰਨਾ, ਜਿਹੜਾ ਆਪਣੇ ਅੰਦਰ ਲਿਕੁਇਡ ਹੈ, ਖੂਨ ਹੈ, ਉਹਨੂੰ ਸੱਕ ਕਰਨਾ, ਉਹ ਸੱਕ ਕਰ ਕਰਕੇ ਉਹ ਚਿਪਕ ਜਾਂਦਾ, ਪਰ ਉਹ ਜ਼ਹਿਰ ਨਹੀਂ ਕੱਢਦਾ, ਇਹ ਸਿਰਫ ਵਹਿਮ ਹੈ, ਬਹੁਤ ਵੱਡਾ ਵਹਿਮ ਹੈ। ਮਤਲਬ ਕਿ ਜਿਹੜਾ ਹੈਗਾ ਜੋਗੀਆਂ ਦੁਆਰਾ ਆਪਦਾ ਧੰਦਾ ਚਲਾਇਆ ਹੁੰਦਾ, ਉਹ ਉਹਦੀ ਰੋਜੀ ਰੋਟੀ ਹੈ ਉਹਨਾਂ ਦੇ ਵਿਚਾਰਿਆਂ ਨੇ, ਕਿਹੜਾ ਇੱਕ ਜਿਹੜਾ ਫਿਰ ਮੰਨ ਲਓ ਜਿਹੜਾ ਜੋਗੀ ਹੈ, ਤੁਸੀਂ ਮੈਂ ਦੇਖਿਆ ਸੱਪ ਫੜਦੇ ਹੋ ਬਈ ਗਲਵਜ਼ ਪਾ ਕੇ, ਮੰਨ ਲਾ ਮਾਡਰਨ ਜੋਗੀ ਹੋ ਤੁਸੀਂ ਤਾਂ ਇੱਕ ਤਰ੍ਹਾਂ ਦੇ, ਉਹ ਵਿਚਾਰੇ ਬੀਨ ਮਾਰ ਮਾਰ ਕੇ ਵਿਚਾਰਾ ਇੰਨਾ ਜਿਹੜਾ ਕਹਿੰਦੇ ਬੀਨ 'ਤੇ, ਇੱਕ ਇਹ ਇਹ ਵੀ ਮੰਨਿਆ ਜਾਂਦਾ ਮੈਂ ਦੱਸਾਂ ਵੀ ਚਲੋ ਬੀਨ 'ਤੇ ਤਾਂ ਸੱਪ ਨੇ ਆਉਣਾ ਹੀ ਹੈ, ਅਤੇ ਕਈ ਵਾਰੀ ਇਹ ਹੁੰਦਾ ਵੀ ਘਰੇ ਕਹਿੰਦੇ ਵੀ ਜੇਕਰ ਘਰ ਦੇ ਮੰਨ ਲਓ ਕੋਈ ਕੋਈ ਗਾਣਾ ਚੱਲ ਪਿਆ ਜਾਂ ਕੋਈ ਫਿਲਮ ਚੱਲ ਪਈ ਬੀਨ ਵਾਲੀ, ਕਹਿੰਦੇ ਵੀ ਸੱਪ ਮੂਹਰੇ ਆ ਕੇ ਮਿਲਣ ਲੱਗ ਪੈਂਦਾ। ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ ਜੀ, ਇਹ ਦੇਖੋ ਪਤਾ ਕੀ, ਮੈਂ ਦੱਸੂਗਾ ਪੜ੍ਹਾਈ ਵਾਲੀ ਗੱਲ, ਪੜ੍ਹੇ ਲਿਖੇ ਵਾਲੀ, 21ਵੀਂ ਸਦੀ ਹੈ, ਆਪਾਂ ਤੁਰੇ ਫਿਰਦੇ ਹਾਂ, ਬੀ ਏ ਐੱਮ ਏ ਕਰਕੇ ਵੀ ਲੋਕ ਫੋਨ ਇਹੀ ਕਰਦੇ ਆ, ਬਾਈ ਜੀ ਬੀਨ ਹੈਗੀ ਆ, ਮੰਨ ਲਓ ਮੈਨੂੰ ਫੋਨ ਆਇਆ ਬਾਈ ਸਾਡੇ ਸੱਪ ਹੈ, ਮੈਂ ਕਿਹਾ ਯਾਰ ਦੱਸੀ ਕਰਾ ਕਿੱਥੇ ਆ, ਕਹਿੰਦਾ ਬਾਈ ਉਹ ਸਾਹਮਣੇ ਬੈਠਾ ਅਲਮਾਰੀ ਥੱਲੇ, ਮੈਂ ਕਿਹਾ ਕੋਈ ਨਹੀਂ, ਇੱਕ ਮਿੰਟ ਪਾਸੇ ਉਹ, ਜਦੋਂ ਮੈਂ ਗਲਵਜ਼ ਚੜ੍ਹਾ ਲਈ ਤਾਂ ਆਪਦੀ ਲੈ ਲਈ ਹੁੱਕ ਟੋਂਗ ਲੈ ਲਈ, ਮੈਂ ਕਿਹਾ ਯਾਰ ਮੈਂ ਦੇ ਦਾਂ, ਕਹਿੰਦਾ ਬਾਈ ਬੀਨ ਕਿੱਥੇ ਆ, ਮੈਂ ਕਿਹਾ ਬਾਈ ਕਿੰਨਾ ਪੜਿਆ, ਕਹਿੰਦਾ ਯਾਰ ਬੀਨ ਤੋਂ ਬਿਨਾਂ ਸੱਪ ਕਿਵੇਂ ਆਊ, ਮੈਂ ਕਿਹਾ ਵੀਰ ਮੈਂ ਲਿਆਉਣਾ ਕੱਢ ਕੇ, ਮੈਂ ਗਿਆ ਸੱਪ ਉੱਤੇ ਬੈਠਾ, ਮੈਂ ਚੱਕਿਆ, ਚੱਕ ਕੇ ਲਿਆ ਕੇ ਮੈਨੂੰ ਕਰਕੇ ਬੰਨ੍ਹ ਕੇ ਰੱਖ ਲਿਆ, ਠੀਕ ਹੈ ਜੀ, ਗੁਦਰੀ 'ਚ ਪਾ ਲਿਆ। ਹੁਣ ਗੱਲ ਇੱਥੇ ਇਹ ਆ ਵੀ ਦੇਖੋ, ਜਿਹੜੋਂ ਵੀ ਬੀਨ ਵਜਾਉਂਦਾ ਜੋਗੀ ਜੀ, ਬੀਨ ਵਜਾਈ ਜਾਂਦਾ ਉਹਦੇ ਮੂਹਰੇ ਕੋਬਰਾ ਸੱਪ ਬੈਠਾ ਹੁੰਦਾ, ਕੀ ਕੰਨ ਇਕੱਲੇ ਕੋਬਰੇ ਨੂੰ ਸੁਣਦੀ ਹੈ ਬੀਨ? ਵੈਸੇ ਤਾਂ ਸੱਪ ਦੇ ਕੰਨ ਹੀ ਨਹੀਂ ਹੁੰਦੇ, ਕਿਸੇ ਸੱਪ ਦੇ ਕੰਨ ਨਹੀਂ ਹੁੰਦੇ, ਤੇ ਫਿਰ ਜੇ ਕੰਨ ਹੀ ਨਹੀਂ ਹੁੰਦੇ ਫਿਰ ਬੀਨ ਸੁਣਦੀ ਕਿਵੇਂ? ਮੈਂ ਉਹੀ ਕਹਿ ਰਿਹਾ ਨਾ ਜੀ, ਇਕੱਲਾ ਕੋਬਰਾ ਹੀ ਕਿਉਂ ਐਂ ਕਰੀ ਜਾਂਦਾ ਹੁੰਦਾ, ਕਾਮਨ ਕ੍ਰੀਏਟ ਕਿਉਂ ਨਹੀਂ ਕਰਦਾ, ਰਸਲ ਵਾਈਪਰ ਕਿਉਂ ਨਹੀਂ ਕਰਦਾ, ਠੀਕ ਹੈ, ਸੈਂਡ ਬੋਆ ਕਿਉਂ ਨਹੀਂ ਕਰਦਾ, ਚੈੱਕਡ ਕੀਲਬੈਕ ਕਿਉਂ ਨਹੀਂ ਕਰਦਾ, ਇਹਦਾ ਕੀ ਕਾਰਨ ਆ ਫਿਰ? ਐਕਚੁਅਲੀ ਕੀ ਆ ਕਿ ਕੋਬਰਾ ਸੱਪ ਹੈ ਜਿਹੜਾ ਨਾ, ਕੋਬਰਾ ਸੱਪ ਜਿੰਨੀ ਵੀ ਉਹਦੇ ਨੇੜੇ ਹਿਲਜੁਲ ਹੋਊਗੀ,
ਕੋਬਰਾ ਸੱਪ ਨੇ ਫਨ ਚੱਕ ਲਿਆ ਮੇਰੇ ਕੋਲ, ਹੁਣ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸੱਪ ਹੈ ਫੜਿਆ ਗਾ ਆਪਾਂ ਹੁਣ ਰੈਸਕਿਊ ਕੀਤਾ ਉਹਦੇ ਉਹਨੇ ਫਨ ਚੱਕ ਲਿਆ, ਉਹਨੂੰ ਸਾਈਡਾਂ ਤੋਂ ਦਿਖਦਾ ਹੁੰਦਾ, ਉਹਨੂੰ ਫਰੰਟ ਤੋਂ ਨਹੀਂ ਦਿਖਦਾ। ਇਸੇ ਕਰਕੇ ਕਈ ਲੋਕ ਕਿਸ ਕਰਦੀ ਦੀਆਂ ਵੀਡੀਓ ਆਉਂਦੀਆਂ, ਕਈ ਰੈਸਕਿਊਰ ਆ ਜਿਹੜੇ ਉਹਨੂੰ ਸੱਪ ਨੂੰ ਕਿਸ ਕਰਦੇ ਆ ਮੂੰਹੋਂ, ਉਹਦੀ ਚੁੰਮੀ ਲੈਂਦੇ ਆ ਮੂੰਹ ਦੇ ਉੱਤੇ, ਠੀਕ ਹੈ, ਉਹਨੂੰ ਸਾਈਡਾਂ ਤੋਂ ਦੇਖਦੇ, ਉਹਦੇ ਸਾਈਡਾਂ 'ਤੇ ਅੱਖਾਂ ਹੁੰਦੀ ਆ, ਉਹ ਕੀ ਹੈ ਕਿ ਉਹਦੇ ਮੂਹਰੇ ਚਾਹੇ ਤੁਸੀਂ ਰੁਮਾਲ ਐਂ ਕਰੋਗੇ ਉਹਨੇ ਐਂ ਕਰੀ ਜਾਣਾ, ਜੇ ਤੁਸੀਂ ਵੀ ਹਿੱਲ ਕੇ ਉੱਥੋਂ ਤੁਰ ਕੇ ਇੱਥੇ ਆ ਗਏ ਤਾਂ ਉਹਨੇ ਐਂ ਮੂਵ ਕਰਨਾ, ਐਂ ਕਰਨਾ, ਉਹਨਾਂ ਸਾਈਡਾਂ ਤੋਂ ਦਿੰਦਾ, ਉਹਨੂੰ ਸਿਰਫ ਸਾਈਡਾਂ ਤੋਂ ਨਹੀਂ ਨਾ, ਉਹਨੂੰ ਇੱਕ ਵਸਤੂ ਦਿਖ ਰਹੀ ਹੁੰਦੀ ਹੈ, ਇੱਕ ਸਟੈਚੂ ਦਿਖ ਰਿਹਾ ਹੁੰਦਾ ਉਹਨੂੰ, ਬੀਣ ਨਾਲ ਨਹੀਂ ਮਤਲਬ, ਬੀਣ ਦੇ ਮੂਹਰੇ ਜਿਹੜਾ ਹੱਥ ਲਾਇਆ ਜਾਂਦਾ ਨਾ ਬੀਣ ਦੇ ਕੋਲ, ਐਂ ਕੀਤਾ ਜਾਂਦਾ ਜਾਂ ਥੱਲੇ ਮੂਹਰੇ ਉਹਦੇ ਕੋਈ ਬੰਨਿਆ ਹੁੰਦਾ ਫੁੱਲ, ਉਹ ਉਹਨੂੰ ਦੇਖ ਕੇ ਐਂ ਕਰਦਾ ਤਾਂ ਉਦੋਂ ਉਹਦਾ ਫੁਕਾਰਾ ਵੀ ਮਾਰਦਾ, ਠੀਕ ਹੈ, ਉਹਨੂੰ ਅਸਲ 'ਚ ਕੁਛ ਜਦੋਂ ਜੇ ਸੱਪ ਨੂੰ ਜਿਹੜਾ ਕੋਬਰਾ ਬਿਲਕੁਲ ਸਾਹਮਣੇ ਖੜਾ, ਤੁਸੀਂ ਉਹਦੇ ਮੂਹਰੇ ਹਿੱਲੀ ਜਾਂਦੇ ਹੋ, ਤੁਹਾਡੇ ਮੂਹਰੇ ਐਂ ਹਿੱਲੀ ਜਾਊਗਾ, ਤੁਸੀਂ ਬਿਲਕੁਲ ਐਂ ਖੜ ਗਏ, ਕੋਈ ਹਰਕਤ ਨਹੀਂ ਕਰ ਰਹੇ, ਉਹਨੇ ਆਪਦਾ ਸਿਰ ਡਾਊਨ ਕਰਨਾ, ਤੁਹਾਡੇ ਕੋਲ ਦੀਆਂ ਲੰਘ ਜਾਣਾ, ਉਹ ਉਦੋਂ ਅਟੈਕ ਕਰਦਾ ਜਦੋਂ ਉਹਦੇ ਮੂਹਰੇ ਹਰਕਤ ਹੁੰਦੀ ਹੈ, ਉਹਦੇ ਮੂਹਰੇ ਕੋਈ ਚੀਜ਼ ਹਿੱਲ ਜੁੱਲ ਕਰਦੀ ਹੈ। ਤੇ ਬਾਕੀ ਸੱਪ ਵੀ ਇਹੀ ਕੁਝ ਕਰਦੇ ਜਿਵੇਂ ਕੋਬਰਾ ਕਰਦਾ? ਬਿਲਕੁਲ, ਦੂਜੇ ਖੜਦੇ ਨਹੀਂ ਇਹ, ਦੂਜੇ ਭੱਜ ਜਾਂਦੇ ਆ, ਬਿਲਕੁਲ ਨਹੀਂ। ਜੇ ਹੁਣ ਮੈਂ ਮੇਰੇ ਕੋਲ ਇੰਡੀਅਨ ਰੈਡ ਸਨੇਕ ਆ, ਦਾਮਨ ਹੈ, ਘੋੜਾ ਪਛਾੜ ਸੱਪ ਹੈ, ਉਹਨੂੰ ਮੈਂ ਇੱਥੇ ਰੱਖੂੰਗਾ, ਉਹ ਰੱਖੂ ਮਗਰੋਂ ਪਹਿਲਾਂ ਭੱਜੂਗਾ। ਮੇਰੇ ਕੋਲ ਗਲੋਸੀ ਹੈਗਾ, ਗਲੋਸੀ ਬੈਲਡ ਰੇਸਰ ਸਨੇਕ ਹੈ, ਉਹਨੂੰ ਜਦੋਂ ਮੈਂ ਛੱਡਤਾ ਉਹਨੇ ਨਾਲ ਦੀ ਨਾਲ ਭੱਜ ਜਾਣਾ, ਉਹ ਖੜਦੇ ਨਹੀਂ ਕਿਉਂਕਿ ਉਹ ਫਣ ਚੱਕਦੇ ਹੀ ਨਹੀਂ, ਜਿਹੜਾ ਫਣ ਚੱਕਦਾ ਉਹਨੂੰ ਹੀ ਸਾਈਡ ਤੋਂ ਦਿਖਦਾ। ਤਾਂ ਜੋਗੀ ਸਿਰਫ ਕੋਬਰਾ ਹੀ ਕਿਉਂ ਲਿਆਉਂਦੇ ਆ ਬੀਣ ਨਾਲ? ਅੱਛਾ, ਬਾਕੀ ਨਹੀਂ ਆਉਂਦੇ ਫਿਰ? 50,000 ਦੀ ਸ਼ਰਤ ਤੁਹਾਡੇ ਥਰੂ ਮੈਂ ਇਹ ਚੈਲੰਜ ਕਰਦਾ, ਤੁਸੀਂ ਚੈਨਲ 'ਤੇ ਬਣਾ ਰਹੇ ਹੋ, ਜੋਗੀ ਨੂੰ ਕਹਿ ਦੇ ਬੀਨ ਨਾਲ ਕੋਬਰੇ ਤੋਂ ਬਿਨਾਂ ਰਸਲ ਵਾਈਪਰ ਕੱਢ ਕੇ ਦਿਖਾ ਦੇ, ਕੋਮਨ ਕ੍ਰੇਟ ਕੱਢ ਕੇ ਦਿਖਾ ਦੇ। ਮੈਂ ਕੋਮਨ ਕ੍ਰੇਟ ਵੀ ਫੜਿਆ, ਅਸੀਂ ਸਾਸਕੇਲਡ ਵੀ ਜਿਹੜਾ ਰੈਸਕਿਊ ਕੀਤਾ ਵਾ, ਠੀਕ ਹੈ, ਅਸੀਂ ਜਿਹੜੇ ਹੋਰ ਕੀਤੇ ਉਹਦਾ ਮੇਰੇ ਅਣਗਿਣਤ ਆ, ਮੈਂ ਜੇ ਨਾਂ ਲੈਣ ਲੱਗ ਜਾ ਹੈ ਨਾ ਤਾਂ ਟਾਈਮ ਇੰਨਾ ਕੋਜੂ, ਤਾਂ ਉਹਦੇ 'ਚ ਮੈਨੂੰ ਕੋਈ ਸੱਪ ਜਿਹੜਾ ਨੌਨ ਵਿਨਮਸ ਆ ਬਿਨਾਂ ਜ਼ਹਿਰ ਵਾਲਾ, ਉਹ ਬੀਨ ਨਾਲ ਕੱਢ ਕੇ ਦਿਖਾ ਦੇ, ਮੈਂ 50,000 ਦਾ ਇਨਾਮ ਦੇ ਦੂੰ। ਉਹ ਕੋਬਰਾ ਹੀ ਕਿਉਂ ਲਿਆਉਂਦੇ ਆ? ਉਹ ਵੀ ਰੋਜੀ ਰੋਟੀ ਆ, ਉਹ ਵੀ ਰੋਜੀ ਰੋਟੀ ਆ। ਅਤੇ ਆਪਾਂ ਚਲੋ ਅੱਗੇ ਗੱਲ ਕਰਗੇ ਬਾਈ, ਮੰਨ ਲਓ ਆਪਾਂ ਜਿਹੜਾ ਹੈਗਾ ਸੱਪ ਦਾ, ਇੱਕ ਕਹਿੰਦੇ ਵੀ ਯਾਰ ਜਿਹੜੀ ਸੱਪ ਸੀਨ ਹੈ, ਇੱਕ ਕਹਿੰਦੇ ਚੰਨਣ ਘੀਰਾ, ਇਹਨਾਂ ਦੀਆਂ ਵੀ ਕਿਸਮਾਂ, ਇਹ ਵੀ ਕਹਿੰਦੇ ਸੱਪ ਤੋਂ ਵੱਧ ਜਿਹੜੀਆਂ ਹੈਗੀਆਂ ਜ਼ਹਿਰੀਲੇ ਹੁੰਦੇ ਆ, ਗੱਲਾਂ ਸਹੀ ਹੈ? ਨਹੀਂ ਜੀ, ਇਹ ਵੀ ਬਿਲਕੁਲ ਝੂਠ ਹੈ। ਮੈਂ ਕਿ ਪਤਾ ਨਹੀਂ ਅਣਗਿਣਤੀ ਜਿਹੜੀ ਗੋ ਹੈ ਉਹ ਰੈਸਕਿਊ ਕਰ ਚੁੱਕੇ ਹਾਂ, ਫੜ ਚੁੱਕੇ ਹਾਂ, ਲੋਕਾਂ ਨੇ ਉਹਨੂੰ ਵੀ ਦਹਿਸ਼ਤ, ਇੱਕ ਜੀਵ ਭੋਲਾ ਭਾਲਾ ਜੀਵ ਹੈ, ਉਹਨੂੰ ਵੀ ਤੁਸੀਂ ਦਹਿਸ਼ਤ ਗਿਰਦ ਬਣਾ ਰੱਖਿਆ, ਉਹਨੂੰ ਵੀ ਖਲਨਾਇਕ ਬਣਾ ਰੱਖਿਆ। ਭਾਰਤ ਦੇ ਵਿੱਚ 6 ਜਿਹੜੀਆਂ ਗੋ ਦੀਆਂ ਕਿਸਮਾਂ ਨੇ, ਇਹਨੂੰ ਮੋਨੀਟਰ ਲਿਜ਼ਰਡ ਕਿਹਾ ਜਾਂਦਾ, 6 ਕਿਸਮਾਂ ਨੇ, ਉਹ 'ਚੋਂ 4 ਕਿਸਮਾਂ ਜਿਹੜੀਆਂ ਬੰਗਾਲ ਮੋਨੀਟਰ ਲਿਜ਼ਰਡ, ਕਬਰਾ ਮੋਨੀਟਰ ਲਿਜ਼ਰਡ ਜਿਹਨੂੰ ਵਾਟਰ ਕਹਿ ਦਿੰਦੇ ਆ, 3 ਯੈਲੋ ਮੋਨੀਟਰ ਲਿਜ਼ਰਡ ਅਤੇ ਡੈਜ਼ਰਟ ਮੋਨੀਟਰ ਲਿਜ਼ਰਡ, ਛਿਪਕਲੀ ਦੀ ਪ੍ਰਜਾਤੀ 'ਚੋਂ ਹੈਗੀ ਹੈ ਇਹ। ਅਤੇ ਭਾਰਤ ਦੇ ਵਿੱਚ ਕੋਈ ਵੀ ਗੋ ਹੈ ਜਿਹੜੀ ਮੋਨੀਟਰ ਲਿਜ਼ਰਡ ਹੈ ਜਿਹੜੀ, ਉਹ ਜ਼ਹਿਰੀਲੀ ਨਹੀਂ ਹੁੰਦੀ, 1% ਵੀ ਜ਼ਹਿਰ ਉਹਦੇ ਵਿੱਚ ਨਹੀਂ ਹੁੰਦਾ, ਵੈਨਮ ਨਹੀਂ ਹੁੰਦਾ, ਨੌਨ ਵੈਨਮਸ ਜੀਵ ਹੈ। ਹੁਣ ਉਹਦੇ ਵਿੱਚ ਇੱਕ ਪੈਦਾ ਕੀਤਾ ਗਿਆ ਹੈਗਾ ਖਾਸ ਕਰ ਮਾਲਵੇ ਵਿੱਚੋਂ, ਚੰਨਣ ਗਹੀਰਾ, ਕਿ ਜੀ ਉਹ ਮੱਥੇ 'ਚ ਡੰਗ ਮਾਰਦਾ ਬੰਦੇ ਨੂੰ, ਕਹਿੰਦਾ ਪਰਾਂ ਹੋ ਕੇ ਡਿੱਗੀ ਮੇਰੇ 'ਤੇ ਨਾ ਡਿੱਗੀ, ਮਤਲਬ ਕਿ ਨਾਲ ਦੀ ਨਾਲ ਤੁਰੰਤ ਮੌਤ ਆ, ਡੰਗ ਮਾਰਿਆ ਮੱਥੇ 'ਚ ਨਾਲ ਦੀ ਨਾਲ ਮਰ ਗਿਆ। ਪਹਿਲੀ ਗੱਲ ਤਾਂ ਇੱਦਾਂ ਦਾ ਕੋਈ ਵੀ ਜ਼ਹਿਰ ਨਹੀਂ ਹੈਗਾ ਵੀ ਜਿਹੜਾ ਇੱਕ ਬੂੰਦ ਦੇ ਵਿੱਚ ਹੀ ਨਾਲ ਦੀ ਨਾਲ ਬੰਦਾ ਮਰ ਜਾਵੇ, ਇੱਕ ਸਕਿੰਟ 'ਚ ਹੀ ਮਰ ਜਾਵੇ ਵੀ ਬੰਦੇ ਨੇ, ਉਹਨੇ ਜੀਵ ਨੇ ਡੰਗ ਮਾਰਿਆ ਨਾਲ ਦੀ ਨਾਲ ਡਿੱਗ ਪਿਆ। ਸਿਰਫ ਸਾਇਨਾਈਡ ਸੀਗਾ ਜਿਹਦੇ ਨਾਲ ਬੰਦੇ ਨੂੰ ਟੇਸਟ ਵੀ ਨਹੀਂ ਪਤਾ ਲੱਗਦਾ, ਤੁਰੰਤ ਮੌਤ ਹੁੰਦੀ ਸੀ। ਉਹ ਲੈਬੋਰਟਰੀ 'ਚ ਬਣਿਆ ਕੈਮੀਕਲ ਸੀ ਜਿਹੜਾ ਉਦੋਂ ਖਾੜਕੂ ਟਾਈਮ 'ਤੇ ਲੋਕਾਂ ਨੇ ਨਾਮ ਸੁਣੇ ਆ। ਤਾਂ ਜ਼ਹਿਰ ਇੱਦਾਂ ਦਾ ਕੋਈ ਨਹੀਂ ਹੈਗਾ ਵੈਨਮ ਸੱਪ ਦੇ ਵਿੱਚ ਜਾਂ ਰੈਪਟਾਈਲ ਦੇ ਵਿੱਚ ਰਿੰਗਣ ਵਾਲੇ ਜੀਵ ਦੇ ਵਿੱਚ ਜਿਹੜਾ ਤੁਰੰਤ ਮਰ ਜਾਵੇ। ਦੂਜੀ ਗੱਲ ਸੋਚਣ ਵਾਲੀ ਗੱਲ ਹੈ, ਪੜ੍ਹੀ ਲਿਖੀ ਗੱਲ ਹੈ ਕਿ ਉਹ ਮੱਥੇ 'ਚ ਹੀ ਡੰਗ ਕਿਉਂ ਮਾਰਦਾ, ਉਹਦੇ ਕਿਹੜਾ ਕੋਈ ਲੇਜ਼ਰ ਲੱਗੀ ਸੀ, ਕੋਈ ਲੇਜ਼ਰ ਗੰਨ ਤਾਂ ਹੀ ਨਹੀਂ ਉਹਦੇ ਵੀ ਉਹਨੇ ਮੱਥੇ 'ਚ ਹੀ ਡੰਗ ਮਾਰਿਆ, ਉਹਨੇ ਗੱਲ 'ਤੇ, ਅੱਖ 'ਤੇ, ਨੱਕ 'ਤੇ, ਬੁੱਲ 'ਤੇ, ਛਾਤੀ 'ਤੇ ਕਿਉਂ ਨਹੀਂ ਮਾਰਿਆ, ਗਲੇ 'ਤੇ ਕਿਉਂ ਨਹੀਂ ਮਾਰਿਆ?
ਉਹਦਾ ਐਡਾ ਕੁ ਸਟੀਕ ਨਿਸ਼ਾਨਾ ਸੀ ਵੀ ਉਹਨੇ ਜਿੱਦਾਂ ਉਹਦੇ 'ਤੇ ਮਾਰਿਆ, ਅੰਬਲ ਡੰਗ ਲਾਉਣ ਵਾਸਤੇ ਮਾਰੂਗਾ ਵੀ, ਮਤਲਬ ਕਿ ਸਾਰੀਆਂ ਅਫਵਾਹਾਂ ਅਫਵਾਹ ਹੈ। ਤੀਜਾ ਵੀ ਪਾਣੀ ਜੇ ਬੰਦੇ ਨੇ ਪਾਣੀ ਪੀ ਲਿਆ ਤਾਂ ਚੰਨਣਗੀਰਾ ਮਰ ਜਾਂਦਾ ਸੀ, ਜੇ ਚੰਨਣਗੀਰੇ ਨੇ ਪਾਣੀ ਪੀ ਲਿਆ ਤਾਂ ਬੰਦਾ। ਪਾਣੀ ਆਪਦੇ ਆਪ 'ਚ ਕੋਈ ਕੈਮੀਕਲ ਨਹੀਂ, ਤਾਂ ਜ਼ਹਿਰ ਦੇ ਨਾਲ ਪਾਣੀ ਦਾ ਕੀ ਮੇਲ ਹੈ? ਮਤਲਬ ਕਿ ਇਹ ਸਿਰਫ ਮਤਲਬ ਡਰਾ ਇੱਕ ਤਰ੍ਹਾਂ ਦਾ। ਅਸਲ 'ਚ ਯੈਲੋ ਮੋਨੀਟਰ ਲਿਜ਼ਰਡ ਹੈ ਨਾ ਜਿਹੜੀ, ਦੇਖੋ ਲੋਕ ਇਹਦੇ 'ਚ, ਲੋਕ ਤੁਹਾਨੂੰ ਵੀ ਕਹਿਣਗੇ ਕਮੈਂਟਾਂ 'ਚ, ਲੋਕਾਂ ਦੀ ਆਦਤ ਹੈ ਕਹਿਣ ਦੀ, ਉਹਨਾਂ ਦਾ ਵਿਚਾਰਿਆਂ ਨੂੰ ਕਸੂਰ ਨਹੀਂ ਹੈਗਾ ਕਿ ਉਹ ਕਹਿਣਗੇ ਲੈ ਸਾਨੂੰ ਨਹੀਂ ਪਤਾ ਗੋ ਤਾਂ ਭਾਰੀ ਹੁੰਦੀ, ਐਂ ਕਰਕੇ ਮਸਾਂ ਤੁਰਦੀ ਹੈ, ਵੀਰੇ ਜੰਮਦਾ ਬੱਚਾ ਤਾਂ ਨਹੀਂ ਭਾਰਾ ਹੁੰਦਾ। ਜਿੱਦਣ ਆਪਾਂ 15 ਸਾਲ ਦੇ ਸੀ, 14 ਦੇ ਸੀ ਜਾਂ 20 ਸਾਲ ਦੇ ਸੀ, ਆਪਾਂ ਵੀ ਤਾਂ ਟਪੂਸੀਆਂ ਮਾਰ ਕੇ ਜਾਂਦੇ ਸੀ, ਮਿੰਟ 'ਚ ਉਹ ਜਾਂਦੇ ਸੀ। ਹੁਣ ਦੇਹ ਆਪਣੀ ਵੀ ਵੱਡੀ ਹੋ ਗਈ, ਉਮਰ ਹੋ ਗਈ, ਆਪਾਂ ਤੋਂ ਨਹੀਂ ਟਪੂਸੀ ਵੱਜਦੀ, ਨਹੀਂ ਫੁਰਤੀ ਇੰਨੀ ਦਿਖਾਈ ਜਾਂਦੀ। ਤਾਂ ਜਿਹੜਾ ਯੈਲੋ ਮੋਨੀਟਰ ਲਿਜ਼ਰਡ ਦਾ ਬੱਚਾ ਹੈ ਉਹਦਾ ਯੈਲੋ ਕਲਰ ਹੁੰਦਾ ਹੈ, ਪੀਲਾ ਕਲਰ ਹੁੰਦਾ, ਮੂੰਹ ਉਹਦਾ ਲਾਲ ਹੁੰਦਾ, ਜੀਭ ਉਹਦੀ ਨੀਲੀ ਹੁੰਦੀ ਹੈ। ਤਾਂ ਉਹ ਮੋਨੀਟਰ ਲਿਜ਼ਰਡ ਦਾ ਬੱਚਾ ਫੁਰਤੀਲਾ ਬਹੁਤ ਹੁੰਦਾ, ਲੋਕ ਸਿਰਫ ਇਸ ਕਰਕੇ ਡਾਕਦੇ ਵੀ ਕਿੰਨਾ ਫੁਰਤੀਲਾ, ਸੱਪ ਵਰਗੀ ਉਹਦੀ ਜੀਭ ਹੈ, ਦਫਾੜ ਜੀਭ ਹੁੰਦੀ ਹੈ ਉਹਦੀ, ਸੱਪ ਵਰਗੀ ਜੀਭ ਹੈ, ਉਵੇਂ ਜਿਵੇਂ ਸੱਪਾਂ ਨੂੰ ਬਾਹਰ ਅੰਦਰ ਕਰਦਾ, ਅਤੇ ਲਾਲ ਉਹਦਾ ਮੂੰਹ ਹੈ, ਬੜਾ ਖਤਰਨਾਕ ਜੀਵ ਹੋਊਗਾ ਇਹ। ਉਹਨਾਂ ਨੇ ਇਹਨੂੰ ਚੰਦਨ ਗਹੀਰਾ ਬਣਾਤਾ, ਚੰਨਣ ਗਹੀਰਾ, ਚੰਨ ਵਰਗਾ ਰੰਗ, ਯੈਲੋ ਕਲਰ ਹੈ, ਠੀਕ ਹੈ, ਗਹੀਰਾ ਪਤਾ ਨਹੀਂ ਉਹਨੂੰ ਕਿਵੇਂ ਕਿਸ ਹਿਸਾਬ ਦਾ ਬਣਾਤਾ, ਪਾਥੀਆਂ 'ਚੋਂ ਨਿਕਲਦਾ ਹੋਊਗਾ, ਲੁਕਦਾ ਹੋਊਗਾ, ਠੀਕ ਹੈ। ਪਰ ਇਹਦੇ 'ਚ ਸਿਰਫ ਗੋਹ ਦੇ ਵਿੱਚ ਬੈਕਟੀਰੀਆ ਹੁੰਦਾ, ਉਹ ਕਿਤੇ ਨਾ ਕਿਤੇ ਸਕਿਨ ਇਨਫੈਕਸ਼ਨ ਕਰ ਸਕਦਾ, ਪੈਰਾਲਾਈਜ਼ ਕਰ ਸਕਦਾ ਜੇਕਰ ਟ੍ਰੀਟਮੈਂਟ ਉਹਦਾ ਨਾ ਮਿਲੇ। ਪਰ ਜ਼ਹਿਰ ਨਾਂ ਦੀ ਚੀਜ਼ ਨਹੀਂ ਹੁੰਦੀ, ਪ੍ਰੋਪਰ ਐਂ ਫੜੇ ਹੋਏ ਆ, ਹੱਥ ਨਾਲ ਫੜੇ ਹੋਏ ਆ, ਨੰਗੀ ਹੱਥੀ ਫੜੇ ਹੋਏ ਆ। ਅਤੇ ਜੇ ਮੰਨ ਲਓ ਸੱਪ ਲੜ ਜਾਂਦਾ ਕਿਸੇ ਦੇ, ਜੇ ਆਪਾਂ ਗੱਲ ਕਰੀਏ ਜਿਹੜਾ ਆਪਾਂ ਸਭ ਤੋਂ ਵੱਡੀ ਟੋਪਿਕ ਆ, ਹੈ ਨਾ, ਵੀ ਮੰਨ ਲਓ ਲੜ ਗਿਆ, ਜ਼ਹਿਰੀਲਾ ਲੜ ਗਿਆ, ਤਾਂ ਫਿਰ ਉਹਨੂੰ ਸਭ ਤੋਂ ਵੱਡਾ ਟ੍ਰੀਟਮੈਂਟ ਕੀ ਆ? ਮੰਨ ਲਓ ਮੌਕੇ 'ਤੇ ਕੀ ਕੀਤਾ ਜਾ ਸਕਦਾ? ਮੌਕੇ 'ਤੇ ਤਾਂ ਇਹ ਹੈ ਵੀਰ, ਬੜੀ ਵਧੀਆ ਗੱਲ ਹੈ ਇਹ ਤੁਹਾਡੀ, ਬਹੁਤ ਸੋਹਣਾ ਕੁਐਸਚਨ ਹੈ। ਲੋਕ ਦੱਸਦੇ ਆ ਸੱਪਾਂ ਬਾਰੇ, ਪਰ ਕਦੇ ਤੁਹਾਨੂੰ ਫਸਟ ਏਡ ਨਹੀਂ ਦੱਸਣਗੇ ਹਮੇਸ਼ਾ। ਫਸਟ ਏਡ ਬਾਰੇ ਤਾਂ ਜਿਹੜਾ ਵੀ ਤੁਹਾਡਾ ਬੱਚਾ ਵੀ ਪੜ੍ਹਦਾ ਨਾ 10ਵੀਂ ਕਲਾਸ 'ਚ, ਉਹਨੂੰ ਵੀ ਫਸਟ ਏਡ ਦੀ ਨੌਲੇਜ ਦਿਓ, ਹਰ ਇੱਕ ਚੀਜ਼ ਬਾਰੇ, ਚਾਹੇ ਐਕਸੀਡੈਂਟ 'ਚ ਫਸਟ ਏਡ ਹੈ, ਚਾਹੇ ਉਹ ਇਹਨਾਂ ਜੀਵਾਂ ਬਾਰੇ ਫਸਟ ਏਡ ਹੈ। ਫਸਟ ਏਡ ਮਗੇ ਬਹੁਤ ਤਕੜੀ ਚੀਜ਼ ਹੈ, ਡਾਕਟਰ ਤੋਂ ਪਹਿਲਾਂ ਜ਼ਿੰਦਗੀ ਬਚਾਉਣ ਦਾ ਕੰਮ ਕਰਦੀ ਹੈ। ਹੁਣ ਸੱਪ ਲੜਿਆ, ਮੈਂ ਆਪਦੇ 'ਤੇ ਕਹਿੰਦਾ ਮੈਨੂੰ ਨਹੀਂ ਪਤਾ ਸੱਪਾਂ ਬਾਰੇ, ਕੁਛ ਨਹੀਂ ਨੌਲੇਜ, ਮੇਰੇ ਸੱਪ ਲੜਿਆ, ਮੈਂ ਦੇਖਿਆ ਵੀ ਮੇਰੇ 6 ਫੁੱਟ ਦਾ ਸੱਪ ਲੜਿਆ, ਮੈਂ ਸਭ ਤੋਂ ਪਹਿਲਾਂ ਤਾਂ ਘਬਰਾਉਣਾ ਨਹੀਂ, ਜਿਹੜਾ ਵੀ ਜੇ ਮੇਰੇ ਨਾਲ ਦੇ ਲੜਿਆ ਉਹਨੂੰ ਘਬਰਾਉਣ ਨਹੀਂ ਦੇਣਾ, ਕਿਉਂਕਿ ਜਦੋਂ ਸੱਪ ਜੇਕਰ ਜ਼ਹਿਰ ਵਾਲਾ ਹੈ, ਆਪਣਾ ਖੂਨ ਹੈ ਜਿਹੜਾ ਇਹ ਪੰਪਿੰਗ ਕਰਦਾ, ਪੂਰੀ ਬਾਡੀ ਦੇ ਵਿੱਚ ਖੂਨ ਦੀ ਸਪਲਾਈ ਦਿੰਦਾ, ਆਪਣਾ ਦਿਲ ਧੜਕਦਾ, ਜਦੋਂ ਧੜਕਦਾ ਦਿਲ ਸਪਲਾਈ ਦਿੰਦਾ, ਜੇ ਮੈਂ ਸ਼ਾਂਤ ਹੋਊਂਗਾ, ਮੇਰੇ ਜ਼ਹਿਰ ਵਾਲਾ ਸੱਪ ਲੜਿਆ, ਮੈਂ ਸ਼ਾਂਤ 'ਚ ਰਿਹਾ ਵੀ ਕੋਈ ਨਹੀਂ ਸੱਪ ਲੜਿਆ, ਮੈਂ ਟ੍ਰੀਟਮੈਂਟ ਕਰਾਊਂਗਾ, ਤਾਂ ਮੇਰਾ ਜ਼ਹਿਰ ਆ ਜਿਹੜਾ ਹੌਲੀ 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 ਮੇਰੇ 'ਤੇ ਕਲੋਟ ਬਣਨਗੇ, ਮੇਰੇ ਬਾਡੀ ਦੇ ਵਿੱਚ ਕਲੋਟ ਬਣਨਗੇ, ਤਾਂ ਮੇਰੇ ਹਾਰਟ ਤੱਕ ਹੌਲੀ ਜਾਣਗੇ। ਜੇ ਮੈਂ ਹਾਈਪਰ ਹੋ ਗਿਆ, ਮੈਨੂੰ ਮੇਰਾ BP ਵੱਧ ਗਿਆ, ਸਾਹ ਤੇਜ਼ੀ ਨਾਲ ਆਉਣ ਲੱਗ ਗਿਆ, ਉਹ ਬਹੁਤ ਛੇਤੀ ਤਰੀਕੇ ਨਾਲ ਮੈਨੂੰ ਪਹਿਲਾਂ ਘਬਰਾਉਣਾ ਨਹੀਂ, ਘਬਰਾਉਣਾ ਨਹੀਂ, ਸਭ ਤੋਂ ਪਹਿਲਾਂ ਆਪਦੇ ਨਾਲ ਦੇ ਬੰਦੇ ਨੂੰ ਕਹਿ ਘਬਰਾਉਣਾ, ਤੇਰਾ ਇਲਾਜ ਹੈਗਾ ਇਹ, ਸੱਪ ਨਾਲ ਕੁਛ ਨਹੀਂ ਹੁੰਦਾ ਤੈਨੂੰ, ਉਹਦਾ ਮੈਂਟਲੀ ਤੌਰ 'ਤੇ ਉਹਨੂੰ ਸਟਰੋਂਗ ਕਰਤਾ, ਉਹਦੇ ਕੋਲ ਨੈਗੇਟਿਵ ਗੱਲ ਨਹੀਂ ਕਰਨੀ। ਉਹਦੇ ਕੋਲ ਕਈ ਲੋਕ ਕਹਿਣਗੇ ਸੱਪ ਲੜ ਗਿਆ, ਹਾਏ ਹਾਏ ਸਾਡੇ ਫਲਾਣੇ ਦਾ ਮੁੰਡਾ ਤਾਂ ਅੱਧੇ ਘੰਟੇ 'ਚ ਮਰ ਗਿਆ ਸੀ, ਉਹ 20 ਮਿੰਟ ਹੋਏ ਹੁੰਦੇ, 10 ਮਿੰਟ 'ਚ ਵਿਚਾਰਾ ਵੈਸੇ ਵੀ ਉਹਨੂੰ ਹਾਰਟ ਅਟੈਕ ਹੋ ਜਾਣਾ ਹੈਗਾ, ਉਹਨੂੰ ਨੈਗੇਟਿਵ ਨਹੀਂ, ਕੁਛ ਨਹੀਂ ਹੁੰਦਾ ਵੀਰੇ, ਤੂੰ ਠੀਕ ਹੈ, ਫਿਟ ਐਂਡ ਫਾਈਨ ਯਾਰ, ਆਪਾਂ ਹਸਪਤਾਲ ਚੱਲਦੇ ਹਾਂ। ਉਸ ਤੋਂ ਬਾਅਦ ਉਹਦੇ ਜਿਹੜਾ ਕੱਪੜਾ ਲੈ ਲਓ, 4 ਇੰਚ ਘੱਟੋ ਘੱਟ ਹੋਣਾ ਚਾਹੀਦਾ ਉਹਦੇ, ਜੇ ਬਾਂਹ 'ਤੇ ਲੜਿਆ ਚਾਹੇ ਲੱਤ 'ਤੇ, ਸੱਪ ਦੋ ਥਾਂ 'ਤੇ ਲੜਦਾ, ਜਾਂ ਪੈਰ 'ਤੇ ਲੜੂਗਾ ਅਤੇ ਜਾਂ ਤੁਹਾਡੀ ਬਾਂਹ 'ਤੇ ਲੜੂਗਾ। ਜੇ ਉਹਦਾ 4 ਇੰਚ ਕੱਪੜਾ ਲੈ ਕੇ ਉਹਦੇ ਲਪੇਟ ਦਿਓ, ਇੱਦਾਂ ਲਪੇਟਣਾ ਹੈਗਾ, ਖੱਦਰ ਦਾ ਲੈ ਲਵੇ, ਕੁਛ ਵੀ ਕੋਈ ਵੀ ਪੱਗ ਦਾ ਪਰਨਾ ਆਪਣਾ, ਜੋ ਵੀ ਮੌਕੇ 'ਤੇ ਹੱਥ ਆ ਗਿਆ, ਉਹਨੂੰ 4 ਇੰਚ ਲੈ ਕੇ ਉਹਨੂੰ ਐਂ ਲਪੇਟ ਲਓ ਚੰਗੀ ਤਰ੍ਹਾਂ, ਬਾਂਹ ਨੂੰ ਟਾਈਟ ਨਹੀਂ ਕਰਨਾ, ਆਪਾਂ ਖੂਨ ਬੰਦ ਨਹੀਂ ਕਰਨਾ, ਆਪਾਂ ਹੌਲੀ ਕਰਨਾ ਕਿ ਆਪਣਾ ਖੂਨ ਤੱਕ ਜਿਹੜਾ ਜ਼ਹਿਰ ਹੈ ਦਿਲ ਤੱਕ ਹੌਲੀ ਜਾਵੇ। ਉਹਤੇ ਲਪੇਟ ਲਿਆ, ਬਾਂਹ ਸਿੱਧੀ ਰੱਖਣੀ ਹੈ, ਉੱਤੇ ਨਹੀਂ ਲੈ ਕੇ ਜਾਣੀ ਸਿਰ ਤੋਂ, ਠੀਕ ਹੈ, ਸਿੱਧੀ ਰੱਖਣੀ ਹੈ। ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਭੱਜਣ ਨਹੀਂ ਦੇਣਾ, ਤੇਜ਼ ਨਹੀਂ ਤੁਰਨ ਦੇਣਾ, ਸਾਧਨ ਮੰਗਾਓ
ਸਾਧਨ ਮੰਗਾ ਕੇ ਜਿਹੜਾ ਹੈਗਾ ਉਹਨੂੰ ਨੇੜੇ ਦੇ ਕੋਸ਼ਿਸ਼ ਕਰੋ ਵੀ ਜੇਕਰ ਤੁਹਾਡੇ ਜ਼ਿਲ੍ਹੇ ਦਾ ਮੁੱਖ ਹਸਪਤਾਲ ਹੈ, ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚ ਐਂਟੀ ਸਨੇਕ ਵੈਨਮ ਮਿਲਦਾ, ਸਰਕਾਰ ਵੱਲੋਂ ਫ੍ਰੀ ਮਿਲਦਾ, ਭਾਰਤ ਸਰਕਾਰ ਵੱਲੋਂ ਇਲਾਜ ਵੀ ਫ੍ਰੀ ਹੈ, ਐਂਟੀ ਸਨੇਕ ਵੈਨਮ ਵੀ ਫ੍ਰੀ ਹੈ, ਜਿਹੜੇ ਸੱਪ ਦੇ ਕੱਟੇ ਦਾ ਟੀਕਾ ਹੈਗਾ ਉਹ ਐਂਟੀ ਸਨੇਕ ਵੈਨਮ ਹੁੰਦਾ ਉਹ ਫ੍ਰੀ ਹੈਗਾ ਜ਼ਿਲ੍ਹੇ ਦੇ ਮੁੱਖ ਹਸਪਤਾਲ ਦੇ ਵਿੱਚ। ਜੇ ਆਪਾਂ ਕਹੀਏ ਮੰਡੀ ਦੇ ਹਸਪਤਾਲ 'ਚ ਹੈ ਨਹੀਂ, ਪਿੰਡ ਦੇ ਹਸਪਤਾਲ 'ਚ ਨਹੀਂ ਰੱਖਿਆ, ਪਿੰਡ ਦੇ ਹਸਪਤਾਲ 'ਚ MD ਮੈਡੀਸਨ ਹੀ ਨਹੀਂ ਹੁੰਦਾ, ਡਾਕਟਰ ਹੀ ਨਹੀਂ ਹੈਗਾ, ਇਹਨੂੰ MD ਮੈਡੀਸਨ ਅਤੇ ਨਿਊਰੋਟੋਕ ਜਿਹੜਾ ਡਾਕਟਰ ਹੈ ਉਹ ਇਲਾਜ ਕਰਦੇ ਆ ਇਸ ਚੀਜ਼ ਦਾ। ਤਾਂ ਜ਼ਿਲ੍ਹੇ ਦੇ ਮੁੱਖ ਹਸਪਤਾਲ ਲੈ ਜਾਓ, ਨੇੜੇ ਮੈਡੀਕਲ ਕਾਲਜ ਲੈ ਜਾਓ, ਕੋਈ ਬੰਦੇ ਚਲੋ ਜ਼ਿੰਦਗੀ ਬਚਾਉਣੀ ਹੈ ਠੀਕ ਹੈ, ਚਾਹੇ ਪ੍ਰਾਈਵੇਟ ਲੈ ਜਾਓ, ਉਹ ਤੁਹਾਡਾ ਜੇ ਜੇਬ ਚੱਲਦੀ ਹੈ ਤਾਂ, ਮੈਂ ਪ੍ਰਾਈਵੇਟ 'ਚ ਕਦੇ ਨਹੀਂ ਕਹਿੰਦਾ ਕਿਉਂਕਿ ਇਲਾਜ ਮਹਿੰਗਾ, ਲੱਖਾਂ 'ਚ ਪਹੁੰਚ ਜਾਂਦਾ ਤਾਂ ਬੰਦਾ ਨਹੀਂ ਇੰਨਾ ਉਹ ਕਰ ਸਕਦਾ, ਅਤੇ ਉਹ ਇਹ ਚੀਜ਼ਾਂ ਮੇਨ ਨੇ। ਉਦੋਂ ਬਾਅਦ ਮਤਲਬ ਕਿ ਇਹ ਜਿਹੜਾ ਹੈਗਾ ਉਦੋਂ ਬਾਅਦ ਡਾਕਟਰਾਂ 'ਤੇ ਚੱਲ ਜਾਂਦਾ ਕੰਮ। ਉਦੋਂ ਬਾਅਦ ਇਹ ਆ ਬਾਈ, ਜਦੋਂ ਕਹਿੰਦੇ ਵੀ ਸੱਪ ਡੰਗਦਾ, ਮੰਨ ਲਓ ਕਿਤੇ ਜ਼ਹਿਰ ਵਾਲੇ ਨੇ ਮੰਨ ਲਾ ਡੰਗ ਮਾਰਿਆ ਅਤੇ ਉਦੋਂ ਬਾਅਦ ਉਹ ਪੁੱਠਾ ਹੋ ਕੇ ਡਿੱਗਦਾ ਅਤੇ ਕਹਿੰਦੇ ਵੀ ਸੱਪ ਬੇਹੋਸ਼ ਹੋ ਜਾਂਦਾ, ਦੋ ਦੋ ਦਿਨ ਨਹੀਂ ਹੁੰਦਾ? ਨਹੀਂ, ਬਿਲਕੁਲ ਗਲਤ ਹੈ, ਇਹ ਵੀ ਝੂਠ ਹੈ, ਅਫਵਾਹ ਹੈ। ਸੱਪ ਨੇ ਪੁੱਠੇ ਹੋਣ ਨਾਲ ਕੋਈ ਲਿੰਕ ਹੀ ਨਹੀਂਗਾ। ਸੱਪ ਦੇ ਦੰਦ ਆ ਫੈਂਗਸ ਹੈ, ਦੰਦ ਦੇ ਉੱਤੇ ਥੈਲੀ ਹੈ, ਜਦੋਂ ਸੱਪ ਨੇ ਜ਼ਖਮ ਦੇ ਮਗੇ ਬੋਡੀ ਦੇ ਵਿੱਚ ਦੰਦ ਘਸੋਣੇ ਆ, ਇੱਥੋਂ ਮਾਸ ਨੇ ਇਹਨੂੰ ਤਾਹਾਂ ਚੱਕਣਾ, ਇੱਥੋਂ ਗ੍ਰੰਥੀ ਦੇ ਵਿੱਚੋਂ ਜਿਹੜਾ ਹੈਗਾ ਜ਼ਹਿਰ ਆਉਣਾ ਇਨਸਾਨ ਦੇ ਲੱਗ ਜਾਣਾ, ਇਹ 'ਚ ਪੁੱਠੇ ਹੋਣ ਦਾ ਤਾਂ ਕੋਈ ਲਿੰਕ ਨਹੀਂ ਰਹਿ ਗਿਆ। ਦੂਜੀ ਗੱਲ, ਜਦੋਂ ਸੱਪ ਨੇ ਆਪਦਾ ਪੂਰੇ ਦਾ ਪੂਰਾ ਜ਼ਹਿਰ ਉਗਲ ਦਿੱਤਾ, ਡੋਲ ਦਿੱਤਾ, ਵੇਸਟ ਕਰ ਦਿੱਤਾ, ਆਪਦੀ ਗ੍ਰੰਥੀ ਦੇ ਵਿੱਚੋਂ ਕੱਢ ਦਿੱਤਾ, ਤਾਂ ਜਿਹੜਾ ਉਹਦਾ ਜ਼ਹਿਰ ਹੈ ਨਾ, ਜਿਹੜਾ ਉਹਦਾ ਵੈਨਮ ਆ, ਉਹਦੀ ਪਾਵਰ ਹੈ, ਉਹਦੀ ਤਾਕਤ ਹੈ। ਜਦੋਂ ਉਹਦੀ ਤਾਕਤ ਹੈ ਜਿਹੜੀ, ਐਨਰਜੀ ਹੈ ਜਿਹੜੀ, ਉਹ ਸਾਰੀ ਵੇਸਟ ਹੋ ਗਈ, ਉਹਦੀ ਬੋਡੀ 'ਚੋਂ ਨਿਕਲ ਗਈ, ਇੰਜੈਕਟ ਕਿਸੇ ਹੋਰ ਦੇ ਹੋ ਗਈ, ਤਾਂ ਉਹ ਕੁਛ ਦੇਰ ਲਈ ਸੁਸਤ ਹੋ ਜਾਂਦਾ, ਪਰ ਇਹ ਨਹੀਂ ਹੈਗਾ ਵੀ ਡਿੱਗਿਆ ਰਹਿੰਦਾ, ਕੁਛ ਘੰਟਿਆਂ ਲਈ ਸਿਰਫ ਸੁਸਤ ਵੀ। ਇੰਨਾ ਨਹੀਂ ਹੈਗਾ ਵੀ ਜਦੋਂ ਉਹਨੇ ਇੱਕ ਵਾਰੀ ਡੰਗ ਮਾਰਤਾ ਤਾਂ ਤੁਸੀਂ ਕਹੋਗੇ ਹੁਣ ਸੁਸਤ ਹੋ ਗਿਆ ਆਪਾਂ ਹੱਥ ਪਾਲਾਂਗੇ, ਨਹੀਂ, ਉਹ ਐਕਟਿਵ ਉਨਾ ਹੀ ਰਹੂਗਾ, ਸਿਰਫ ਉਹਦੀ ਥੋੜ੍ਹੀ ਜਿਹੀ ਜ਼ਹਿਰ ਨਿਕਲੀ ਹੈ। ਜੇ ਉਹਦੇ ਅੰਦਰ 30 ML ਹੈ ਤਾਂ ਉਹਨੇ 5 ML ਹੀ ਇੰਜੈਕਟ ਕੀਤਾ, 30 ML ਨਹੀਂ ਇੰਜੈਕਟ ਕੀਤਾ। ਜੇ ਉਹਦੇ ਅੰਦਰ 15 ML ਹੈ ਤਾਂ ਉਹਨੇ 5 ML ਹੀ ਜਾਂ 7 ML ਹੀ ਇੰਜੈਕਟ ਕੀਤਾ, ਉਹ ਵੀ ਜੇ ਡੰਗ ਮਾਰ ਕੇ ਕਈ ਸੱਪ ਵਾਪਸ ਲੈ ਲੈਂਦੇ ਆ, ਉਹ ਇੰਜੈਕਟ ਘੱਟ ਹੋਇਆ। ਜਿਹੜਾ ਉਹ ਖਿੱਚੜੀ ਹੋਈ ਉਹਨੇ ਦੰਦੀ ਭਰ ਕੇ ਅਤੇ ਇਕੱਠਾ ਹੀ ਹੋਈ ਜਾਣਾ, ਜਿੰਨਾ ਜ਼ਹਿਰ ਆ ਸਾਰਾ ਇੰਜੈਕਟ ਬਾਹਰ ਆਪਦਾ ਕੱਢ ਦੇਣਾ, ਤਾਂ ਉਹ ਕੁਛ ਦੇਰ ਲਈ ਸੁਸਤ ਹੋਊਗਾ ਪਰ ਡੈੱਡ ਨਹੀਂ ਹੋਊਗਾ ਵੀ ਮੈਂ ਜਮੀ ਉਹ ਹੋ ਪਿਆ ਹੈਗਾ, ਔਰ 12-15 ਘੰਟਾ ਬਾਅਦ ਉਹਦਾ ਜ਼ਹਿਰ ਹੈ ਨਵਾਂ ਫਿਰ ਅੰਦਰੋਂ ਪ੍ਰੋਡਿਊਸ ਹੋ ਜਾਣਾ। ਇੱਕ ਇਹ ਗੱਲ ਆ ਵੀ ਮੰਨ ਲਓ ਆਪਾਂ ਨੂੰ ਸਾਨੂੰ ਲੱਗਦਾ ਸੱਪ ਆ ਗਿਆ ਹੈ ਨਾ, ਕਿਉਂਕਿ ਤੁਸੀਂ ਤਾਂ ਚਲੋ ਸੱਪ ਫੜਦੇ ਹੋ ਬਾਈ, ਉਦੋਂ ਬਾਅਦ ਫਿਰ ਉਹਨਾਂ ਨੂੰ ਜ਼ਿੰਦਗੀ ਦਿੰਦੇ ਹੋ, ਕਿਸੇ ਜਗ੍ਹਾ 'ਤੇ ਛੱਡ ਦੇਣਾ, ਜੰਗਲਾਂ 'ਚ ਛੱਡ ਦੇਣਾ, ਨਹਿਰ ਦੀਆਂ ਪਾਡੀਆਂ 'ਤੇ ਛੱਡ ਦਿੰਦੇ ਹੋ, ਹੈ ਨਾ, ਵੀ ਤੁਹਾਨੂੰ ਤੁਸੀਂ ਤਾਂ ਉਹਨੂੰ ਬਚਾਉਣੇ ਹੋ। ਫਾਰ ਐਗਜ਼ਾਮਪਲ ਕੋਈ ਸੱਪ ਆ ਗਿਆ ਯਾਰ ਮਜਬੂਰੀ ਤੌਰ 'ਤੇ, ਉਹਨਾਂ ਨੂੰ ਐਂ ਲੱਗਦਾ ਇਹਨੂੰ ਮਾਰਨਾ ਪੈਣਾ ਜਾਂ ਇਹਨੂੰ ਕੁਛ ਵੀ ਕਰਨਾ ਪੈਣਾ, ਉਹ ਤੋਂ ਕਿਵੇਂ ਬਚਾ ਸਕਦਾ? ਮੰਨ ਲਓ ਵੀ ਕੋਈ ਸੱਪ ਪਿਆ ਉਹਨਾਂ ਨੂੰ ਦੀਂਦਾ ਜੀ, ਘਰੇ ਸੱਪ ਆ ਗਿਆ ਤਾਂ ਉਹ ਤਾਂ ਉਹ ਬਿਨਾਂ ਘਬਰਾਉਣ ਤੋਂ ਵੀ ਮੰਨ ਲਓ ਕਿਸ ਤਰ੍ਹਾਂ ਫੜਿਆ ਜਾ ਸਕਦਾ ਜਾਂ ਉਹਨੂੰ ਕਿਸ ਤਰ੍ਹਾਂ ਮੰਨ ਲਓ ਉਹਨੂੰ ਆਪਾਂ ਜਿਹੜਾ ਹੈਗਾ ਨੁਕਸਾਨ ਪਹੁੰਚਾਇਆ ਜੀ? ਉਹਦੇ 'ਚ ਇਹ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੱਪ ਬੰਦੇ ਨੂੰ ਦੇਖ ਕੇ ਭੱਜੂਗਾ, ਲੁਕੂਗਾ। ਸਿਰਫ ਕੋਬਰਾ ਸੱਪ ਹੀ ਹੈ ਜਿਹੜਾ ਆਪਦੇ ਸ਼ਿਕਾਰ ਨੂੰ ਜਾਂ ਖਤਰਾ ਦੇਖ ਕੇ ਖੜੂਗਾ, ਰਸਲ ਵਾਈਪਰ ਵੀ ਕਿਤੇ ਨਾ ਕਿਤੇ ਲੁਕੂਗਾ, ਨਾਲੇ ਉਹਦੇ ਨਾਲ ਵੱਧ ਜ਼ਹਿਰੀਲਾ। ਕੋਮਨ ਗ੍ਰੇਟ ਹੈ, ਦਿਨੇ ਸੁਸਤ ਹੁੰਦਾ, ਰਾਤ ਨੂੰ ਐਕਟਿਵ ਹੁੰਦਾ, ਉਹ ਵੀ ਫੁਰਤੀਲਾ ਹੈਗਾ, ਭੱਜੂਗਾ, ਉਹ ਵੀ ਐਂ ਨਹੀਂ ਹੈਗਾ ਵੀ ਤੁਹਾਡੇ ਮੂਹਰੇ ਖੜ ਜੂਗਾ। ਤਿੰਨੇ ਸੱਪ ਜ਼ਹਿਰ ਵਾਲੇ ਆ, ਤਿੰਨੇ 'ਚੋਂ ਇਕੱਲਾ ਕੋਬਰਾ ਸੱਪ ਹੈ ਜਿਹੜਾ ਸ਼ਿਕਾਰ ਨੂੰ ਦੇਖ ਕੇ ਫਣ ਚੱਕ ਕੇ ਖੜਾ ਹੋ ਜੂ, ਬਾਕੀ ਕੋਈ ਸੱਪ ਖੜਦਾ ਨਹੀਂ। ਹੁਣ ਤੁਹਾਡੇ ਸਾਹਮਣੇ ਕੋਈ ਵੀ ਸੱਪ ਹੈ, ਤੁਸੀਂ ਦੇਖਿਆ ਵੀ ਉਹ ਮੇਰੀ ਕੁਰਸੀ ਦੇ ਉਹਲੇ ਸੱਪ ਪਿਆ, ਤੁਸੀਂ ਉਹਨੂੰ ਕੀ ਕਰਨਾ? ਕੋਸ਼ਿਸ਼ ਤਾਂ ਇਹ ਕਰਨੀ ਹੈ ਵੀ ਉਹਨੂੰ ਰਸਤਾ ਦਿਓ, ਜਾਣ ਦਿਓ, ਫਿਰ ਵੀ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਮੇਰੇ ਘਰੇ ਪੱਕੇ ਥਾਂ 'ਚ ਬੈਠਾ, ਥੋੜ੍ਹਾ ਜਿਹਾ ਤਾਂ ਅਲਰਟ ਹੋਵੋ, ਆਪਦੇ ਮਨ 'ਚੋਂ ਡਰ ਕੱਢੋ। ਇਹ ਨਹੀਂ ਹੈਗਾ ਵੀ ਮੈਂ ਕਹਿਤਾ ਤਾਂ ਤੁਸੀਂ ਜਾ ਕੇ ਪੂਛ ਤੋਂ ਫੜ ਲਿਆ, ਉਹ ਰਸਲ ਵਾਈਪਰ ਹੈ ਅਤੇ ਉਹਨੇ ਘੁੰਮ ਕੇ ਤੁਹਾਡੇ ਡੰਗ ਮਾਰ ਲਿਆ। ਸਭ ਤੋਂ ਪਹਿਲਾਂ ਤਾਂ ਆਪਦੀ ਸੇਫਟੀ, ਜਾਨ ਹੈ ਤਾਂ ਜਹਾਨ ਹੈ। ਫਿਰ ਕੀ ਕਰਨਾ, ਤੁਹਾਡੇ ਨੇੜੇ ਕੋਈ ਇੱਦਾਂ ਦੀ ਸੰਸਥਾ ਕੰਮ ਕਰਦੀ ਹੈ, ਜਿਵੇਂ ਬਠਿੰਡੇ 3-4 ਜਣੇ ਅਸੀਂ ਹੈਗੇ ਹਾਂ ਇੱਦਾਂ ਦੀ ਸੇਵਾ ਨਿਭਾਉਂਦੇ, ਉਹਨਾਂ ਨਾਲ ਸੰਪਰਕ ਕਰ ਲਓ। ਫਿਰ ਵੀ ਤੁਹਾਡੇ ਕੋਲ ਕੁਛ ਨਹੀਂ ਹੈਗਾ ਤਾਂ ਤੁਸੀਂ ਵਾਈਪਰ ਲੈ ਲਓ, ਆਪਣਾ ਜਿਹੜਾ
ਪੋਚੇ ਵਾਲਾ, ਘਰੇ ਪੋਚੇ 'ਚ ਕੰਮ ਆਉਂਦਾ ਵਾਈਪਰ, ਵਾਈਪਰ ਨਾਲ ਸੱਪ ਨੂੰ ਦੱਬ ਲਓ, ਕਿਉਂਕਿ ਜੇ ਡੰਡੇ ਨਾਲ ਦੱਬੋਗੇ ਉਹਦੇ ਰਿਬਜ਼ ਹੈ ਜਿਹੜੇ, ਜਿਹੜੀ ਉਹਦੀ ਰੀੜ੍ਹ ਦੀ ਹੱਡੀ ਹੈ ਉਹਨੂੰ ਤੁਸੀਂ ਤੋੜ ਦੇਣਾ, ਉਹਨੂੰ ਪੈਰਾਲਾਈਜ਼ ਹੋ ਜਾਣਾ, ਸੱਪ ਨੇ ਮਰ ਜਾਣਾ। ਬਚਾਉਣ ਵਾਲੇ ਕੰਮ 'ਚ ਆਪਾਂ ਮਾਰ ਲਿਆ, ਵਾਈਪਰ ਦੇ ਥੱਲੇ ਰਬੜ ਹੁੰਦੀ ਆ, ਉਹਦੇ ਦਾਵ ਇੰਨੀ ਨਹੀਂ ਆਉਂਦੀ, ਵਾਈਪਰ ਨਾਲ ਸੱਪ ਦੱਬ ਲਓ। ਕੋਸ਼ਿਸ਼ ਕਰੋ ਵੀ ਕੋਈ ਗੱਟਾ ਬੋਰੀ ਲੈ ਲਓ, ਠੀਕ ਹੈ, ਕਿਉਂਕਿ ਸੱਪ ਨੇ ਹਨੇਰੇ ਵੱਲ ਜਾਣਾ ਹੁੰਦਾ, ਲਾਈਟ ਵੱਲ ਚਾਨਣ ਵੱਲ ਘੱਟ ਜਾਂਦਾ। ਬੋਰੀ ਵਗੈਰਾ ਇਸ ਤਰੀਕੇ ਨਾਲ ਉਹਦਾ ਮੂੰਹ ਕਿਸੇ ਡੰਡੇ ਨਾਲ ਚੱਕ ਲਓ ਕਿ ਉਹਦੇ ਨੇੜੇ ਲਿਜਾ ਕੇ ਉਹਨੂੰ ਪਾ ਦਿਓ, ਉਹਨੇ ਅੰਦਰ ਲੁੱਕ ਜਾਣਾ, ਉਸ ਤੋਂ ਬਾਅਦ ਉਹਨੂੰ ਕਵਰ ਕਰਨਾ, ਖੁੱਲ੍ਹੇ ਥਾਂ 'ਤੇ ਛੱਡਿਓ। ਮੈਨੂੰ ਲੋਕਾਂ ਦੇ ਫੋਨ ਆਉਂਦੇ, ਬਾਈ ਜੀ ਕੀ ਕਰਾਂ, ਮੈਂ ਨਹੀਂ ਜਾ ਸਕਦਾ ਜਦੋਂ ਦੂਰ ਹੈ ਕਿਤੇ, ਤਾਂ ਮੈਂ ਉਹਨਾਂ ਨੂੰ ਇੱਦਾਂ ਦੀ ਟੈਕਨੀਕ ਦੱਸਦਾ, ਤਾਂ ਉਹ ਕਹਿੰਦੇ ਹਾਂਜੀ ਬਾਈ ਜੀ ਅੱਜ ਫਲਾਂ ਥਾਂ ਫੜ ਕੇ ਛੱਡ ਜਾਂਦਾ। ਜਿਹੜੇ ਮਤਲਬ ਕਿ ਸੱਪ ਦੀ ਜਿਹੜੀ ਤੁਸੀਂ ਦੱਸਿਆ, ਮਤਲਬ ਸੋਟੀ ਵੱਜੇ ਕੁਛ ਵੱਜੇ, ਰੀੜ੍ਹ ਦੀ ਹੱਡੀ ਬਹੁਤ ਛੇੜੀ ਟੁੱਟਦੀ ਹੈ, ਇਹ ਬਹੁਤ ਬਰੀਕ ਹੁੰਦੇ ਆ ਰਿਬਜ਼, ਬਾਲਾਂ ਵਰਗੇ ਰਿਬਜ਼ ਹੁੰਦੀਆਂ ਜਿਹੜੀਆਂ ਆਪਣੇ ਆ ਰਿਬਜ਼ ਨੇ, ਆਹ ਚੀਜ਼ਾਂ ਆਹ ਵਾਲੇ ਅੰਤਨੀਆਂ, ਉਹ ਬਹੁਤ ਬਰੀਕ ਹੁੰਦੀਆਂ ਬਾਲਾਂ ਵਾਂਗੂ, ਇਹਦੇ ਮਾੜਾ ਜਿਹਾ ਦਾਬ ਦਿੱਤਾ ਉਹਨੇ ਟੁੱਟ ਜਾਣਾ, ਜਦੋਂ ਟੁੱਟ ਗਿਆ ਉਹਨੂੰ ਪੈਰਾਲਾਈਜ਼ ਹੋ ਜਾਣਾ, ਸੱਪ ਦੇ ਪੈਰ ਵੀ ਨਹੀਂ ਹੁੰਦੇ ਬਈ, ਨਹੀਂ ਹੁੰਦੇ ਜੀ, ਫਿਰ ਭਾਈ ਦਾ ਕਿਵੇਂ ਫਿਰ ਉਹਦੀ ਬੋਡੀ, ਉਹਨੂੰ ਬੋਡੀ ਇਸ ਹਿਸਾਬ ਨਾਲ ਉਹਦੇ ਮੂਵ ਕਰਦੀ ਹੈ ਉਹਦੀ। ਇੱਕ ਜਿਹੜੇ ਸੱਪ ਦੇ ਕੰਨ ਵੀ ਨਹੀਂ ਹੁੰਦੇ, ਨਹੀਂ ਹੁੰਦੇ, ਬਿਲਕੁਲ ਨਹੀਂ ਹੁੰਦੇ, ਤੇ ਫਿਰ ਆਪਾਂ ਗੱਲਾਂ ਕਰੇ ਨਾ ਸੱਪ ਨੂੰ ਸੁਣਦਾ ਨਹੀਂ ਗਾ, ਨਹੀਂ ਸੁਣਦਾ। ਸੱਪ ਨੂੰ ਜਿਹੜਾ ਹੈਗਾ ਰੈਪਟਾਈਲ ਹੈ ਇਹ, ਜਦੋਂ ਧਰਤੀ 'ਤੇ ਬਿਲਕੁਲ ਰੇਂਗ ਕੇ ਤੁਰਦਾ ਤਾਂ ਧਰਤੀ ਦੀ ਹਲਕੀ ਜਿਹੀ ਕੰਪਨ ਵੀ ਇਹਨੂੰ ਮਹਿਸੂਸ ਹੁੰਦੀ ਹੈ, ਜਦੋਂ ਜਿਵੇਂ ਬਾਰਿਸ਼ ਆਉਣ ਵਾਲੀ ਹੁੰਦੀ ਹੈ ਤਾਂ ਕੀੜੀਆਂ ਆਪਾਂ ਦੇਖਦੇ ਹਾਂ ਵੀ ਆਪਦੇ ਭੌਣ ਨੂੰ ਭੋਜਨ ਲੈ ਕੇ ਇਕੱਠਾ ਕਰਨ ਲੱਗ ਜਾਂਦੀਆਂ, ਉਹ ਪੁਰਾਣੇ ਬਜ਼ੁਰਗ ਦੱਸ ਦਿੰਦੇ ਆ ਵੀ ਇਹ ਮੀਂਹ ਦੀ ਨਿਸ਼ਾਨੀ ਹੈ, ਜੇ ਕੀੜੀਆਂ ਭੌਣ ਬਣਾ ਕੇ ਅਨਾਜ ਕੀੜੇ ਸਾਂਭਣ ਲੱਗ ਗਏ ਤਾਂ ਇਟ ਮੀਨਸ ਮੀਂਹ ਆਉਣ ਵਾਲਾ ਹੈਗਾ। ਤਾਂ ਸੱਪ ਹੈ ਜਿਹੜਾ ਉਹਨੂੰ ਧਰਤੀ ਦੀ ਕੰਪਨ ਜਿਹੜੀ ਥਪਥਪਾਹਟ ਹੈ, ਮੰਨ ਲਓ ਜੇ ਉੱਥੇ ਪੈਰ ਧਰਦੇ ਹਾਂ ਆਪਾਂ ਤਾਂ ਉਹਨੂੰ ਪਤਾ ਲੱਗਦਾ ਵੀ ਇਹ ਧਰਤੀ ਦੀ ਕੰਪਨ ਨਾਲ ਕੋਈ ਚੀਜ਼ ਹੈ, ਜਿਹੜੀ ਉਹਦੀ ਜੀਵ ਹੈ ਉਹ ਸੈਂਸਰ ਦਾ ਕੰਮ ਕਰਦੀ ਹੈ, ਉਹ ਸਿਗਨਲ ਲੈਂਦੀ ਹੈ ਵੀ ਇੱਥੇ ਨੇੜੇ ਖਤਰਾ ਹੈ, ਅੱਗ ਹੈ, ਪਾਣੀ ਹੈ ਜਾਂ ਮੇਰਾ ਸ਼ਿਕਾਰ ਹੈ। ਉਹ ਕਿਵੇਂ ਪਤਾ ਲੱਗਦਾ ਜੀਵ ਨਾਲ? ਉਹਦੀ ਜੀਵ ਇੱਕ ਸੈਂਸਰ ਦਾ ਕੰਮ ਕਰਦੀ ਹੈ, ਉਹਦੇ ਦਿਮਾਗ ਨੂੰ ਸਿਗਨਲ ਦਿੰਦੀ ਹੈ ਬਾਰ ਬਾਰ ਜਦੋਂ ਸੱਪ ਦੇ ਨੇੜੇ। ਤੇ ਅੱਖਾਂ ਕੀ ਕਰਦੀਆਂ ਫਿਰ? ਅੱਖਾਂ ਤਾਂ ਉਹਨੂੰ ਦੇਖਣ ਦਾ ਕੰਮ ਕਰਦੀਆਂ। ਖਤਰਾ ਤਾਂ ਉਹ ਤਾਂ ਦੇਖ, ਅੱਖਾਂ ਨਾਲ ਉਹਨੂੰ ਇਹ ਥੋੜ੍ਹੀ ਪਤਾ, ਹੁਣ ਜੇ ਅੱਖਾਂ ਸੱਪ ਅੱਖਾਂ ਦੇ ਨਾਲ ਦੇਖ ਲਿਆ ਉਹਨੂੰ ਇਹ ਥੋੜ੍ਹੀ ਪਤਾ ਵੀ ਇਹ ਗੁਰਪ੍ਰੀਤ ਕੋਟਲੀ ਖੜਾ ਤੇ ਆ ਗੁਰਵਿੰਦਰ ਖੜਾ ਹੈਗਾ, ਉਹਨੂੰ ਤਾਂ ਇੱਕ ਬੋਡੀ ਦਿਖਦੀ ਹੈ, ਐਡੀ ਵੱਡੀ ਸਟੈਚੂ ਦਿਖ ਰਿਹਾ, ਲਾਈਵ ਬਲੱਡ ਦਿਖ ਰਿਹਾ ਉਹਨੂੰ ਤਾਂ ਇੱਕ, ਉਹਨੂੰ ਇਹ ਥੋੜ੍ਹੀ ਵੀ ਮੇਰੇ ਨਾਲ ਖਤਰਾ ਹੈ, ਉਹ ਤਾਂ ਜਦੋਂ ਹਿੱਲਜੁਲ ਕਰਦਾ ਉਦੋਂ ਪਤਾ ਲੱਗਦਾ ਵੀ ਨਹੀਂ ਮੈਥੋਂ। ਓਕੇ, ਇੱਦਾਂ ਤੇ ਫਿਰ ਹੁਣ ਜਿਹੜਾ ਆਪਾਂ ਗੱਲ ਕਰੀਏ ਵੀ ਜੇਕਰ ਸੱਪ ਆ, ਜੇ ਕਿਸੇ ਨੇ ਸੱਪ ਮਾਰਤਾ ਅਨਫੋਰਚੁਨੇਟਲੀ, ਤਾਂ ਫਿਰ ਸੱਪਣੀ ਕਹਿੰਦੇ ਬਦਲਾ ਲੈਂਦੀ ਹੈ ਬਈ, ਅੱਖ 'ਚ ਉਹਦੀ ਤਸਵੀਰ ਆ ਜਾਂਦੀ। ਨਹੀਂ, ਸੱਪ ਦੇ ਕੋਈ ਕੈਨਨ ਦਾ ਕੈਮਰਾ ਨਹੀਂ ਲੱਗਿਆ ਹੁੰਦਾ ਅੱਖ 'ਚ, ਠੀਕ ਹੈ, ਸੱਪ ਦੀ ਤਾਂ ਮੈਮਰੀ ਵੀ ਸ਼ਾਰਟ ਹੁੰਦੀ ਹੈ, ਜਿਹੜਾ ਉਹਦਾ ਦਿਮਾਗ ਦੀ ਮੈਮਰੀ ਹੈ ਬਹੁਤ ਸ਼ਾਰਟ ਮੈਮਰੀ ਹੁੰਦੀ ਹੈ। ਸੱਪ ਜੇ ਇਸ ਰਸਤੇ ਤੋਂ ਆਇਆ ਤਾਂ ਇਹ ਨਹੀਂ ਹੈਗਾ ਕਿ ਜਿਵੇਂ ਕੀੜੀਆਂ ਆਪਦੀ ਸਮੈਲ ਛੱਡ ਜਾਂਦੀਆਂ ਅਤੇ ਇੱਕ ਭੌਣ 'ਚ ਜਾਂਦੀਆਂ ਵੀ ਸੱਪ ਵੀ ਇਸੇ ਮੂਹ ਰਸਤੇ ਜਾਊ, ਮੈਮਰੀ ਸ਼ਾਰਟ ਹੁੰਦੀ ਹੈ ਸੱਪ ਦੀ। ਬਦਲਾ ਲੈਣ ਵਾਲੀ ਬਦਲਾ ਨਹੀਂ ਲੈਂਦਾ, ਫੋਟੋ ਨਹੀਂ ਖਿੱਚਦਾ, ਠੀਕ ਹੈ, ਦੁੱਧ ਵੀ ਨਹੀਂ ਪੀਂਦਾ ਜੀ, ਆਪਣੀ ਸਭ ਤੋਂ ਵੱਡੀ ਮੇਨ ਗੱਲ ਨਹੀਂ। ਇਹ ਤਾਂ ਯਾਰ ਕਹਾਵਤ ਆ ਬਈ, ਸੱਪਾਂ ਦੇ ਪੁੱਤਾਂ ਨੂੰ ਦੁੱਧ ਨਹੀਂ ਪਿਆਉਣਾ ਚਾਹੀਦਾ ਵੀ, ਜਾਂ ਜਿਹੜਾ ਹੈਗਾ ਤਾਂ ਉਦੋਂ ਦਾ ਸੱਪ ਦਾ ਪੁੱਤ ਨਿਕਲਿਆ। ਜਿਵੇਂ ਗੁਰਪ੍ਰੀਤ ਮੈਂ ਕਿਸੇ ਦੇ ਘਰੇ ਫੜਨ ਜਾਂਦਾ ਨਾ ਵੀਰ, ਸੱਪ ਤਾਂ ਉਹਨਾਂ ਦੇ ਮੂਹਰੇ ਕਬਲੀ ਭਰ ਕੇ ਰੱਖੀ ਪੈਂਦੀ ਹੈ, ਮੈਂ ਦੁੱਧ ਪੀਣਾ ਹੋਊਗਾ, ਮੈਂ ਇਹ ਕੀ ਭਗਵਾਨ ਹੈ ਅਤੇ ਇਹ ਦੁੱਧ ਪੀਣਾ, ਮੈਂ ਕਹੀ ਜੇ ਭਗਵਾਨ ਹੈ ਤਾਂ ਉਹ ਤੋਂ ਡਰਦੇ ਕਿਉਂ ਹੈ? ਭਗਵਾਨ ਤਾਂ ਆਪਣੇ ਘਰੇ ਆਇਆ, ਠੀਕ ਹੈ, ਫਿਰ ਉਹ ਤੋਂ ਆਪਾਂ ਡਰਦੇ ਕਿਉਂ ਹੈ? ਜੇ ਉਹ ਦੇਵਤਾ ਹੈ ਉਹ ਤੋਂ ਅਸੀਂ ਨਾਗ ਦੇਵਤਾ ਤੋਂ ਤੋਂ ਡਰ ਕਿਉਂ ਰਹੇ ਹਾਂ? ਦੇਵਤਾ ਤਾਂ ਪੂਜਣ ਵਾਲੀ ਜਗ੍ਹਾ, ਮੈਂ ਕਹਿੰਦਾ ਮੇਰੇ ਘਰੇ ਬਾਬਾ ਨਾਨਕ ਆਵੇ ਮੈਂ ਡਰੂੰਗਾ ਥੋੜ੍ਹੀ, ਮੇਰੇ ਨਾਲ ਘਰੇ ਭੋਲੇਨਾਥ ਆਉਣ ਤਾਂ ਮੈਂ ਨਮਸਕਾਰ ਕਰੂੰਗਾ, ਮੈਂ ਡਰੂੰਗਾ ਕਿਉਂ? ਮੇਰੇ ਲਈ ਤਾਂ ਰੱਬ ਨੇ ਉਹ, ਤਾਂ ਉਹ ਦੇਵਤਾ ਨਹੀਂ ਹੈਗਾ, ਉਹ ਇੱਕ ਜੀਵ ਹੈ, ਉਹਨੂੰ ਐਜ਼ ਏ ਜੀਵ ਹੀ ਟ੍ਰੀਟ ਕਰੋ। ਉਹਦੇ ਮੂਹਰੇ ਦੁੱਧ ਰੱਖਤਾ, ਭੋਲੇਨਾਥ ਆ ਜਾਂ ਕੋਈ ਵੀ, ਮੈਂ ਚਲੋ ਮੈਂ ਕਹਿੰਦਾ ਵੀ ਚਲੋ ਤਾਂ ਧਾਰਮਿਕ ਤੌਰ ਤੇ ਨਹੀਂ, ਧਾਰਮਿਕ ਤੌਰ ਤੇ ਕੰਟਰੋਵਰਸੀ ਵਾਲੇ ਬੜੇ ਚੱਕ ਲੈਂਦੇ ਆਪਾਂ। ਮੁੜ ਕਹਿੰਦੇ ਵੀ ਜਿਹੜਾ ਸੱਪ ਦੁੱਧ ਪੀਂਦਾ ਜਾਂ ਨਹੀਂ ਪੀਂਦਾ? ਯਾਰ ਸੱਪ ਕਦੇ ਵੀ ਦੁੱਧ ਨਹੀਂ ਪੀਂਦਾ, ਸੱਪ ਦੇ ਅੰਦਰ ਦੁੱਧ ਨੂੰ ਹਜ਼ਮ ਕਰਨ ਵਾਲੇ ਡਾਈਜੈਸਟ ਕਰਨ ਵਾਲੇ ਐਨਜ਼ਾਈਮ ਨਹੀਂ ਹੁੰਦੇ। ਇੱਕ ਇਹ ਸਾਇੰਟੀਫਿਕਲੀ ਹੈ, ਇਹਨੂੰ ਪੁਰਾਣੀ ਕਹਾਵਤ ਜਾਂ ਯੋਗੀਆਂ ਦੇ ਜਾਂ ਸਾਧਾਂ ਦੇ ਚੇਲਿਆਂ ਦੇ ਮਗਰ ਨਹੀਂ ਲੱਗਣਾ, ਇਹ ਇੱਕ ਪ੍ਰਮਾਣਿਤ ਗੱਲ ਹੈ, ਜੇ ਪੜ੍ਹੀ ਲਿਖੀ ਲੋਕ ਇਹਨੂੰ ਸਮਝ ਸਕਦੇ ਆ, ਗੂਗਲ 'ਤੇ ਸਰਚ ਮਾਰ ਸਕਦੇ ਆ। ਸੱਪ ਜਿਹੜਾ ਦੁੱਧ, ਜੇ ਸੱਪ ਨੂੰ ਪਿਆਇਆ ਜਾਵੇ
ਉਹ ਲਿਕੁਇਡ ਸਮਝ ਕੇ, ਤਰਲ ਪਦਾਰਥ ਸਮਝ ਕੇ ਪੀਂਦਾ, ਉਹ ਉਹਨੂੰ ਦੁੱਧ ਸਮਝ ਕੇ ਨਹੀਂ ਪੀਂਦਾ ਵੀ ਕੈਲਸ਼ੀਅਮ ਹੈ ਅਤੇ ਮੈਂ ਪੀ ਲੂੰਗਾ। ਠੀਕ ਹੈ, ਸੱਪ ਨੂੰ ਕੋਈ ਮਤਲਬ ਨਹੀਂ, ਭੁੱਖੇ ਰੱਖ ਕੇ ਤਾਂ ਮੈਨੂੰ ਵੀ ਚਾਹੇ ਜ਼ਹਿਰ ਪਿਆ ਦਿਓ, ਤਾਂ ਭੁੱਖੇ ਰੱਖ ਕੇ ਹਰ ਇੱਕ ਚੀਜ਼ ਨੂੰ ਕੁਛ ਵੀ ਖਵਾਇਆ ਜਾ ਸਕਦਾ। ਤਾਂ ਸੱਪ ਨੂੰ ਜਿਹੜਾ ਜੇ ਦੁੱਧ ਪਿਆਇਆ ਜਾਂਦਾ ਤਾਂ ਉਹ ਲਿਕੁਇਡ ਸਮਝ ਕੇ ਪੀਂਦਾ, ਥੋੜ੍ਹੀ ਦੇਰ ਬਾਅਦ ਉਹ ਸੱਪ ਜਿਹੜਾ ਉਹਨੂੰ ਮਲਮੂਤਰ ਰਾਹੀਂ ਜਾਂ ਉਲਟੀ ਰਾਹੀਂ ਜਿਹੜਾ ਦੁੱਧ ਆ ਉਹ ਕੱਢ ਦੇਊਗਾ। ਜੇ ਉਹਦੇ ਅੰਦਰ ਕੁਛ ਘੰਟੇ ਦੁੱਧ ਰਹਿ ਗਿਆ ਤਾਂ ਉਹਦੇ ਫੇਫੜਿਆਂ 'ਚ ਇਨਫੈਕਸ਼ਨ ਹੋ ਜਾਣੀ ਹੈ, ਕਿਉਂਕਿ ਉਹਨੂੰ ਦੁੱਧ ਨੂੰ ਹਜ਼ਮ ਕਰਨ ਵਾਲੇ ਐਨਜ਼ਾਈਮ ਤੱਤ ਆ ਜਿਹੜੇ ਉਹ ਨਹੀਂ ਹੁੰਦੇ, ਉਹਦੇ ਅੰਦਰ ਇਨਫੈਕਸ਼ਨ ਹੋ ਜਾਣੀ ਹੈ। ਇਨਫੈਕਸ਼ਨ ਤੋਂ ਬਾਅਦ ਜਿਹੜਾ ਹੈਗਾ ਸੱਪ ਹੈ ਜਿਹੜਾ ਉਹ ਮਰ ਜਾਣਾ, ਕਿਉਂਕਿ ਉਹਨੂੰ ਕਿਹੜਾ ਕਿਸੇ ਡਾਕਟਰ ਨੇ ਉਹਦੇ ਬੋਤਲ ਲਾਉਣੀ ਹੈ। ਇੱਕ ਇਹ ਤਾਂ ਸੱਪ ਦੇ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈ ਵੀ ਸੱਪ ਦੇ ਸਿਰ 'ਚ ਮਣੀ ਹੁੰਦੀ ਹੈ, ਅਤੇ ਹੁੰਦੀ ਹੈ ਯਾਰ ਬਾਈ ਕਿੰਨੀਆਂ ਫਿਲਮਾਂ ਬਣ ਗਈਆਂ, ਅਤੇ ਫਿਲਮਾਂ 'ਚ ਤਾਂ ਸ਼ਕਤੀਮਾਨ ਵੀ ਸੀ ਅਤੇ ਫਿਰ ਆਪਣੇ ਅੱਜ ਤੱਕ ਤਾਂ ਦਿਖਿਆ ਨਹੀਂ। ਨਹੀਂ ਤੁਸੀਂ ਇੰਨਾ ਸੱਪ ਫੜਿਆ ਕਿਸੇ ਮਣੀ ਮੁਣੀ ਨਿਕਲੀ, ਹੁੰਦੀ ਹੀ ਨਹੀਂ ਵੀਰੇ, ਮਣੀ ਨਾਂ ਦੀ ਚੀਜ਼ ਹੁੰਦੀ ਹੀ ਨਹੀਂ ਸੱਪ ਦੇ, ਮਣੀ ਮਣਕਾ ਦੇਹ ਪਲਟਾਉਣੀ ਇਹ ਸਭ ਬਹਿਮ। ਹਾਂ ਸੱਚ, ਦੇਹ ਕਹਿੰਦੇ ਵੀ ਜੇਕਰ ਇੱਛਾਧਾਰੀ ਸੱਪ ਹੁੰਦੇ ਆ ਬਈ, ਇੱਛਾਧਾਰੀ ਕੋਈ ਸੱਪ ਨਹੀਂ ਹੁੰਦਾ, 100 ਸਾਲ ਦੀ ਉਮਰ ਕਹਿੰਦੇ ਜਦੋਂ ਹੋ ਜਾਂਦੀ ਉਦੋਂ ਬਾਅਦ ਸੱਪ ਦੇ ਇੱਛਾਧਾਰੀ ਹੋ ਜਾਂਦਾ, ਸੱਪ ਦੀ ਜਿਹੜੀ ਔਸਤ ਉਮਰ ਹੈ ਉਹ 20 ਸਾਲ ਹੈ, ਫਿਰ ਇੱਛਾਧਾਰੀ 100 ਸਾਲ ਤੱਕ ਕਿਵੇਂ ਹੋ ਗਿਆ? ਨਾਲੇ ਕਹਿੰਦੇ ਸੱਪਾਂ ਦੀ ਉਮਰ ਬਹੁਤ ਹੁੰਦੀ ਹੈ। ਨਹੀਂ ਹੁੰਦੀ, 20 ਸਾਲ ਉਮਰ ਹੈ ਸੱਪਾਂ ਦੀ, ਬਿਲਕੁਲ ਜੀ, ਔਸਤ ਕੱਢ ਲਓ, ਗੂਗਲ ਕੱਢ ਲਓ। ਊਂ ਤਾਂ ਕਹਿੰਦੇ ਵੀ ਸੱਪ ਦਾ 100-100 ਸਾਲ 200-200 ਸਾਲ ਜਾਂਦੇ, ਏਦਾਂ ਨਹੀਂ, ਉਹ ਵੀ ਉਦੋਂ ਬਾਅਦ ਬੰਦਾ ਬਣ ਜਾਂਦਾ, ਉਹ ਨਹੀਂ ਹੁੰਦਾ ਵੀਰੇ, ਕਦੇ ਹੋ ਸਕਦਾ ਮਤਲਬ ਤੁਸੀਂ ਬਾਂਦਰ ਤੋਂ ਮਨੁੱਖ ਬਣ ਗਿਆ ਹੈ ਨਾ, ਮਨੁੱਖ ਤੋਂ ਹੁਣ ਜਿਹੜਾ ਫਿਰ ਬਾਂਦਰ ਬਣ ਜੂਗਾ, ਇਹ ਹੋ ਸਕਦਾ ਜਦੋਂ ਮੰਨ ਲਾ ਆਪਣਾ ਬਜ਼ੁਰਗ 100 ਸਾਲ ਦਾ ਹੋਗਾ ਤਾਂ ਫਿਰ ਬਾਂਦਰ ਬਣ ਜੂਗਾ, ਮਤਲਬ ਕਿ ਨਹੀਂ ਹੁੰਦਾ ਹੈ, ਹੁੰਦਾ ਨਹੀਂ। ਤੇ ਮਤਲਬ ਕਿ ਉਹ ਤੋਂ ਬਿਨਾਂ ਫਿਰ ਸੱਪ ਦੇ ਜਿਹੜਾ ਆਪਾਂ ਗੱਲ ਕਰੀਏ ਜੇ ਆਪਾਂ ਸਾਰੀਆਂ ਚੀਜ਼ਾਂ ਤੇ ਬਾਰੇ ਗੱਲ, ਤੇ ਯਾਰ ਕਈ ਨਾਗਾਲੈਂਡ ਵਾਲੇ ਪਾਸੇ ਅਸੀਂ ਗਏ ਸੀਗੇ, ਉਹ ਤਾਂ ਖਾ ਜਾਂਦੇ ਬਾਂਦਰ, ਖਾਂਦੇ ਆ ਆਪਣੇ ਵੀ, ਖਾਂਦੇ ਆ ਪਾਕਿਸਤਾਨ ਇੱਧਰ ਚਾਈਨਾ 'ਚ ਖਾਂਦੇ ਆ, ਤਾਂ ਮਰ ਹੀ ਜਾਂਦੇ ਹੋਣੇ ਸੱਪ, ਨਹੀਂ ਮਰਦੇ, ਨਹੀਂ ਮਰਦੇ। ਗੱਲ ਉੱਥੇ ਆ ਵੀ ਗੱਲ ਗਿਆਨ ਦੀ ਹੈ, ਨੌਲੇਜ ਦੀ ਹੈ, ਜਾਣਨ ਦੀ ਹੈ। ਸੱਪ ਦੀ ਸਿਰੀ ਦੇ ਵਿੱਚ ਸਿਰ ਆ ਜਿਹੜਾ, ਉੱਥੇ ਹੀ ਉਹਦਾ ਦਿਮਾਗ ਹੈ, ਉੱਥੇ ਹੀ ਉਹਦੀ ਜ਼ਹਿਰ ਹੈ। ਜਦੋਂ ਸੱਪ ਨੂੰ 4 ਇੰਚ ਥੱਲਿਓਂ ਕੱਟਤਾ, ਸੱਪ ਦੇ ਫਣ ਤੋਂ, ਨੋਰਮਲ ਸੱਪ ਹੈ, ਮੂੰਹ ਤੋਂ ਥੱਲੇ 4 ਇੰਚ ਥੱਲੇ ਕੱਟਤਾ, ਉਦੋਂ ਬਾਅਦ ਜਿਹੜਾ ਉਹਦੀ ਮਲਮੂਤਰ ਵਾਲੀ ਜਗ੍ਹਾ ਪੁਆਇੰਟ ਬਣਿਆ ਹੋਇਆ, ਉੱਥੋਂ ਕੱਟਤਾ, ਜਿਹੜਾ ਵਿਚਲਾ ਹਿੱਸਾ ਹੈ ਉਹ ਇੱਕ ਭੋਜਨ ਹੈ, ਉਹ 'ਚ ਕੁਛ ਨਹੀਂ ਹੈਗਾ, ਨਾ ਜ਼ਹਿਰ ਬਣ ਜਾਂਦਾ, ਮੱਛੀ ਹੈ ਉਹ, ਬਿਲਕੁਲ ਮੱਛੀ ਹੈ, ਬਿਲਕੁਲ ਮੱਛੀ ਹੈ, ਮੈਂ ਖਾਧਾ ਜਾ ਸਕਦਾ, ਬਿਲਕੁਲ ਖਾਂਦੇ ਆ ਲੋਕ। ਦੇਖੋ ਖਾਣਾ ਤਾਂ ਬਿਲਕੁਲ ਮਾੜਾ ਹੈ, ਨਹੀਂ ਚੱਲ ਜਿਹੜੇ ਖਾਂਦੇ ਆ ਕੋਈ ਬਹੁਤ ਦੇਸ਼ ਖਾਂਦੇ ਆ, ਉਹਨਾਂ ਦੀ ਇੱਛਾ ਹੈਗੀ, ਉਹ ਆਪਾਂ ਉਧਰ ਨਹੀਂ ਜਾਂਦੇ, ਪਰ ਗੱਲ ਇਹ ਹੈ ਵੀ ਕਿਸੇ ਵੀ ਜੀਵ ਨੂੰ ਮਾਰਨ ਦਾ ਅਧਿਕਾਰ ਆਪਾਂ ਨੂੰ ਨਹੀਂ ਹੈਗਾ, ਇਹ ਉਹ ਤਾਂ ਤੁਹਾਡੀ ਗੱਲ ਮੈਂ ਮੰਨ ਲਈ, ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਸੱਪ ਦਾ ਮਤਲਬ ਤੁਸੀਂ ਕਹਿੰਦੇ ਸਰੀ ਵਾਲੇ ਪਾਸੋਂ ਕੱਟਤਾ ਤੇ ਜਿਹੜਾ ਮਾਲਾ ਪੂਛ ਵਾਲੇ ਪਾਸੋਂ ਕੱਟਦਾ ਵਿਚਾਲਾ ਵਾਲਾ, ਉਹ ਜ਼ਹਿਰ ਨਹੀਂ ਉਹਦੇ 'ਚ, ਜ਼ਹਿਰ ਨਹੀਂ, ਤਾਂ ਹੀ ਖਾਈ ਜਾਂਦੇ ਨੇ, ਤਾਂ ਹੀ ਲੋਕ ਖਾਂਦੇ ਆ ਉਹਨੂੰ, ਤਲ ਕੇ ਖਾਂਦੇ ਆ ਜਾਂ ਕਿਵੇਂ ਵੀ ਖਾਂਦੇ ਆ, ਉਹ ਉਹਨਾਂ ਦਾ ਇੱਕ ਭੋਜਨ ਹੈ, ਲੋਕਾਂ ਦਾ, ਲੋਕਾਂ ਲਈ ਮੱਛੀਆਂ ਵੀ ਭੋਜਨ ਹੈ, ਲੋਕਾਂ ਲਈ ਮੁਰਗੇ ਬੱਕਰੇ ਵੀ ਭੋਜਨ, ਸੱਪ ਫੜ ਫੜ ਕੇ ਖਾਈ ਤੁਰੇ ਜਾਂਦੇ, ਉਹਨਾਂ ਦੀ ਉਹਨਾਂ ਦਾ ਆਪਦਾ ਭੋਜਨ ਹੈ ਜੀ, ਕੇਕੜੇ ਮਕੜੀਆਂ ਇਹ ਬਹੁਤ ਸਾਰੇ ਹੀ ਖਾ ਜਾਂਦੇ ਆ। ਤੇ ਉਹ ਤੋਂ ਬਾਅਦ ਜਿਹੜਾ ਗੁਰਮਿੰਦਰ ਤੁਸੀਂ ਜਿਹੜਾ ਚਲਾਇਆ ਇਹ ਕੰਮ, ਮੰਨ ਲਓ ਬੀਨ ਵਾਲਾ ਛੱਡ ਕੇ ਅੱਗ ਲੱਭ ਜਾਣ ਵਾਲਾ, ਹੈ ਨਾ, ਇਹ ਫਿਰ ਕਿਸੇ ਨੇ ਟ੍ਰੇਨ ਕੀਤਾ ਸੀਗਾ ਜਾਂ? ਬਿਲਕੁਲ ਜੀ, ਟ੍ਰੇਨਿੰਗ ਲੈਣੀ ਪਊਗੀ, ਬਿਨਾਂ ਟ੍ਰੇਨਿੰਗ ਤੋਂ ਖਤਰਾ ਹੈ। ਆਹ ਕੋਈ ਮੇਰੇ ਵਰਗਾ ਕਹੇ ਅੱਜ ਦੇਖ ਕੇ ਵੀਡੀਓ ਤੇਰੇ ਤੇ ਮੁੜ ਕੇ ਕਹੇ ਅੱਜ ਲਾਉਣੇ ਆ ਟ੍ਰੇਨਿੰਗ, ਦੇਖੋ ਤੁਹਾਨੂੰ ਸੱਪ ਦਾ ਹੀ ਨਹੀਂ ਪਤਾ ਕਿਹੜੀ ਹੈ, ਕਿਹੜੀ ਨਸਲ ਦਾ, ਉਹਦਾ ਸੁਭਾਅ ਕੀ ਹੈ, ਉਹਦਾ ਅਟੈਕਿੰਗ ਪੁਆਇੰਟ ਕਿੰਨਾ ਹੈ। ਬਿਨਾਂ ਜ਼ਹਿਰ ਵਾਲਾ ਸੱਪ ਵੀ ਜਦੋਂ ਫੜਦੇ ਆ ਉਹ ਵੀ ਅਟੈਕ ਕਰਦਾ, ਇੱਕ ਵਾਰੀ ਫੇਸ 'ਤੇ ਉਹ ਵੀ ਅਟੈਕ ਕਰਦਾ, ਜੇ ਦਮਨ ਸੱਪ ਫੜਿਆ ਤਾਂ ਸਭ ਤੋਂ ਜ਼ਿਆਦਾ ਅਟੈਕ ਕਰਦਾ, ਚੈਕਡ ਕੀਲਬੈਕ ਸਭ ਤੋਂ ਵੱਧ ਕਰਦਾ, ਗਲੌਸੀ ਸਭ ਤੋਂ ਵੱਧ ਅਟੈਕ ਕਰਦਾ, ਅਟੈਕ ਤਾਂ ਉਹਨੇ ਕਰਨਾ ਹੈ। ਦੇਖੋ ਉਹਦੇ ਕੋਲ ਹੱਥ ਤਾਂ ਹੈ ਨਹੀਂ, ਜਾਂ ਆਵਾਜ਼ ਨਹੀਂ, ਉਹਨੇ ਕਹਿ ਦੇਣਾ ਬਾਈ ਛੱਡ ਦੇ ਮੈਨੂੰ ਗਾਲ ਦੇ ਕੇ, ਠੀਕ ਹੈ, ਉਹਦੇ ਹੱਥ ਵੀ ਹੈ ਨਹੀਂ ਵੀ ਮੈਨੂੰ ਕਹੂਗਾ ਬਾਂਹ ਛੱਡ ਦੇ ਯਾਰ ਮੇਰੀ, ਉਹ ਤਾਂ ਇੱਕ ਜੀਵ ਹੈ, ਉਹਨੇ ਕੋਲ ਤਾਂ ਇੱਕੋ ਹੀ ਚੀਜ਼ ਹੈ, ਰੱਬ ਨੇ ਉਹਨੂੰ ਦਿੱਤੀ ਵੀ ਹੈ ਵੀ ਮੂੰਹ ਨਾਲ ਦੰਦੀ ਭਰਨੀ ਹੈ, ਪੂਛ ਨਾਲ ਵੀ ਨਹੀਂ ਉਹ ਕਿਸੇ ਦੇ ਮਾਰ ਸਕਦਾ, ਤਾਂ ਉਹ ਇੱਕ ਜੀਵ ਹੈ, ਤਾਂ ਉਹਨੇ ਅਟੈਕ ਕਰਨਾ, ਉਹਦਾ ਇੱਕ ਆਪਦਾ ਸੁਭਾਅ ਹੈ, ਨੇਚਰ ਹੈ, ਠੀਕ ਹੈ। ਅਤੇ ਪਰ ਜਿਹੜਾ ਹੈਗਾ ਟ੍ਰੇਨਿੰਗ ਤੋਂ ਬਿਨਾਂ, ਪ੍ਰੋਪਰ ਇੱਕ ਸੇਫਟੀ ਤੋਂ ਬਿਨਾਂ, ਲੋਕ ਉਨਾ ਚਿਰ ਤੁਹਾਨੂੰ ਯਾਦ ਰੱਖਣਗੇ ਜਿੰਨਾ ਚਿਰ ਤੁਸੀਂ ਜਿਉਂਦੇ ਹੋ,
ਮਰੇ ਤੋਂ ਬਾਅਦ ਤਾਂ ਜਿਹੜੀਆਂ ਤਸਵੀਰਾਂ ਬਣ ਜਾਣਗੀਆਂ ਅਤੇ ਬਿਨਾਂ ਚਲ ਸਿੱਖੇ ਬਾਈ ਫਿਰ ਤੁਸੀਂ ਪੜ੍ਹਨਾ ਇਹ ਦੇਖੋ ਇਹ ਤਾਂ ਬੰਦੇ 'ਤੇ ਆਪ 'ਤੇ ਡਿਪੈਂਡ ਹੈ ਮੈਂ ਤਾਂ ਇੱਕ ਵਾਰੀ ਗਿਆ ਸੀ ਮੇਰੇ ਦੋਸਤ ਮੈਨੂੰ ਲੈ ਕੇ ਗਏ ਸੀ ਅਤੇ ਉਹ ਇੱਕ ਵਾਰੀ ਮੈਨੂੰ ਉਹਨੇ ਦੱਸਿਆ ਸੀ ਵੀ ਐਂ ਹੋਣਾ ਹੈਗਾ ਉਸ ਤੋਂ ਬਾਅਦ ਤਾਂ ਮੈਂ ਆਪਦੇ ਜਿਹੜਾ ਪੜ੍ਹਦਾ ਗਿਆ ਜਾਂ ਇਹਨਾਂ ਨੂੰ ਰੈਸਕਿਊ ਕਰਦਾ ਗਿਆ ਇਹਨਾਂ ਦੇ ਹੌਲੀ ਜਦੋਂ ਮੈਂ ਸਟਾਰਟਿੰਗ 'ਚ ਫੜਦਾ ਸੀ ਤਾਂ ਮੈਂ ਸਟਿੱਕ ਲਈ ਸੀ ਕੈਚਿੰਗ ਸਟਿੱਕ ਉਹਨੂੰ ਸਟਿੱਕ ਨਾਲ ਐਂ ਦੱਬ ਲੈਣਾ ਦੱਬ ਕੇ ਉਹਨੂੰ ਐਂ ਪਾਸੇ ਲਿਜਾਣਾ ਫਿਰ ਮੈਨੂੰ ਐਨੀਮਲ ਬੋਰਡ ਦਾ ਮੈਂ ਐਜ਼ ਏ ਮੈਂਬਰਸ਼ਿਪ ਲਈ ਕੇਅਰ ਟੇਕਰ ਦੀ ਤਾਂ ਉਹਦੇ 'ਚ ਸਾਨੂੰ ਇੰਸਟਰਕਸ਼ਨ ਦਿੱਤੀਆਂ ਗਈਆਂ ਵੀ ਜਿਹੜੀ ਤੁਸੀਂ ਐਂ ਫੜ ਕੇ ਨੱਪਦੇ ਹੋ ਉਹਨੂੰ ਨੱਪਣ ਨਾਲ ਤਾਂ ਉਹਦੇ ਰਿਬਸ ਟੁੱਟ ਗਏ ਤੁਸੀਂ ਤਾਂ ਉਹਨੂੰ ਬਚਾਉਣ ਦੀ ਥਾਂ 'ਤੇ ਉਹਨੂੰ ਮਾਰਤਾ ਉਹਦੇ ਰਿਬਸ ਤੋੜ 'ਤੇ ਫਿਰ ਮੈਂ ਉਸ ਬੰਦ ਕਰਤੀ ਕਿਉਂਕਿ ਮੈਨੂਂ ਤਜਰਬਾ ਹੁੰਦਾ ਗਿਆ ਵੀ ਇਹਦਾ ਸੁਭਾਅ ਕਿਹੋ ਜਿਹਾ ਇਹਨੂੰ ਫੜਨਾ ਕਿੱਥੋਂ ਹੈ ਮੰਨ ਲਓ ਜੇ ਕੋਬਰਾ ਵੀ ਫੜਨਾ ਕੋਬਰਾ ਜੇ ਉਹਦਾ ਮੈਂ ਉਹਨੂੰ ਇੱਥੋਂ ਪੂਛ ਤੋਂ ਫੜੂੰਗਾ ਤਾਂ ਉਹਨੇ ਫਾਣਾ ਜਿਹੜਾ ਮੇਰੇ ਇੱਥੇ ਲੈ ਕੇ ਮਾਰਨਾ ਮੈਨੂੰ ਡੰਗ ਲੈਣਾ ਤਾਂ ਉਹਦੇ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਸਿਰ ਤੋਂ 4 ਇੰਚ ਥੱਲਿਓ ਫੜ ਲਓ ਤਾਂ ਜੋ ਜੇ ਡੰਗ ਵੀ ਚਲਾਊਗਾ ਤਾਂ ਸੱਜੇ ਖੱਬੇ ਨਾਲ ਨਾਲ ਹੱਥ ਦੇ ਨੇੜੇ ਚਲਾਊਗਾ ਗਲਵਸ ਪਾਏ ਹੋਣਗੇ ਤਾਂ ਗਲਵਸ ਪ੍ਰੋਟੈਕਟ ਦਿੰਦੇ ਆ ਪ੍ਰੋਟੈਕਸ਼ਨ ਹੈਗੀ ਆ ਜਦੋਂ ਕੋਬਰਾ ਥੋੜੇ ਮੰਨ ਲਓ ਮਾਰਦਾ ਡੰਗ ਮਾਰਦਾ ਹੈ ਨਾ ਜਿਵੇਂ ਗਲਵਸ ਦੇ ਵਿੱਚ ਆਪਾਂ ਦੇਖਿਆ ਅੱਜ ਹੀ ਫੜਦੇ ਸੀਗੇ ਅਤੇ ਉਦੋਂ ਫਿਰ ਪੀੜ ਨਹੀਂ ਹੁੰਦੀ ਉਹਦੇ 'ਚ ਨਹੀਂ ਉਹ ਦਾਬ ਤਾਂ ਆਉਂਦੀ ਹੈ ਪਰ ਉਹਦੇ ਦੰਦ ਹੈ ਜਿਹੜੇ ਦਾਬ ਕਿੰਨੀ ਹੁੰਦਾ ਪ੍ਰੈਸ਼ਰ ਕਿੰਨਾ ਹੁੰਦਾ ਬਾਈ ਕਾਫੀ ਪ੍ਰੈਸ਼ਰ ਹੁੰਦਾ ਪ੍ਰੈਸ਼ਰ ਆਪਾਂ ਜਿਵੇਂ ਮੰਨ ਲਓ ਮੈਂ ਉਂਗਲੀ ਘੁੱਟ ਦਿੰਦਾ ਤੁਹਾਡੀ ਫੜ ਕੇ ਅਤੇ ਇੰਨਾ ਹੁੰਦਾ ਬਿਲਕੁਲ ਹੁੰਦਾ ਮਤਲਬ ਪੂਰਾ ਪ੍ਰੈਸ਼ਰ ਪ੍ਰੋਪਰ ਜਾਨ ਹੁੰਦੀ ਆ ਉਹਦੇ 'ਚ ਜ਼ੋਰ ਲਾਉਂਦਾ ਉਹ ਅਤੇ ਪਰ ਉਹ ਗਲਵਸ ਮੋਟੇ ਹੁੰਦੇ ਆ ਉਹਦਾ ਥੱਲੇ ਦੰਦ ਨਹੀਂ ਜਾਂਦਾ ਕਿਉਂਕਿ ਕੋਬਰਾ ਦੇ ਦੰਦ ਬਹੁਤ ਛੋਟੇ ਹੁੰਦੇ ਆ ਰਸਲ ਵਾਈਪਰ ਦੇ 1 ਇੰਚ ਦੰਦ ਹੁੰਦੇ ਆ ਸਭ ਤੋਂ ਵੱਡੇ ਦੰਦ ਜਿਵੇਂ ਤੁਸੀਂ ਦੱਸਿਆ 1 ਜੂਨ ਤੋਂ ਲੈ ਕੇ ਨਵੰਬਰ ਤੱਕ ਹੈ ਨਾ ਜੀ ਇਦੋਂ ਤੱਕ ਹੀ ਸੱਪ ਨਿਕਲਦੇ ਆ ਉਦੋਂ ਬਾਅਦ ਫਿਰ ਕਿੱਥੇ ਚੱਲ ਜਾਂਦੇ ਬਾਈ ਇਹ ਹਾਈਬਰਨੇਟ ਹੋ ਜਾਂਦੇ ਆ ਧਰਤੀ ਦੇ ਵਿੱਚ ਭੂਮੀਗਤ ਹੋ ਜਾਂਦੇ ਆ ਥੱਲੇ ਚਲੇ ਜਾਂਦੇ ਆ ਤਕਰੀਬਨ ਇਹ ਫਿਰ ਆਪਦੀ ਮੈਟਿੰਗ ਕਰਦੇ ਆ ਜਿਹੜਾ ਬੱਚੇ ਪੈਦਾ ਕਰਨ ਲਈ ਆਪਦਾ ਕਿਰਿਆ ਕਰਦੇ ਆ ਉਸ ਤੋਂ ਬਾਅਦ ਇਹ ਆਂਡੇ ਜਾਂ ਬੱਚੇ ਵਾਲੀ ਕਿਰਿਆ ਜਿਹੜੀ ਆ ਉਹ ਇਹਨਾਂ ਦੀ ਸੰਪੰਨ ਹੁੰਦੀ ਆ ਫਿਰ ਜਦੋਂ ਬਰਸਾਤਾਂ ਆ ਜਾਂਦੀਆਂ ਅਤੇ ਹੁੰਮਸ ਹੋ ਜਾਂਦੀ ਆ ਖੁੱਡਾਂ 'ਚ ਪਾਣੀ ਭਰ ਜਾਂਦਾ ਫਿਰ ਇਹ ਬਾਹਰ ਨਿਕਲਦੇ ਆ ਭੋਜਨ ਦੀ ਤਲਾਸ਼ 'ਚ ਅਤੇ ਚੰਗੀ ਆਪਦੀ ਜਿਹੜੀ ਸੇਫ ਜਗ੍ਹਾ ਦੀ ਤਲਾਸ਼ 'ਚ ਭੋਜਨ ਇਹਨਾਂ ਨੂੰ ਮਨੁੱਖ ਦੇ ਨੇੜੇ ਮਿਲਣਾ ਤਾਂ ਫਿਰ ਘਰਾਂ ਦੇ ਦੁਕਾਨਾਂ ਦੇ ਗਡਾਊਨਾਂ ਦੇ ਵਿੱਚ ਆ ਕੇ ਲੁਕ ਜਾਂਦੇ ਆ ਜਿਹੜੇ ਜ਼ਹਿਰ ਵਾਲੇ ਸੱਪ ਆ ਵੀ ਕੀੜੇ ਕੂੜੇ ਖਾ ਲੈਂਦੇ ਆ ਚੂਹੇ ਚੂਹੇ ਖਾ ਜਾਂਦੇ ਆ ਸਾਰੇ ਹੀ ਸੱਪ ਆ ਜਿਹੜੇ ਉਹ ਨੌਨ ਵੈਜ ਹੁੰਦੇ ਆ ਉਹ ਡੱਡੂ ਛਿਪਕਲੀ ਕੀੜੇ ਮਕੌੜੇ ਚਾਹੇ ਜੇ ਕੋਬਰਾ ਵਗੈਰਾ ਬੱਚੇ ਕਿਸੇ ਜਾਨਵਰ ਦੇ ਤੋਤੇ ਚਿੜੀਆਂ ਦੇ ਬੱਚੇ ਪੰਛੀ ਇਹ ਚੀਜ਼ਾਂ ਖਾਂਦੇ ਆ ਮਟਰ ਪਨੀਰ ਤਾਂ ਕੋਈ ਵੀ ਨਹੀਂ ਖਾਂਦਾ ਅਤੇ ਮੈਂ ਇਹ ਪੁੱਛਾਂ ਵੀ ਸੱਪ ਕਿੰਨੇ ਦਿਨ ਚਿਰ ਬਿਨਾਂ ਭੋਜਨ ਤੋਂ ਰਹਿ ਸਕਦਾ ਭੋਜਨ ਤੋਂ ਬਿਨਾਂ ਤਕਰੀਬਨ ਸੱਪ ਆ ਜਿਹੜਾ ਉਹ ਮਹੀਨਾ ਡੇਢ ਮਹੀਨਾ 40 ਦਿਨ ਐਂ ਕੱਟਦੇ ਆ ਤਾਂ ਉੱਠ ਤੋਂ ਵੀ ਭੜਾ ਯਾਰ ਅਤੇ ਇਹ ਭੋਜਨ ਆਪਦਾ ਉੱਥੇ ਹੀ ਜਿਹੜਾ ਜਦੋਂ ਲੁਕਣਗੇ ਉੱਥੇ ਇਹਨਾਂ ਨੂੰ ਜਿਹੜਾ ਵੀ ਹੈ ਕੋਈ ਨੇੜੇ ਤੇੜੇ ਕੁਛ ਵੀ ਜੀਵ ਆਉਂਦਾ ਉਹ ਖਾਂਦੇ ਆ ਅਤੇ ਪਾਣੀ ਕਿੰਨਾ ਕੁ ਪੀਂਦਾ ਫਿਰ ਇਹ ਜਿਹੜੇ ਜਿਵੇਂ ਕੋਬਰਾ ਵਗੈਰਾ ਸੱਪ ਹੈ ਇਹ 6 ਮਹੀਨਿਆਂ 'ਚ 5 ਮਹੀਨਿਆਂ 'ਚ ਇੱਕ ਵਾਰੀ ਪਾਣੀ ਪੀਂਦਾ ਅਤੇ ਇਹ ਜਿਹੜਾ ਪਾਣੀ ਦੀ ਪੂਰਤੀ ਹੈ ਇਹ ਨਹੀਂ ਹੈਗਾ ਵੀ ਪਾਣੀ ਦੀ ਇਹਨੂੰ ਲੋੜ ਹੀ ਨਹੀਂ ਪੈਂਦੀ ਇਹ ਜਿਹੜੀ ਪਾਣੀ ਦੀ ਪੂਰਤੀ ਹੈ ਆਪਦੇ ਸ਼ਿਕਾਰ 'ਚੋਂ ਕਰਦਾ ਜੇ ਹੁਣ ਚੂਹਾ ਖਾਧਾ ਤਾਂ ਉਹਦੇ 'ਚ ਜਿਹੜਾ ਖੂਨ ਵਗੈਰਾ ਕੁਛ ਵੀ ਹੈ ਉਹ ਉਹਨੂੰ ਐਜ ਏ ਪਾਣੀ ਦੇ ਤੌਰ 'ਤੇ ਇਹਨੂੰ ਦਿੰਦਾ ਉਹ ਖੁਰਾਕ ਅਤੇ ਇਹ ਤਾਂ ਚਲੋ ਆਪਣੀ ਹੋ ਗਈ ਜਿਹੜਾ ਹੈਗਾ ਸੱਪਾਂ ਬਾਰੇ ਕਾਫੀ ਜਾਣਕਾਰੀ ਜੇ ਕੋਈ ਗੱਲ ਰਹੀ ਤਾਂ ਮੈਨੂੰ ਉਹ ਵੀ ਦੱਸ ਦਿਓ ਕਿ ਦਿਮਾਗ 'ਚ ਨਹੀਂ ਆਉਂਦੀ ਹੈ ਨਾ ਪੁੱਛਣ ਵੇਲੇ ਅਤੇ ਉਹ ਤੋਂ ਬਿਨਾਂ ਬਾਈ ਗੁਰਮਿੰਦਰ ਤੁਸੀਂ ਜਿਹੜਾ ਹੈਗਾ ਕੰਮ ਕਰਦੇ ਹੋ ਹੈ ਨਾ ਐਨੀਮਲ ਪ੍ਰੋਟੈਕਸ਼ਨ ਦੇ ਉਹ ਤੋਂ ਬਿਨਾਂ ਤੁਹਾਡੀ ਆਪਦਾ ਐਨ ਜੀ ਓ ਜਿਹਦੇ ਥਰੂ ਮੰਨ ਲਓ ਲੋਕਾਂ ਦਾ ਇਲਾਜ ਵਗੈਰਾ ਕਰਾਉਣਾ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਤੁਸੀਂ ਥੋੜ੍ਹਾ ਉਹਦੇ 'ਚ ਇਹ ਵੀਰ ਵੀ ਕਾਫੀ ਲੰਮਾ ਸਮਾਂ ਹੋ ਗਿਆ ਸਮਾਜ ਦੇ ਨਾਲ ਜੁੜੇ ਨੂੰ ਤਾਂ ਬਹੁਤ ਸਾਰੇ ਸੱਜਣ ਮਿੱਤਰ ਆ ਬੜੀਆਂ ਰੱਬੀ ਰੂਹਾਂ ਮੇਰੇ ਨਾਲ ਲੋਕ ਹੈਗੇ ਆ ਤਾਂ ਕੋਈ ਵੀ ਬੰਦਾ ਸਾਡੇ ਕੋਲ ਆਉਂਦਾ ਆਪਦਾ ਕੋਈ ਸਹਾਰਾ ਸਮਝ ਕੇ ਆਉਂਦਾ ਤਾਂ ਵੀ ਬਾਈ ਸਾਡਾ ਮਰੀਜ਼ ਹੈ ਕੋਈ ਲਾਚਾਰ ਹੈ ਮੈਂ ਗਰੀਬ ਸ਼ਬਦ ਨਹੀਂ ਵਰਤਦਾ ਕਿਉਂਕਿ ਗਰੀਬ ਆਪਦੇ ਆਪ 'ਚ ਬੜਾ ਛੋਟਾ ਸ਼ਬਦ ਹੈ ਚੰਗੇ ਭਲੇ ਬੰਦੇ ਨੂੰ ਛੋਟਾ ਕਰ ਦਿੰਦਾ ਕੋਈ ਲਾਚਾਰ ਕੋਈ ਲੋੜਵੰਦ ਆਉਂਦਾ ਵੀ ਸਾਨੂੰ ਇਲਾਜ ਦੀ ਲੋੜ ਹੈ ਤਾਂ ਉਹਨਾਂ ਦਾ ਇਲਾਜ ਕਰਵਾ ਕੇ ਦਿੰਦੇ ਹਾਂ ਚਾਹੇ 1 ਰੁਪਿਆ ਲੱਗ ਜੇ ਚਾਹੇ 1 ਲੱਖ ਲੱਗ ਜੇ ਠੀਕ ਹੈ ਜੀ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸਾਡੇ ਅਕਾਊਂਟ 'ਚ ਪੈਸੇ ਪਾਓ ਇਹ ਹੁੰਦੀ ਹੈ ਬਾਈ ਜੀ ਜੇ ਤੁਸੀਂ 2 ਰੁਪਏ ਦੇਣੇ ਹੈ ਤੁਸੀਂ ਦੇਣ ਵਾਲੇ ਹੋ ਉਹ ਜ਼ਰੂਰਤਮੰਦ ਹੈ ਉਹਦੇ ਜਾ ਕੇ ਹਸਪਤਾਲ ਦਾ ਬਿੱਲ ਭਰਿਆਓ
ਪੈਸੇ ਲੋੜਵੰਦ ਨੂੰ ਕੈਸ਼ ਵੀ ਨਹੀਂ ਦੇਣੇ, ਕਿਉਂਕਿ ਲੋੜਵੰਦ ਦੀ ਤਾਂ ਹੈ ਵੀ ਉਹਨੂੰ ਇੱਧਰੋਂ ਮਿਲੇ ਤਾਂ ਉਹਨੇ ਜੇਬ 'ਚ ਪਾਉਣੇ ਆ। ਅਸੀਂ ਕਹਿੰਦੇ ਉਹਦਾ ਇਲਾਜ ਜ਼ਰੂਰੀ ਹੈ, ਦਵਾਈਆਂ ਲੈ ਦੇ, ਬਿੱਲ ਭਰ ਦੇ ਡਾਕਟਰ ਦਾ, ਕੋਈ ਆਈ MRI ਕਰਾਉਣੀ ਆ ਉਹਦੇ ਪੈਸੇ ਭਰ ਦੇ, ਵੀਲ ਚੇਅਰ ਚਾਹੀਦੀ ਆ, ਟਰਾਈ ਸਾਈਕਲ ਚਾਹੀਦੇ ਆ, ਲੈ ਕੇ ਦੇ ਦੇ ਬਾਈ ਅਸੀਂ ਦੇ ਦਿੰਦੇ ਹਾਂ। ਤਾਂ ਇੱਦਾਂ ਦੀ ਸੇਵਾਵਾਂ ਸਾਡੀਆਂ ਚੱਲਦੀਆਂ। ਜੇ ਗਊਆਂ ਦਾ ਹੁਣ ਲੰਪੀ ਸਕਿਨ 'ਚ ਤਕਰੀਬਨ ਸਾਰੇ ਲੋਕਾਂ ਨੇ ਦੇਖਿਆ ਵੀ ਲੰਪੀ ਸਕਿਨ 'ਚ ਦੀ ਬੜੀ ਬਿਮਾਰੀ, ਬਠਿੰਡੇ ਬਾਈ ਜੀ ਅਸੀਂ ਸਾਡੀ ਟੀਮ ਨੇ ਅਤੇ ਹੋਰ ਸੰਸਥਾਵਾਂ ਨੇ ਲੰਪੀ ਸਕਿਨ ਦਾ ਇਲਾਜ ਅਸੀਂ ਆਪਦੇ ਹੱਥੀਂ ਪਸ਼ੂਆਂ ਦੇ ਕੀੜੇ ਕੱਢੇ ਆ, ਟੀਕੇ ਇੰਜੈਕਸ਼ਨ ਜੋ ਕੁਛ ਹੈ ਉਹ ਲਾਇਆ ਗਾ, ਉੱਦਾਂ ਦੀ ਸੇਵਾ ਚੱਲਦੀ ਹੈ। ਜ਼ਖਮੀ ਸਾਨੂੰ ਕੋਈ ਜਾਨਵਰ ਦੇ ਜਾਂਦਾ, ਜੀਵ ਦੇ ਜਾਂਦਾ, ਕੁੱਤਾ ਬਿੱਲਾ ਉਹਦਾ ਇਲਾਜ ਕਰਦੇ ਹਾਂ, ਅਤੇ ਕਿਸੇ ਨੂੰ ਖੂਨ ਦੀ ਲੋੜ ਹੈ ਤਾਂ ਖੂਨ ਦੀਆਂ ਸੇਵਾਵਾਂ ਚੱਲਦੀਆਂ, ਰਾਸ਼ਨ ਦੀ ਕੋਈ ਲੋੜ ਹੈ, ਲੋੜਵੰਦ ਹੈ ਵੀ ਸਾਨੂੰ ਰਾਸ਼ਨ ਚਾਹੀਦਾ, ਉਹਦੇ ਲਈ ਰਾਸ਼ਨ ਦਾ ਪ੍ਰਬੰਧ ਕਰਾ ਕੇ ਦਿੰਦੇ ਹਾਂ। ਚਾਹੇ ਮਹੀਨੇ ਦਾ ਰਾਸ਼ਨ ਦੇਣਾ ਹੈ, ਜੇ ਉਹਨਾਂ ਦੇ 10 ਪਰਿਵਾਰ ਆ 10 ਪਰਿਵਾਰਾਂ ਨੂੰ, 20 ਪਰਿਵਾਰ ਆ 20 ਪਰਿਵਾਰਾਂ ਨੂੰ। ਸੋ ਤੁਹਾਡਾ ਇਹ ਜਿਹੜਾ ਸਮਾਜਿਕ ਗਤੀਵਿਧੀਆਂ ਜਿਹੜੀਆਂ ਹੈਗੀਆਂ ਹਰ ਤਰੀਕੇ ਨਾਲ ਚੱਲਦੀਆਂ। ਅਤੇ ਲਾਸਟ ਸਵਾਲ ਇਹ ਪੁੱਛਾਂ ਮੈਂ ਵੀ ਸੱਪਾਂ ਨਾਲ ਇੰਨਾ ਪਿਆਰ ਆ ਵੀ ਯਾਰ ਜੀਨਾਂ ਵੀ ਜਿਹੜੀਆਂ ਹੈਗੀਆਂ ਸੱਪਾਂ ਨੇ ਬਣਾਉਣੀਆਂ ਦਾ ਕਈ ਕਹਿ ਦਿੰਦੇ ਵੀ ਬਾਈ ਜੀਨ 'ਤੇ ਵੀ ਸੱਪ ਬਣਵਾਇਆ ਵਾ, ਮੈਂ ਨਹੀਂ ਬਣਵਾਇਆ ਵਾ, ਇਹ ਬ੍ਰਾਂਡ ਹੀ ਆ ਮਗਰ ਜੋ ਮੈਨੂੰ ਦੁਕਾਨ ਤੋਂ ਮਿਲੀ, ਪਰ ਮੈਨੂੰ ਚੰਗੀ ਲੱਗਦੀ ਆ। ਮੈਨੂੰ ਸਾਰੇ ਚੀਜ਼ਾਂ ਨਾਲ ਹੀ, ਜੀਵ ਜੰਤੂਆਂ ਨਾਲ, ਕੁਦਰਤ ਨਾਲ, ਇਨਸਾਨੀਅਤ ਨਾਲ। ਕਦੇ ਸੱਪ ਫੜਦੇ ਤੇ ਸੱਪ ਲੜਦੇ, ਲੜਿਆ ਨਹੀਂ ਕਦੇ? ਲੜੇ ਤਾਂ ਹੈਗੇ ਆ, ਅੱਧੇ ਕੁ ਦੱਸਦੇ, ਅੱਧੇ ਕੁ ਦੱਸਦੇ ਨੇ, ਜੇ ਦੱਸਦਾ ਤਾਂ ਘਰੋਂ ਗਾਲਾਂ ਪੈਂਦੀਆਂ ਵੀ ਤੂੰ ਚੰਗਾ ਭਲਾ ਪੰਡਤਾਂ ਦਾ ਮੁੰਡਾ, ਤੂੰ ਪਹਿਲਾਂ ਤਾਂ ਆਹ ਲੱਛਣ ਵੀ ਆ ਕਰ ਲਏ ਹੈ ਨਾ ਮੁੰਦਰਾਂ ਵਾਲੀਆਂ, ਫਿਰ ਤੂੰ ਸੱਪ ਫੜਦਾ ਤੁਰਿਆ ਫਿਰਦਾ। ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਯਾਰ ਠੀਕ ਆ, ਘਰਦਿਆਂ ਨੂੰ ਕਹਿੰਦਾ ਤੁਸੀਂ ਬੋਲੀ ਜਾਓ ਵੀ, ਮੈਨੂੰ ਤਾਂ ਜਦੋਂ ਕੋਈ ਬੰਦਾ ਆਵਾਜ਼ ਮਾਰ ਲੈਂਦਾ, ਹੁਣ ਅੱਜ ਤੜਕੇ ਮੈਂ ਫੋਨ 6 ਵਜੇ ਔਨ ਕੀਤਾ, 6 ਵਜੇ ਕਾਲ ਆਈਆਂ ਪਈਆਂ ਜੱਸੀ ਪਾਓ ਵਾਲੀ ਮੁੰਡਾ, ਬਾਈ ਕਹਿੰਦਾ ਵੀਰੇ ਘਰੇ ਸੱਪ ਆ ਯਾਰ, ਕਹਿੰਦਾ ਰਾਤ ਦੇ ਤਾਂ ਸਿਰਾਣੇ ਬੈਠੇ ਇਹਦੇ, ਤਾਂ ਮੈਂ ਹੁਣ ਕਿਵੇਂ ਜਵਾਬ ਦੇ ਦਿਆਂ? ਇੱਕ ਬੰਦੇ ਨੂੰ ਮੇਰੀ ਲੋੜ ਹੈ ਅਤੇ ਮੈਨੂੰ ਕੰਮ ਉਹ ਆਉਂਦਾ ਹੈਗਾ, ਅਤੇ ਮੈਂ ਸਿਰਫ ਇਸ ਕਰਕੇ ਕਹਿੰਦਾ ਵੀ ਯਾਰ ਮੈਂ ਐਡੀ ਦੂਰ ਜਾ ਨਹੀਂ ਸਕਦਾ। ਮਤਲਬ ਓਵਰਆਲ ਜੇ ਮੈਂ ਸਾਰੀ ਗੱਲ ਨਿਚੋੜ ਕਰਨਾ ਬਾਈ, ਤੁਸੀਂ ਕੀ ਕਹਿਣਾ ਚਾਹੋਗੇ, ਸੱਪ ਜ਼ਹਿਰੀਲੇ ਨਹੀਂ ਹੁੰਦੇ? ਮਤਲਬ ਸੱਪਾਂ, ਸਾਰੀ ਇੰਟਰਵਿਊ ਦਾ ਕੀ ਕੰਕਲੂਜਨ ਕਹੋਗੇ? ਕੰਕਲੂਜਨ ਇਹਦਾ ਨਿਚੋੜ ਇਹ ਹੈ ਕਿ ਜੀਓ ਔਰ ਜੀਨੇ ਦਿਓ, ਮੇਰਾ ਇੱਕ ਮੋਟਿਵ ਹੈ। ਤੁਸੀਂ, ਤੁਹਾਨੂੰ ਰੱਬ ਨੇ ਬੁੱਧੀ ਦਿੱਤੀ ਹੈ, ਤੁਹਾਨੂੰ ਗਿਆਨ ਦਿੱਤਾ ਹੈ, ਤੁਹਾਨੂੰ ਹਰ ਇੱਕ ਤਰੀਕੇ ਨਾਲ ਰੱਬ ਦੇ ਤੁਸੀਂ ਆਪਦੇ ਆਪ ਨੂੰ ਨੇੜੇ ਸਮਝਦੇ ਹੋ, ਤਾਂ ਉਹ ਜੀਵ ਹੈ, ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ। ਠੀਕ ਹੈ, ਠੀਕ ਹੈ, ਜਿਹੜਾ ਜ਼ਹਿਰ ਵਾਲਾ ਉਹ ਇੱਕ ਐਕਸੀਡੈਂਟ ਹੈ, ਮੈਂ ਪਹਿਲਾਂ ਵੀ ਦੱਸਿਆ ਵੀ ਐਕਸੀਡੈਂਟ ਤਾਂ ਕਾਰ ਨਾਲ ਹੋ ਜਾਂਦਾ, ਤਾਂ ਆਪਾਂ ਕਾਰ ਦਾ ਬਾਈਕਾਟ ਨਹੀਂ ਕਰਦੇ, ਉਹ ਜੀਵ ਹੈ, ਇੱਕ ਉਹਦੇ ਕੋਲ ਜ਼ਹਿਰ ਸੀਗੀ, ਆਪਾਂ ਉਹਨੂੰ ਮਾਰਤਾ, ਪਰ ਜ਼ਹਿਰ ਵਾਲੇ ਸੱਪ ਨੇ ਇੱਕ ਨੇ ਦੱਸਿਆ ਆਪਾਂ ਮਾਰੀ ਸਾਰਿਆਂ ਨੂੰ ਜਾਂਦੇ ਹਾਂ, ਆਪਣਾ ਫਰਜ਼ ਨਹੀਂ ਬਣਦਾ। ਠੀਕ ਹੈ, ਕੁਦਰਤ ਹੈ ਜਿਹੜੀ ਉਹ ਹਰ ਇੱਕ ਵਾਸਤੇ ਹੈ, ਰੱਬ ਦੇ, ਜੇ ਰੱਬ ਇਨਸਾਨ ਦਾ, ਜਿੰਨਾ ਰੱਬ ਇਨਸਾਨ ਦਾ ਓਨਾ ਹੀ ਰੱਬ ਜਿਹੜਾ ਭਗਵਾਨ ਇਹਨਾਂ ਜਾਨਵਰ ਜਾਨਵਰਾਂ ਦਾ ਵੀ, ਬਿਲਕੁਲ। ਤਾਂ ਮਾਰਨਾ ਕੋਈ ਹੱਲ ਨਹੀਂ, ਬਚਾ ਕੇ ਦੇਖੋ, ਬਚਾਉਣਾ ਇਹਨਾਂ ਨੂੰ, ਕੁਦਰਤ ਨੂੰ ਪਿਆਰ ਕਰੋ, ਬਹੁਤ ਸੋਹਣੀ ਲੱਗੂਗੀ। ਬਿਲਕੁਲ, ਤੁਸੀਂ ਸਮਾਂ ਦਿੱਤਾ ਬਾਈ, ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸੋ ਇਹ ਬਾਈ ਨੇ ਜਿਹੜੀ ਹੈਗੀ ਤੁਹਾਨੂੰ ਲਗਭਗ ਹਰ ਪਹਿਲੂ ਤੋਂ ਸੱਪਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਉਹ ਤੋਂ ਬਿਨਾਂ ਆਪਾਂ ਕਹੀਏ ਮਣੀ ਬਾਰੇ ਜਾਂ ਜੇ ਕਿਸੇ ਸੱਪ ਲੜਿਆ ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਜ਼ਹਿਰੀਲਾ ਜਾਂ ਨਹੀਂ, ਉਹਦਾ ਕੀ ਬਚਾਅ, ਲਗਭਗ ਹਰ ਪਹਿਲੂ 'ਤੇ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਆ। ਸੋ ਬਾਈ ਦਾ ਵੀ ਕਹਿਣਾ ਕਿ ਯਾਰ ਸਾਨੂੰ ਇਹ ਨਹੀਂ ਗਾ ਕਿ ਅਸੀਂ ਸੱਪ ਦੇਖਿਆ ਅਤੇ ਨਾਲ ਦੇ ਨਾਲ ਉਹਦਾ ਡਾਂਗ ਸਿਰ 'ਤੇ ਧਰਤੀ, ਨਹੀਂ ਯਾਰ, ਜਿੰਨਾ ਸਾਨੂੰ ਜਾਉਣ ਦਾ ਹੱਕ ਆ ਉਨਾ ਇਹਨਾਂ ਜਾਨਵਰਾਂ ਨੂੰ ਵੀ ਆ। ਸੋ ਹਮੇਸ਼ਾ ਹੀ ਜਿਹੜਾ ਹੈਗਾ ਥੋੜ੍ਹਾ ਜਿਹਾ ਆਪਾਂ ਗੱਲ ਕਰੀਏ, ਲੌਜੀਕਲੀ ਗੱਲ ਕਰਿਆ ਕਰੋ, ਜਿਹੜਾ ਆਪਾਂ ਗੱਲ ਕਰੀਏ ਜਿਵੇਂ ਆਪਣਾ ਕਹਿੰਦੇ ਸੱਪਾਂ ਨੂੰ ਦੁੱਧ ਪਿਆਉਣਾ ਜਾਂ ਚੰਨਣ ਘੇਰੀਆਂ ਇਸ ਤਰ੍ਹਾਂ ਦਾ ਜਿਹੜਾ ਜੋ ਵੀ ਚੱਲਿਆ, ਸੋ ਇਹਨਾਂ ਦੀਆਂ ਗੱਲਾਂ ਤੋਂ ਤੁਸੀਂ ਜਿਹੜਾ ਹੈਗਾ ਇਹ ਗੱਲਾਂ ਸਮਝ ਸਕਦੇ ਹੋ। ਮੈਂ ਆਸ ਕਰਦਾ ਕਿ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਊਗੀ ਅਤੇ ਇਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਵੀ ਬੜਾ ਫਾਇਦਾ ਹੋਊਗਾ ਅਤੇ ਆਉਣ ਵਾਲੇ ਜਿਹੜਾ ਹੋਊਗਾ ਹੋਰਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਇਹਨਾਂ ਗੱਲਾਂ ਬਾਰੇ ਜਾਣ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।